ਕਹਿੰਦੇ ਨਹੀਂ ਜਵੇਂ ਸਿੰਗਰ ਹੁੰਦੇ ਗਾਣਾ गा ਕੇ ਦਿਖਾਓ ਐਕਟਰ ਐਕਟਿੰਗ ਕਰਕੇ ਦਿਖਾਓ ਫਾਇਦਾ ਸ਼ੂਗਰ ਆ ਤੁਸੀਂ ਫੇਰ ਕਹਤਾ ਇਹਦਾ ਕਈ ਵਾਰੀ ਨਾ ਜਦ ਮੈਂ ਲੋਕ ਮਿਲਦੇ ਆ ਘਰ ਆਉਂਦੇ ਹਨਾ ਕੋਈ ਵੀ ਅ ਅਛਾ ਐਕਟਿੰਗ ਕਰਦੇ ਹਾਂ ਚਲੋ ਕੁਝ ਕਰਕੇ ਦਿਖਾ ਦੋ ਕੀ ਕਰਗੇ ਕੀ ਕਰਕੇ ਕੀ ਐ ਐ ਥੋੜੀ ਕੁਝ ਕਰਕੇ ਦਿਖਾ ਸਕਦੇ ਹਾਂ ਐ ਕਿਵੇਂ ਕਰਕੇ ਦਿਖਾ ਦਈਏ ਫੇਕ ਆਡੀਸ਼ਨਸ ਹੋਏ ਆਡੀਸ਼ਨ ਦੀ ਲੋੜ ਨਹੀਂ ਸੀ ਜੋਡੀਸਨ ਜੇ ਤੁਸੀਂ ਕਿਸੇ ਨੂੰ ਪੈਸੇ ਲੈ ਕੇ ਲੈਣਾ ਸੀਗਾ ਫਿਰ ਰਿਵਿਊਸ਼ਨਸ ਕਰਾਈ ਸੀਗੇ ਅਨੇ ਲੰਬੇ ਲੰਬੇ ਲਾਈਨਾਂ ਚ ਮੈਂ ਕੱਲਾ ਥੋੜੀ ਸੀ ਉੱਥੇ ਮੈਂ ਕੱਲਾ ਥੋੜੀ ਸੀ ਉੱਥੇ 200 ਬੰਦੇ ਦੀ ਭੀੜ ਲੱਗੀ ਹੋਈ ਸੀ ਤਾਂ ਸਿਨੇਮਾ ਆਉਣਾ ਚਾਹੀਦਾ ਜਾਂ ਕਿੱਦਾਂ ਦਾ ਤੁਸੀਂ ਕੈਰੈਕਟਰ ਪਲੇ ਕਰਨਾ ਚਾਹੁੰਦੇ ਹੋ ਵੀ ਇਦਾਂ ਦੀ ਫਿਲਮ ਬਣ ਜਾਏ ਯਾਰ ਬਾਲੀਵੁੱਡ ਦੀ ਗੱਲ ਕਰਾ ਹਨਾ ਮੈਨੂੰ ਜਿੰਨੀ ਲੰਚ ਬਾਕਸ ਪਸੰਦ ਹੈ ਹੂੰ ਉਨੀ ਹੀ ਮੈਨੂੰ ਰਾਮਲੀਲਾ ਲੜਾਈ ਪਸੰਦ ਹੈ ਹੂੰ ਠੀਕ ਹੈ ਮੈਂ ਉਹੋ ਜਿਹਾ ਕੁਝ ਵੀ ਕਰਨਾ ਚਾਹੁੰਦਾ ਇਹ ਇਹ ਜੋ ਕੁਝ ਵੀ ਕਰਨਾ ਚਾਹੁੰਦਾ ਉੱਥੇ ਮੇਰੀ ਐਕਟਿੰਗ ਡਿਫਰੈਂਟ ਤਰ੍ਹਾਂ ਦੀ ਹੋਵੇਗੀ ਇੱਥੇ ਮੇਰੀ ਡਿਫਰੈਂਟ ਤਰ੍ਹਾਂ ਦੀ ਹੋਵੇਗੀ ਕਈ ਵਾਰ ਕੀ ਹੁੰਦਾ ਕਿ ਆਪ ਐਕਟਰ ਨੂੰ ਵੰਡ ਲੈਂਦੇ ਨੇ ਕਿ ਯਾਰ ਇਹ ਆਰਟ ਸਿਨੇਮਾ ਦਾ ਐਕਟਰ ਹੈ ਠੀਕ ਹੈ ਕਿ ਆਪ ਇਹ ਮਸਾਲਾ ਫਿਲਮਸ ਦਾ ਐਕਟਰ ਹੈ ਕਮਰਸ਼ੀਅਲ ਦਾ ਐਕਟਰ ਹੈ ਇਹ ਤਾਂ ਉਹ ਹੀ ਆਕੀਨ ਹੋਣੀ ਇਹ ਤਾਂ ਐਜੈਕਟਿੰਗ ਹਣਾ ਮੈਂ ਦੋਨੋਂ ਕਰ ਸਕਦਾ ਮੈਨੂੰ ਪਤਾ ਮੈਂ ਦੋਨੋਂ ਕਰ ਸਕਦਾ ਤੇ ਮੈਂ ਦੋਨੋਂ ਕਰਨਾ ਚਾਹੁੰਦਾ ਬਸ ਮੈਨੂੰ ਰੱਬ ਮੌਕਾ ਦੇ ਜਿਵੇਂ ਹੁਣ ਮੈਨੂੰ ਵੀ ਕਹਿੰਦੇ ਆ ਕਿ ਯਾਰ ਤੇਰਾ ਪਹਿਲਾ ਪ੍ਰੋਜੈਕਟ ਹੈ ਪਹਿਲਾ ਪ੍ਰੋਜੈਕਟ ਹਿੱਟ ਹੋ ਗਿਆ ਮੈਂ ਦੱਸਣਾ ਚਾਹੁੰਗਾ ਮੇਰਾ ਪਹਿਲਾ ਪ੍ਰੋਜੈਕਟ ਯਾਰ ਚੱਲੇ ਬਾਹਰ ਨਹੀਂ ਸੀਗਾ ਉਹ ਤੋਂ ਪਹਿਲਾਂ ਮੈਂ ਕਾਫੀ ਕੀਤੇ ਆ ਪਰ ਹਿੱਟ ਯਾਰ ਚੱਲੇ ਬਾਹਰ ਹੋਇਆ ਤਾਂ ਮੈਂ ਦਿਖਣੀ ਆ ਚੱਲੇ ਬਾਹਰ ਤੋਂ ਲੱਗਿਆ ਹਾਂਜੀ ਕਿਦਾਂ ਫਿਰ ਵੈਲਕਮ ਬੈਕ ਟੂ ਦੀ ਚੈਨਲ ਗਾਇਜ਼ ਦਿਸ ਇਜ਼ ਅਨਫਿਲਟਰਡ ਬਾਏ ਅਮਨ ਔਜਲਾ ਤੇ ਅੱਜ ਸਾਡੇ ਨਾਲ ਨੇ ਬਿਨੇ ਜੋਰਾ ਭਾਜੀ ਤੁਸੀਂ ਦੇਖਿਆ ਹੋਣਾ ਯਾਰ ਚੱਲੇ ਬਾਹਰ ਵੈਸੇ ਵੀ ਤੁਸੀਂ ਥੋੜੇ ਸ਼ਾਰਟਸ ਤੇ ਰੀਲਸ ਥਾਰ ਦੀਆਂ ਵੀਡੀਓਜ਼ ਰੀਲਾਂ ਹਨਾ ਮੈਂ ਬੜੀਆਂ ਦੇਖਦਾ ਵੀਰੇ ਇਹਦੀਆਂ ਸੋ ਵੀਰੇ ਅੱਜ ਪਹੁੰਚੇ ਨੇ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰੇ ਮੋਗੇ ਤੋਂ ਨੇ ਬिलासपुर ਤੋਂ ਹਾਂਜੀ ਹਾਂਜੀ ਵੀਰੇ ਤੇ ਕਿਵੇਂ ਚੱਲੇ ਵੀਰੇ ਸਾਰਾ ਕੁਝ ਸਾਰਾ ਕੁਝ ਵਧੀਆ ਚੱਲ ਰਿਹਾ ਵੀਰੇ अच्छा तू <laughs> <laughs> सी ना पंजाबी आर्टिस्ट ਨਹੀਂ ਲੱਗਦੇ ਅਕਸਰ ਆਪ ਚਲੋ ਆਪਾਂ ਪੰਜਾਬੀ ਬੋਲਦੇ ਆ ਬਟ ਮੈਂ ਇਹੀ ਕਹਿੰਦਾ ਸੀਗਾ ਵੀ ਸਾਰਿਆਂ ਦੇ ਪੰਜਾਬੀ ਆਰਟਿਸਟ ਦੇ ਨਾ ਵਾਲ ਖੜੇ ਹੁੰਦੇ ਆ ਮੱਥੇ ਤੋਂ ਆ ਮੇਰੇ ਵੀ ਖੜੇ ਆ ਨਹੀਂ ਪਹਿਲੇ ਆਰਟਿਸਟ ਨੇ ਵਾਲ ਥੱਲੇ ਨੇ ਨਹੀਂ ਨਹੀਂ ਪਹਿਲਾਂ ਮੈਂ ਬਹੁਤ ਟਰਾਈ ਕੀਤੀ ਸੀਗੀ ਵਾਲ ਖੜੇ ਕਰਨ ਦੀ ਸਕੂਲ ਟਾਈਮ ਕਿ ਕੁਝ ਕਰਾ ਲਈਏ ਕਿ ਇਧਰੋਂ ਇੱਥੋਂ ਛੋਟੇ ਕਰਾ ਲਈਏ ਇਹ ਖੜਾ ਲਈਏ ਕੁਝ ਬਹੁਤ ਟਰਾਈ ਕੀਤੀ ਸੀ ਬਟ ਇੱਕ ਤਾਂ ਮੇਰੇ ਉੱਪਰ ਨੂੰ ਖੜਕ ਕੇ ਨਾ ਮਿਹਨਤ ਵਾਲੀ ਕਰਨੀ ਪੈਂਦੀ ਮੇਰੇ ਕਿਸੇ ਹੁੰਦਾ ਕਿ ਮੈਂ ਥੋੜੇ ਥੋੜੇ ਚਿਰ ਬਾਅਦ ਫੇਰ ਡਿੱਗ ਜਾਂਦੇ ਆ ਫੇਰ ਜੈਲ ਲਾਉਣੀ ਪੈਂਦੀ ਆ ਫੇਰ ਮੈਂ ਅਲਟੀਮੇਟਲੀ ਕਿਤੇ ਮੈਂ ਕਹਾਂ ਜੇ ਡਿੱਗਣੇ ਡਿੱਗ ਲੋ ਯਾਰ ਫੇਰ ਮੈਂ ਹੀ ਠੀਕ ਆ ਐਂ ਹੀ ਚੱਲਦਾ ਨਹੀਂ ਇਹ ਬੈਸਟ ਆ ਯਾਰ ਮੈਂ ਉਹ ਹੀ ਹੇਅਰ ਸਟਾਈਲ ਦੇਖ ਰਿਹਾ ਵੀਰੇ ਦਾ ਚਲੋ ਪੋਡਕਾਸਟ ਕਿੱਥੋਂ ਆਪਣਾ ਸਟਾਰਟ ਹੋ ਰਿਹਾ ਨਾ ਹੇਅਰ ਸਟਾਈਲ ਤੋਂ ਬੜਾਈ ਸਵੈਰਿ ਉੱਠਦੇ ਹੋ ਤੁਸੀਂ ਵਾਸ਼ ਕੀਤੇ ਬਸ ਐਂ ਕਰ ਲਿਆ ਨਾ ਬਸ ਐਂ ਸਮਝ ਲਓ ਨਹੀਂ ਯਾਰ ਵਾਹ ਸਹੀ ਆ ਨੀਤਾ ਦੇਖੋ ਜੈਲ ਜੁਲ ਲਾ ਕੇ ਨਾ ਬਹੁਤ ਵਾਲ ਖਰਾਬ ਕਰ ਲੈਂਦੇ ਆ ਯਾਰ ਨਹੀਂ ਵਧੀਆ ਯਾਰ ਨਹੀਂ ਉਦਾਂ ਠੀਕ ਆ ਵੀ ਥੈਂਕ ਯੂ ਬਟ ਐਵੀ ਲੁੱਕ ਵ ਹੋਲ ਟਾਈਮ ਨਹੀਂ ਕਈ ਵਾਰ ਮੈਂ 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 ਕਾਫੀ ਕੋ ਟ੍ਰਾਈ ਕਰਦਾ ਸੀਗਾ ਮਤਲਬ ਵਾਲ ਵੱਡੇ ਵੀ ਰੱਖਦਾ ਸੀਗਾ ਫਿਰ ਵਾਰ ਬਹੁਤ ਛੋਟੇ ਛੋਟੇ ਵੀ ਕਰਾ ਲੈਂਦਾ ਸੀਗਾ ਮੈਨੂੰ ਐ ਹੁੰਦਾ ਸੀਗਾ ਕਿ ਯਾਰ ਕੁਛ ਕਰ ਲਾਂ ਮੈਂ ਇਹਨਾਂ ਦਾ ਪਰ ਸ਼ੁਰੂ ਤੋਂ ਹੀ ਮੇਰੇ ਵਾਲੇ ਤਾਂ ਹੀ ਸੀਗੇ ਅੱਛਾ ਕੋਈ ਮੈਂ ਬਣੇ ਨਹੀਂ ਮੈਂ ਬਹੁਤ ਕੋਸ਼ਿਸ਼ ਕੀਤੀ ਕੋਈ ਸਟਾਈਲ ਬਣ ਜੇ ਕੁਛ ਕਰ ਲਾਂ ਮੈਂ ਸਾਈਡ ਨੂੰ ਕਰ ਲਾਂ ਇਹ ਕਰ ਲਾਂ ਬਟ ਐਂ ਠੀਕ ਆ ਥੋੜਾ ਲੱਗ ਗਿਆ ਸਟਾਈਲ ਆ ਯਾਰ ਵੀਰੇ ਦਾ ਤਾਂ ਆਪਾਂ ਨਾ ਵੀ ਅਲੱਗ ਦਿਖਦੇ ਨੇ ਕੋਈ ਭੀੜ ਚੋਂ ਆ ਰਹੇ ਹਾਂ ਅਲੱਗ ਦਿਖਦੇ ਹੋ ਜਦੋਂ ਮਤਲਬ ਸੀਰੀ ਸ਼ੁਰੂ ਵੀ ਹੋਣੀ ਸੀ ਨਾ ਉਦੋਂ ਵੀ ਮੈਂ ਸੋਚ ਰਿਹਾ ਸੀ ਕਿ ਮੈਨੂੰ ਰ ਕਿਵੇਂ ਰੱਖਣੇ ਵਾਲ ਮੈਂ ਕਹਿੰਦਾ ਮੈਂ ਕਰ ਲੈਣਾ ਕੁਝ ਪਿੱਛੇ ਨੂੰ ਕਰ ਲੈਣਾ ਕਰ ਲੈਣਾ ਫਿਰ ਅਲਟੀਮੇਟਲੀ ਕਹਿੰਦੇ ਯਾਰ ਚਲ ਤੂੰ ਆਹੀ ਰੱਖ ਲੈ ਬਟ ਉਹ ਫਿਰ ਲੋਕਾਂ ਨੇ ਲੋਕਾਂ ਨੂੰ ਵਧੀਆ ਤਾਂ ਕਿ ਥੈਂਕ ਯੂ ਚਾਕਲੇਟੀ ਬாய் ਲੱਗਦਾ ਤੁਸੀਂ ਅਭੀ ਬੰਬੇ ਦੀ ਭਾਸ਼ਾ ਚ ਕਹਿੰਦੇ ਚਾਕਲੇਟੀ ਬாய் ਜਾਂ ਅਪ ਮਾਰਕੀਟ ਲੁੱਕ ਸਮਝਦੇ ਤੁਸੀਂ ਚਾਕਲੇਟੀ ਅਪ ਮਾਰਕੀਟ ਦਾ ਨਹੀਂ ਮਿਲਦਾ ਅਪ ਮਾਰਕੀਟ ਐਦਾਂ ਕਿ ਜਿੱਦਾਂ ਨਾ ਬੰਬੇ ਆਡੀਸ਼ਨਸ ਹੁੰਦੇ ਸੀ ਅਪ ਮਾਰਕੀਟ ਕਹਿਆ ਜਾਂਦਾ ਸੀ ਜਿਵੇਂ ਰਿਤਿਕ ਰੋਸ਼ਨ ਅਪ ਮਾਰਕੀਟ ਓਕੇ ਤੇ ਸ਼ਾਹਰੂਖ ਖਾਨ ਅਪ ਮਾਰਕੀਟ ਨਵਾਜ਼ੁद्दीन ਹਾਂ ਨਵਾਜ਼ੁद्दीन ਵੀ ਅ ਕਰੈਕਟਰ ਓਕੇ ਠੀਕ ਆ ਅਪਮਾਰਕ ਜਿੱਦਾ ਐਡਵਰਟਾਈਜ਼ਮੈਂਟ ਹੁੰਦੀ ਹੈ ਨਾ ਆਪਣੀ ਮੋਸਟਲੀ ਉਹ ਅਪਮਾਰਕਟ ਲੁੱਕ ਚੂਜ਼ ਕਰਦੇ ਨੇ ਜਿਹੜੀਆਂ ਨੈਸਲੇ ਦੀ ਐਡ ਹੋ ਗਈਆਂ ਉਹਦੀਆਂ ਹੋ ਗਈਆਂ ਸੋ ਤੁਹਾਡੀ ਅਪਮਾਰਕਟ ਲੁੱਕ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਅਪਮਾਰਕ ਸੋ ਵੀਰੇ ਨੂੰ ਯਾਰ ਮੈਂ ਪਹਿਲੀ ਵਾਰ ਜਦੋਂ ਫਰੇਮ ਚ ਦੇਖਿਆ ਨਾ ਮੈਂ ਯਾਰ ਚੱਲੇ ਬਾਹਰ ਦਾ ਐਪੀਸੋਡ ਦੇਖ ਰਿਹਾ ਵੀਰੇ ਦੀ ਐਂਟਰੀ ਹੋਈ ਮੈਂ ਕਿਹਾ ਯਾਰ ਆਹ ਕਾਸਟ ਵੀ ਖਤਰਨਾਕ ਆ ਕਿਉਂਕਿ ਤੁਹਾਡੀਆਂ ਅੱਖਾਂ ਤੋਂ ਬਹੁਤ ਮਤਲਬ ਵੀ ਇਮੋਸ਼ਨਸ ਨੇ ਜਿਵੇਂ ਮੈਂ ਰਣਬੀਰ ਸਿੰਘ ਦੇਖਦਾ ਉਹ ਆਈਜ਼ ਨਾਲ ਬਹੁਤ ਡੈਪਥ ਆ ਉਹਦੀ ਆਈਸਡ ਵੀ ਆਪਾਂ ਅੱਖਾਂ ਨਾਲ ਜਾਂ ਨਾ ਮੱਥੇ ਤੋਂ ਐਕਟਿੰਗ ਕਰਦੇ ਆ ਸੋ ਮੈਨੂੰ ਇਹ ਲੱਗਿਆ ਯਾਰ ਵੀ ਬਾਈ ਦੀ ਕਾਸਟ ਹੋਈ ਆ ਇਹ ਬੰਦਾ ਕੋਈ ਘੈਂਟ ਆ ਤੇ ਤੁਸੀਂ ਨਿਭਾਇਆ ਵੀ ਬਹੁਤ ਵਧੀਆ ਯਾਰ ਥੈਂਕ ਯੂ ਵੈਰੀ ਥੈਂਕ ਯੂ ਸੋ ਤੁਹਾਡੀ ਤਿਆਰੀ ਐਕਟਿੰਗ ਦੀ ਕਿਵੇਂ ਹੋਈ ਯਾਰ ਤਿਆਰੀ ਵੀਰੇ ਮਤਲਬ ਸ਼ੁਰੂ ਤੋਂ ਹੀ ਮਤਲਬ ਸ਼ੌਂਕ ਸੀਗਾ ਨਾ ਥੀਏਟਰ ਕਰਨ ਦਾ ਪਹਿਲਾਂ ਨਹੀਂ ਹੁੰਦਾ ਸੀਗਾ ਮੈਨੂੰ ਪਹਿਲਾਂ ਬਹੁਤ ਸ਼ਾਇ ਹੋਂਦਾ ਸੀਗਾ ਮੈਨੂੰ ਮੇਰੇ ਮੈਮ ਨੇ ਚੜਾਇਆ ਸੀ ਜ਼ਬਰਦਸਤ ਸਟੇਜ ਤੇ ਡਿਬੇਟ ਡੈਕਲਮੇਸ਼ਨ ਕੰਟੈਸਟ ਸੀ ਕਿਹੜਾ ਸਕੂਲ ਕਾਲਜ ਜੀਐਨਪੀਐਸ ਲੁਧਿਆਣਾ ਅੱਛਾ ਮੇਰੀ ਸਕੂਲਿੰਗ ਉੱਥੋਂ ਦੀ ਹੋਈ ਆ ਤੇ ਮੇਰੇ ਮੈਡਮ ਸੀਗੇ ਪੰਜਾਬੀ ਦੇ ਉੱਥੋਂ ਉਹਨਾਂ ਨੇ ਮੈਨੂੰ ਚੜਾਇਆ ਸੀਗਾ ਇੱਕ ਵਾਰੀ ਧੱਕੇ ਨਾਲ ਕੇ ਤੂੰ ਚੱਲ ਡਿਬੇਟ ਡੈਕਲਮੇਸ਼ਨ ਕੰਡੈਸ ਸੀਗਾ ਉਸ ਤੋਂ ਬਾਅਦ ਫਿਰ ਉਹ ਮੇਰਾ ਪਹਿਲਾ ਕੰਪੀਟੀਸ਼ਨ ਪਹਿਲੇ ਜਿੱਤ ਗਿਆ ਸੀਗਾ ਮੈਂ ਸੈਕੰਡ ਜਿਸ਼ਨ ਆ ਗਈ ਸੀ ਤਾਂ ਉੱਥੋਂ ਜਿਹੜੀ ਪ੍ਰੇਸ ਮਿਲੀ ਨਾ ਫਿਰ ਮੈਂ ਕਹਾਂ ਸਟੇਜ ਤੇ ਕੁਝ ਹੋਰ ਕਰਦੇ ਆ ਫਿਰ 10ਵੀਂ ਚ ਪਹਿਲੀ ਵਾਰੀ ਮੈਂ ਨਾਟਕ ਕੀਤਾ ਸੀਗਾ ਉੱਥੋਂ ਫਿਰ ਹੋਰ ਜਸ ਕੋਪੈਗ ਐਕਟਿੰਗ ਦਾ ਪਰ ਉਸ ਤੋਂ ਬਾਅਦ ਫਿਰ ਯੂਨੀਵਰਸਿਟੀ ਆ ਗਈ ਯੂਨੀਵਰਸਿਟੀ ਫਿਰ ਥੀਏਟਰ ਕੀਤਾ ਬਸ ਐਵੇਂ ਐਵੇਂ ਕਰਦੇ ਫਿਰ ਠੀਕ ਹੈ ਕਦੇ ਮੇਰੇ ਨਾਲ ਸੀਨੀਅਰ ਸੀਗੇ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਐਂ ਥਰੂ ਜਰਨੀ ਸਭ ਕੁਝ ਆਇਆ ਬਸ ਪਰ ਚਲੋ ਥੈਂਕ ਯੂ ਵੈਰੀ ਤੁਸੀਂ ਇੰਨੀ ਪ੍ਰੇਜ਼ ਕੀਤੀ ਥੈਂਕ ਯੂ ਹਮਮਤਲਬ ਕਈ ਵਾਰ ਪਤਾ ਲੱਗਿੰਦਾ ਨਾ ਤਨ ਸਕਰੀਨ ਤੇ ਵੀ ਕਿਹੜਾ ਐਕਟਿੰਗ ਕਰ ਰਿਆ ਬਟ ਤੁਸੀਂ ਆਪਣਾ ਕੈਰੈਕਟਰ ਬਖੂਬੀ ਨਿਭਾਇਆ ਯਾਰ ਥੈਂਕ ਯੂ ਵੈਰੀ ਮੈਂ ਇੱਕਾ ਤੁਹਾਡਾ ਗਾਣਾ ਵੀ ਦੇਖ ਰਿਹਾ ਸੀ ਤੁਸੀਂ ਟ੍ਰੇਨ ਵਾਲੇ ਸੀਨ ਤੇ ਭੱਜਦੇ ਪਏ ਹੋ ਸ਼ੈਨਾਈਓਂ ਕੇ ਬਾਸ ਹਾਂ ਸ਼ੈਨਾਈਓਂ ਕੇ ਬਾਸ ਯਾਰ ਬਹੁਤ ਸੋਨਾ ਸ਼ੂਟ ਆ ਉਹਦਾ ਥੈਂਕ ਯੂ ਬਈ ਉਹ ਪੂਰਾ ਬਾਲੀਵੁੱਡ ਫੀਲ ਆ ਰਿਹਾ ਨਾ ਪੂਰਾ ਨਾ ਕਿੰਨਾ ਮਜ਼ੇਦਾਰ ਸ਼ੂਟ ਹੋਇਆ ਨਾ ਉਹ ਹਾਂਜੀ ਉਹ ਪੂਰਾ ਦਾ ਪੂਰਾ ਜਿਹੜਾ ਉਹਦਾ ਕ੍ਰੈਡਿਟ ਆ ਉਹ ਜਿਹੜੇ ਆਪਣੇ ਫਰੇਮ ਸਿੰਘ ਤੁਹਾਨੂੰ ਡਾਇਰੈਕਟਰ ਪਤਾ ਹੋਵੇ ਪੁਨੀਤ ਸਿੰਘ ਮਿੱਡਾ ਸਾਹਿਬ ਤੇ ਆਪਣੇ ਮੋਹਿਤ ਮਿੱਡਾ ਤੇ ਉਹਨਾਂ ਨੇ ਸਾਰਾ ਕੀਤਾ ਤੁਹਾਡਾ ਫਿਊਚਰ ਬਹੁਤ ਬ੍ਰਾਈਟ ਆ ਯਾਰ ਥੈਂਕ ਯੂ ਥੈਂਕ ਯੂ ਕਈ ਵਾਰ ਨਾ ਬੰਦੇ ਦੀ ਉਹ ਆਉਰਾ ਹੁੰਦਾ ਪੋਜ਼ਿਟਿਵਿਟੀ ਹੁੰਦੀ ਆ ਤੁਹਾਨੂੰ ਪਹਿਲੀ ਵਾਰ ਮਿਲ ਕੇ ਆਪਾਂ ਮਿਲੇ ਸੀ ਇਦੋਂ ਕ੍ਰੀਏਟਿਡ ਏ ਸੀਗਾ ਚੰਡੀ ਉਦੋਂ ਮੈਂ ਕਿਹਾ ਯਾਰ ਵੀਰਾ ਦੇਖੋ ਨਾ ਕਿੰਨੇ ਸਿੰਪਲ ਜਿਹੇ ਸੀਗੇ ਤੇ ਆਏ ਵੀ ਠੀਕ ਆ ਜ਼ਿਆਦਾ ਇੰਟਰੈਕਸ਼ਨ ਨਹੀਂ ਵੀ ਹਾਂ ਮੈਂ ਵੀ ਕੁਝ ਹੁੰਦਾ ਨਾ ਸਟੈਂਡ ਆਊਟ ਵੀ ਮੈਂ ਆ ਗਿਆ ਜੀ ਰਾਮਨਾ ਸਾਈਡ ਤੇ ਖੜਾ ਵੀਰੇ ਅੱਛਾ ਹੋ ਰਿਹਾ ਠੀਕ ਆ ਹੋ ਗਿਆ ਚਲੋ ਠੀਕ ਆ ਚੱਲਦੇ ਆ ਨਹੀਂ ਮੈਂ ਉਹ ਚਲਾ ਵੀ ਮੈਂ ਸ਼ੇਤੀ ਗਿਆ ਸੀਗਾ ਮੈਂ ਹਾਂ ਤੁਸੀਂ ਸਾਰੇ ਮੈਂ ਉਦੋਂ ਮੇਰੇ ਕੋਲ ਕਾਨਸਰਟ ਹੋਣਾ ਸੀਗਾ ਨਾ ਹਾਂ ਉਹਨਾਂ ਦਾ ਸਿੰਗਿੰਗ ਸ਼ੋ ਸੀ ਉਹਨਾਂ ਦਾ ਨਾਮ ਭੁੱਲਿਆ ਪੈਰਾਡੌਕਸ ਹਾਂਜੀ ਮੈਂ ਸਾਰਾ ਅਟੈਂਡ ਕੀਤਾ ਫਿਰ ਹਾਂ ਮੈਂ ਲਾਸਟ ਤੱਕ ਸੀਗਾ ਓਕੇ ਮੈਂ ਐਕਚੁਅਲੀ ਮੈਂ ਜਾਣਾ ਸੀਗਾ ਵਾਪਿਸ ਮੈਂ ਥੋੜਾ ਸ਼ਹਿਰੀ ਨਿਕਲ ਗਿਆ ਸੀ ਮੈਂ ਕਹਿੰਦੇ ਰਹੂੰ ਤਾਂ ਪਤਾ ਨਿਕਲ ਜੂ ਉਹ ਮੈਂ ਟੈਂਟ ਦਾ ਆਰਡਰ ਲਿਆ ਸੀ ਨਾ ਮੈਂ ਉਹ ਚ ਪਲੇਟਾ-ਪਰਟਾ ਗਣ ਕੇ ਪੈਸੇ ਉਹਦੇ ਇਕੱਠੇ ਕਰਨੇ ਸੀ ਯਾਰ ਸੋ ਵੀਰ ਸਟਾਰਟਿੰਗ ਤੋਂ ਚੱਲਦੇ ਆਪਾਂ ਯਾਰ ਤੇ ਮੈਂ ਐਕਚੁਅਲੀ ਚਲੋ ਵੀ ਜੁੜਿਆ ਹੋਇਆ ਆ ਆਰਟ ਆਰਟ ਲਾਈਨ ਨਾਲ ਸੋ ਐਕਟਿੰਗ ਮੈਨੂੰ ਉਹਦੇ ਹੀ ਬਹੁਤ ਪਸੰਦ ਆ ਨਹੀਂ ਤੁਸੀਂ ਮੈਨੂੰ ਦੱਸਿਆ ਤੁਸੀਂ ਐਜ਼ ਐਨ ਐਕਟਰ ਵੀ ਬਹੁਤ ਕੰਮ ਕੀਤਾ ਹਮ ਚਲੋ ਉਹ ਸਗੋਂ ਮੈਂ ਮਤਾ ਇੱਕ ਹਾਂ ਤੁਸੀਂ ਮੇਰੇ ਐਕਟਰਿੰਗ ਐਕਟਿੰਗ ਤੁਸੀਂ ਮੇਰੇ ਸੀਨੀਅਰ ਹੋ ਆਪਾਂ ਯਾਰ ਇੱਕ ਗੱਲ ਤੁਹਾਨੂੰ ਚੱਕਦੇ ਆ ਤੁਸੀਂ ਉਸ ਮਤਲਬ ਜੋ ਤੁਸੀਂ ਦੱਸਿਆ ਹਨ ਤੁਸੀਂ ਬੰਬੇ ਵੀ ਕੰਮ ਕੀਤਾ ਤੁਸੀਂ ਜਿਹੜੇ ਸਾਲਾਂ ਚ ਤੁਸੀਂ ਕੰਮ ਕੀਤਾ ਉਸ ਟਾਈਮ ਤਾਂ ਮੈਂ ਸੋਚਿਆ ਵੀ ਨਹੀਂ ਸੀਗਾ ਕਿ ਮੈਂ ਲਾਈਕ ਕੈਮਰੇ ਦੇ ਮੂਰੇ ਐਕਟਿੰਗ ਕਰੂੰਗਾ ਤੇ ਤੁਸੀਂ ਸੀਨੀਅਰ ਹੋ ਸਰ ਨਹੀਂ ਸੀਨੀਅਰ ਨਹੀਂ ਮੈਨੂੰ ਲੱਗਦਾ ਵੀ ਜਿੱਦਾਂ ਕੀ ਆਪਣੀ ਆਪਣੀ ਜਰਨੀਆ ਸਾਰਿਆਂ ਦੀ ਜਿਵੇਂ ਆਪਾਂ ਐਗਜ਼ਾਮਪਲ ਤੇ ਸਿੱਧੂ ਆ ਜਾਂਦਾ ਮੇਰੇ ਕੋਲ ਕਈਆਂ ਨੂੰ 25 ਸਾਲ ਹੋ ਗਏ ਕੋਈ 5 ਸਾਲ ਚਲਾ ਆ ਗਿਆ ਤਾਂ ਸਾਰਿਆਂ ਦੀ ਆਪਣੀ ਆਪਣੀ ਸਟੋਰੀ ਹੈ ਇੱਥੇ ਇਥੋੜੀ ਆਪਣੀ ਸਟੋਰੀ ਹੈ ਨਾ ਵੀ ਆਪਸ ਸਿੱਖਦੇ ਹਾਂ ਇੱਕ ਦੂਜੇ ਤੋਂ ਯਾਰ ਇਨਸਪਾਇਰ ਹੁੰਦੇ ਆ ਮੈਂ ਇਹ ਕਹੂੰਗਾ ਕਿ ਮਤਲਬ ਸਟਰਗਲ ਸਭ ਦੀ ਹੁੰਦੀ ਆ ਹੂੰ ਕੋਈ 25 ਸਾਲ ਪਹਿਲਾਂ ਦੇਖਿਆ ਸੀ ਹਾਂ ਕੋਈ ਜਸਟ ਹੇ 5 ਸਾਲ ਪਹਿਲਾਂ ਹੀ ਦੇਖਿਆ ਜਿਵੇਂ ਹੁਣ ਮੈਨੂੰ ਵੀ ਕਹਿੰਦੇ ਆ ਕਿ ਯਾਰ ਤੇਰਾ ਪਹਿਲਾ ਪ੍ਰੋਜੈਕਟ ਹੈ ਪਹਿਲਾ ਪ੍ਰੋਜੈਕਟ ਹਿੱਟ ਹੋ ਗਿਆ ਮੈਂ ਦੱਸਣਾ ਚਾਹੁੰਗਾ ਮੇਰਾ ਪਹਿਲਾ ਪ੍ਰੋਜੈਕਟ ਯਾਰ ਚੱਲੇ ਬਾਹਰ ਨਹੀਂ ਸੀਗਾ ਉਸ ਤੋਂ ਪਹਿਲਾਂ ਮੈਂ ਕਾਫੀ ਕੀਤੇ ਆ ਪਰ ਹਿੱਟ ਯਾਰ ਚੱਲੇ ਬਾਹਰ ਹੋਇਆ ਤਾਂ ਮੈਂ ਦੇਖਣੀ ਯਾਰ ਚੱਲੇ ਬਾਹਰ ਤੋਂ ਲੱਗਿਆ ਕਪਰਲਾ ਵੀ ਮੈਂ ਕੀਤਾ ਆ ਅ ਛੋਟੇ ਛੋਟੇ ਕੰਮ ਬਟ ਹੁਣ ਜਦੋਂ ਯਾਰਸਲੇ ਬਾਹਰ ਹਟ ਹੋਇਆ ਉਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਿਆ ਫਿਰ ਮਿਲ ਕੇ ਇਹਨੇ ਕਿਹਾ ਕਿ ਯਾਰ ਵਾਹ ਆ ਜਰਾ ਪਹਿਲਾ ਪਹਿਲਾ ਕੰਮ ਹੀ ਛੱਡ ਗਿਆ ਪਰ ਮਤਲਬ ਪਹਿਲਾ ਕੰਮ ਨਹੀਂ ਸੀਗਾ ਮੇਰੇ ਬਹੁਤ ਕੰਮ ਸੀ ਪਰ ਮੈਂ ਲੋਕਾਂ ਨੂੰ ਦੇਖਿਆ ਹੀ ਯਾਰਸਲੇ ਬਾਹਰ ਬਹੁਤ ਵਾਰ ਹੁੰਦਾ ਨਵਾਜ਼ੁਦਦਨ সিদ্দিকੀ ਹਾਂਜੀ ਸੜਫਰੋਸ਼ ਚ ਆਇਆ ਸੀ ਛੋਟੇ ਜਿਹੇ ਸੀਨ ਪਤਾ ਨਹੀਂ ਕਿੰਨੇ ਸੀਨਸ ਕੀਤੇ ਹੁੰਦੇ ਆ ਵੱਡ ਬੰਦਾ ਫੇਮਸ ਉੱਥੀ ਹੋ ਜਾਂਦਾ ਜਿੱਥੋਂ ਉਹਨੂੰ ਵੀ ਰਿਪ੍ਰੈਜ਼ੈਂਟ ਹੁੰਦਾ ਵਾ ਹਾਂਜੀ ਸੋ ਯਾਰ ਵਧੀਆ ਵੀਰੇ ਹੁਣ ਕੀ ਚੱਲਦਾ ਪਿਆ ਤੁਹਾਡਾ ਕੋਈ ਪ੍ਰੋਜ ਅਸ ਗੱਲ ਵੀ ਚੱਲ ਰਿਹਾ ਦੋ ਤਿੰਨ ਸ਼ੂਟ ਸਾਈਮਲਟੇਨੀਅਸਲੀ ਚੱਲ ਰਿਹਾ ਇੱਕ ਦੋ ਹਲੇ ਸ਼ੁਰੂ ਹੋਣੇ ਆ ਤਾਂ ਹਲੇ ਦੇਖਦੇ ਆ ਵੀਰੇ ਕਿੰਨੇ ਕੁ ਲੰਬੇ ਜੰਨੀ ਰੱਬ ਕਿੱਥੇ ਤੱਕ ਲੈ ਕੇ ਜਾਂਦਾ ਸਭ ਰੱਬ ਦੇ ਹੱਥ ਆ ਨਹੀਂ ਅਸੀਂ ਤਾਂ ਸਿਰਫ ਮਿਹਨਤ ਕਰ ਸਕਦੇ ਆ ਕਿ ਜਿਹੜੇ ਮੌਕੇ ਆਈ ਜਾਂਦੇ ਆ ਆਪਾਂ ਬਸ ਬਰੀ ਕਰੀ ਚੱਲੀਏ ਕਰੀ ਚੱਲੀਏ ਪਤਾ ਥੋੜੀ ਸੀ ਜਦੋਂ ਯਾਰ ਚੱਲੇ ਬਾਹਰ ਵੀ ਸਿ ਸ਼ੁਰੂ ਕੀਤਾ ਸਾਨੂੰ ਪਤਾ ਥੋੜੀ ਸੀਗਾ ਕੀ ਲੋਕਾਂ ਦਾ ਰਿਸਪੌਂਸ ਆਉਣਾ ਤੇ ਇਨ ਫੈਕਟ ਅਸੀਂ ਡਰੇ ਹੋਏ ਸੀਗਾ ਤੁਹਾਨੂੰ ਦੱਸਿਆ ਕਿ ਜਦੋਂ ਪੋਸਟਰ ਪਾਇਆ ਜਦੋਂ ਟ੍ਰੇਲਰ ਆਇਆ ਤਾਂ ਲੋਕਾਂ ਨੇ ਕੀ ਰਿਸਪੌਂਸ ਦਿੱਤਾ ਪਰ ਉਹਦੋਂ ਇੱਕਦਮ ਹੀ ਅੱਛਾ ਤੁਸੀਂ ਐਕਟਿੰਗ ਕਰਦੇ ਹੋ ਜਦੋਂ ਤੁਹਾਡੇ ਕੋਲ ਡਾਇਲੌਗਸ ਆਏ ਤੇ ਆ ਕਰੈਕਟਰ ਵੀ ਇਦਾਂ ਦਾ ਦਾ ਮੁੰਡਾ ਇਦਾਂ ਦਾ ਦਾ ਕਰਕੇ ਵੀ ਕਿਦਾਂ ਤੁਸੀਂ ਪ੍ਰੋਸੈਸ ਕਰਦੇ ਹੋ ਮਾਈਂਡ ਚ ਵੀ ਆ ਮੈਂ ਇਹਨੂੰ ਐ ਪਲੇ ਕਰਨਾ ਕਿਉਂਕਿ ਡਾਇਲੌਗਸ ਮੈਂ ਵੀ ਬੋਲ ਸਕਦਾ ਏ ਜਾਂ ਜਿੰਨੇ ਬੱਠੇ ਨੇ ਬੋਲ ਸਕਦੇ ਨੇ ਬਟ ਵੀ ਉਹ ਡਾਇਲੌਗਸ ਤੁਹਾਡੇ ਲੱਗਣ ਉਹ ਤੁਹਾਡੇ ਡਾਇਲੌਗਸ ਨੇ ਵੀ ਉਹ ਲਾਈਨ ਨਾ ਲੱਗੇ ਕੀ ਤੁਸੀਂ ਉਹਦੀ ਕੀ ਕਰਦੇ ਹੋ ਪ੍ਰੈਕਟਿਸ ਕਰਦੇ ਹੋ ਜਾਂ ਵੀ ਉਹ ਸੋਚਣ ਲੱਗ ਜਾਂਦੇ ਹੋ ਜਾਂ ਮੇਰਾ ਹੀ ਕਰੈਕਟਰ ਆ ਮੈਂ ਇਦਾਂ ਦਾ ਹੈਗਾ ਕੀ ਤਿਆਰੀ ਹੁੰਦੀ ਹੈ ਬਈ ਮੈਂ ਵਿਦ ਟਾਈਮ ਵੇਦ ਟਾਈਮ ਹਾਲੇ ਤਾਂ ਚਲੋ ਮੇਰਾ ਐਕਸਪੀਰੀਅੰਸ ਬਹੁਤ ਘੱਟ ਆ ਜੇ ਦੇਖਿਆ ਜਾਵੇ ਤਾਂ ਬਟ ਇੱਕ ਚੀਜ਼ ਮੈਂ ਦੇਖੀ ਆ ਫੋਰ ਐਗਜ਼ਾਮਪਲ ਆਪਾਂ ਨੂੰ ਡਾਇਲੋਗ ਮਿਲਿਆ ਹੂੰ ਲਾਈਨ ਮਿਲੀ ਠੀਕ ਆ ਆ ਕਰੈਕਟਰ ਆ ਆਨ ਲਾਈਨ ਆ ਇੰਨਾ ਬੋਲਣਾ ਇੱਕ ਐਕਸਪੀਰੀਅੰਸ ਮੇਰਾ ਪਰਸਨਲ ਆ ਹਰੇਕ ਤੇ ਰਾਗੂ ਨਹੀਂ ਹੁੰਦਾ ਇਹ ਆਪਾਂ ਡਾਇਲੋਗ ਮਿਲਿਆ ਆਪਾਂ ਉਹਦੀ 15 20 ਵਾਰ ਪ੍ਰੈਕਟਿਸ ਕਰ ਲਈ 25 ਵਾਰ ਪ੍ਰੈਕਟਿਸ ਕਰ ਲਈ ਠੀਕ ਆ 30 ਵਾਰੀ ਪ੍ਰੈਕਟਿਸ ਕਰ ਲਈ ਪਰ ਪਰ ਫਿਰ ਉਹ ਉਨਾਂ ਵਧੀਆ ਨਹੀਂ ਜਾਂਦਾ ਪ੍ਰੈਕਟਿਸ ਕਰਨਾ ਨਹੀਂ ਹੋਣਾ ਡਾਇਲੌਗ ਲੋ ਬੈਠ ਜਾਓ ਇਮੇਜਿਨ ਕਰ ਲੋ ਇੱਕ ਵਾਰੀ ਸ਼ਾਂਤੀ ਨਾਲ ਟਿਕ ਕੇ ਕਿ ਕੀ ਹੋ ਸਕਦਾ ਪ੍ਰੈਕਟਿਸ ਨਾ ਕਰੋ ਭਾਵੇਂ ਸਿੱਧਾ ਡਾਇਰੈਕਟ ਜਾ ਕੇ ਕੈਮਰੇ ਦੇ ਅੱਗੇ ਕਰ ਦਿਓ ਟੇਕ ਲੈ ਲਓ ਕੋਈ ਚੱਕਰ ਨਹੀਂ ਬਸ ਇੱਕ ਵਾਰੀ ਉਹ ਜਿਹੜਾ 5 ਮਿੰਟ ਦੀ ਇਮੇਜਿਨੇਸ਼ਨ ਹੋਣੀ ਹੈ ਨਾ ਉਹਨੇ ਥੋੜੇ ਤੋਂ ਹਰ ਚੀਜ਼ ਕਰਾ ਜਾਣੀ ਹੈ ਮੈਨੂੰ ਇਹ ਚੀਜ਼ ਲੱਗਦੀ ਆ ਤੇ ਇਹ ਚੀਜ਼ ਮੈਂ ਵਿਦ ધ ਟਾਈਮ ਸਿੱਖਿਆ ਕਿ ਇਹ ਮੇਰੇ ਮੈਨੂੰ ਇਸ ਚੀਜ਼ ਨੇ ਬਹੁਤ ਹੈਲਪ ਕੀਤਾ ਕੁਝ ਨਹੀਂ ਕਰਨਾ ਬਾਲੀ ਪ੍ਰੈਕਟਿਸ ਨਹੀਂ ਜ਼ਰੂਰੀ ਨਹੀਂ ਕਿ ਤੁਹਾਨੂੰ ਹੁਣ ਟੇਕ ਆ ਮੈਂ 10 ਮਿੰਟ ਚ ਪ੍ਰੈਕਟਿਸ ਕਰਕੇ ਆਇਆ ਮੈਂ 15-20 ਮਿੰਟ ਪਰ ਮੈਂ ਲਗਾਤਾਰ ਬੋਲੀਗਾ ਬੋਲੀ ਨਹੀਂ ਬਸ ਇੱਕ ਵਾਰੀ ਬਹਿ ਜਾਓ ਟਿੱਕੇ ਬਹਿ ਜਾਓ ਅੱਖਾਂ ਬੰਦ ਕਰਕੇ ਸੋਚ ਲਓ ਕਿ ਕੀ ਹੋ ਸਕਦਾ ਐਕਸਟਰਾ ਸਪੈਸ਼ਲ ਨਹੀਂ ਕੁਝ ਕਰਨਾ ਉਹਨੂੰ ਆਰਡੀਨਰੀ ਬਸ ਉਹਨੂੰ ਐਕਸਟਰਾ ਆਰਡੀਨਰੀ ਬਣਾ ਦੋ ਮੈਨੂੰ ਮੇਰਾ ਇਹ ਹੁੰਦਾ ਕਿ ਬਸ ਮੈਂ ਇਸ ਚੀਜ਼ ਵੱਲ ਲੈ ਜਾ ਹਰ ਇੱਕ ਵਾਰੀ ਨਹੀਂ ਹੋ ਪਾਉਂਦਾ ਕਦੇ-ਕਦੇ ਉਹ ਚੀਜ਼ ਵਧੀਆ ਰਹਿ ਜਾਂਦੀ ਹੈ ਹਮ ਨਹੀਂ ਸਹੀ ਕਹਿਿਆ ਤੁਸੀਂ ਵੀ ਮੈਨੂੰ ਸੀਨ ਯਾਦ ਆ ਗਿਆ ਨਵਾਜ਼ੁद्दीन ਭਾਈ ਦਾ ਸੀਨ ਸੀਗਾ ਉਹ ਤੁਸੀਂ ਸੁਣਿਆ ਹੋਣਾ ਉਹਨੇ ਚਪਲਾ ਪਾਉਣੀ ਸੀ ਜਾਂ ਇਦਾਂ ਕੁਝ ਵੀ ਇੱਕ ਸੀਨ ਸੀਗਾ ਉੱਠ ਕੇ ਗਏ ਫਿਰ ਵਾਪਸ ਆ ਗਏ ਚਪਲਾ ਪਾ ਕੇ ਫਿਰ ਨਿਕਲ ਗਏ ਵੀ ਕੁਝ ਸੀਗਾ ਨਹੀਂ ਉਹਦੇ ਵਿੱਚ ਤਾਂ ਇਹ ਵਧੀਆ ਵੀ ਬਸ ਇਮੇਜਿਨ ਕਰ ਲਓ ਵੀ ਮੈਂ ਹੈ ਉਹ ਜੀ ਬਸ ਇਮੇਜਿਨ ਕਰਨਾ ਹੈ ਕਿ ਇੱਥੇ ਕੀ ਹੋ ਸਕਦਾ ਜੇ ਇਹ ਚੀਜ਼ ਮੈਂ ਕਰਾਂ ਤਾਂ ਇਹਦੇ ਵਿੱਚ ਮੈਂ ਕੀ ਕਰ ਦੂੰਗਾ ਫੋਰ ਐਗਜ਼ਾਮਪਲ ਉਹ ਜੋ ਮੰਨ ਲਓ ਆ ਚੀਜ਼ ਕਰਨੀ ਹੈ ਪੁਲ ਜੋ ਕੈਮਰਾ ਠੀਕ ਹੈ ਬਿਨਾ ਕੈਮਰੇ ਤੋਂ ਮੰਨ ਲਓ ਇਹ ਚੀਜ਼ ਮੇਰੇ ਤੇ ਆ ਗਈ ਤਾਂ ਮੈਂ ਕੀ ਕਰੂੰਗਾ ਹੂੰ ਠੀਕ ਹੈ ਨਾ ਇੱਕ ਬੁੱਕ ਆ ਐਕਟਿੰਗ ਦੀ ਉਹਦੇ ਵਿੱਚ ਇੱਕ ਇੱਕ ਬਹੁਤ ਫੇਮਸ ਰੂਲ ਐਕਟਿੰਗ ਦਾ ਉਹਨੂੰ ਕਹਿੰਦੇ ਮੈਜਿਕ ਆਫ ਰੂਲ ਮੈਜਿਕ ਆਫ ਦਾ ਮਤਲਬ ਹੈ ਕਿ ਉਹ ਚੀਜ਼ ਮੰਨ ਲਓ ਤੁਹਾਨੂੰ ਸਕ੍ਰਿਪਟ ਜਿੱ ਦਿੱਤਾ ਗਿਆ ਆ ਸਿਚੁਏਸ਼ਨ ਹੈ ਠੀਕ ਹੈ ਵਾਟ ਇਫ ਜੋ ਸਿਚੁਏਸ਼ਨ ਮੇਰੇ ਤੇ ਹੁੰਦੀ ਵਾਟ ਇਫ ਵਾਟ ਇਫ ਸਵਾਲ ਪੁੱਛੋ ਖੁਦ ਤੋਂ ਵਾਟ ਇਫ ਦਿਸ ਵਾਟ ਇਫ ਦਿਸ ਵਾਟ ਇਫ ਜੇ ਮੈਂ ਹੀ ਉਸ ਚੀਜ਼ ਹੈ ਠੀਕ ਹੈ ਮੰਨ ਲਓ ਇੱਕ ਡਾਕਟਰ ਦਾ ਕਰੈਕਟਰ ਹੈ ਵਾਟ ਇਫ ਜੇ ਮੈਂ ਐਕਚੁਅਲ ਇੱਕ ਡਾਕਟਰ ਹੀ ਹੋਵਾਂ ਤਾਂ ਮੈਂ ਕਿਵੇਂ ਬੀਹੇਵ ਕਰੂੰਗਾ ਤਾਂ ਇਫ ਨਾਲ ਰਿਲੇਟਡ ਬਹੁਤ ਸਾਰੇ ਹੁੰਦੇ ਜੇ ਤੁਸੀਂ ਖੁਦ ਤੋਂ ਕਰ ਦੋ ਜੇ ਤੁਸੀਂ ਉਹਨਾਂ ਦਾ ਜਵਾਬ ਦੇਤਾ ਤੁਸੀਂ ਕਰੈਕਟਰ ਨੂੰ ਸਮਝ ਲਿਆ ਹਮ ਮਤਲਬ ਇਹ ਪ੍ਰੈਕਟਿਸ ਕਰਨ ਨਾਲ ਨਹੀਂ ਇਹ ਚੀਜ਼ ਬਸ ਇੱਕ ਵਾਰੀ ਟਿਕ ਕੇ ਬੈ ਕੇ ਸੋਚ ਲਓ ਜੋ ਇਹ ਇਹ ਚੀਜ਼ ਮੇਰੇ ਤੇ ਪਲਾਈ ਹੁੰਦੀ ਹੈ ਜ਼ਰੂਰੀ ਨਹੀਂ ਹਰ ਐਕਟਰ ਦਾ ਇਹੀ ਅਪਰੋਚ ਹੋਵੇ ਮੈਨੂੰ ਇਹ ਚੀਜ਼ ਲੱਗਦੀ ਹੈ ਕਿ ਇਸ ਚੀਜ਼ ਨੇ ਮੇਰੀ ਬਹੁਤ ਹੈਲਪ ਕੀਤੀ ਹੂੰ ਕੁਝ ਕਰ ਸਕਦੇ ਆਪਾਂ ਤੁਸੀਂ ਦੱਸੋ ਕਰਦੇ ਆ ਮੈਨੂੰ ਐਕਟੀਵਿਟੀਜ਼ ਬਹੁਤ ਮਜ਼ਾ ਆਉਂਦਾ ਤੁਸੀਂ ਦੱਸੋ ਕੋਈ ਐਕਟੀਵਿਟੀ ਤੁਸੀਂ ਥੋੜੇ ਜੇ ਵੀ ਜਿੱਦਾਂ ਕੋਈ ਬਿਜ਼ਨਸਮੈਨ ਹੁੰਦਾ ਵਾ ਵੀ ਲਾਈਕ ਅਮੀਰ ਜਿਹਾ ਹੁੰਦਾ ਵੀ ਖਾਨਦਾਨ ਚ ਨਾ ਵੀ ਪ੍ਰੋਪਰ ਨਾ ਉਹਦਾ 5 ਸਟਾਰ 7 ਸਟਾਰ ਉਹਨਾਂ ਦਾ ਬੰਗਲੋ ਹੈਗਾ ਵਾ ਸੋ ਇੱਕ ਸਿਚੁਏਸ਼ਨ ਆ ਉਦਹੀਂ ਠੀਕ ਆ ਮਤਲਬ ਤੁਸੀਂ ਹਾਂ ਨਾ ਕਰਦੇ ਵੀ ਯਾਰ ਹਜੇ ਮੂਡ ਨਹੀਂ ਹੈਗਾ ਨਹੀਂ 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 ਦੱਸੋ AC ਦਾ ਮੂਡ ਨਹੀਂ ਹੋਗਾ ਮੈਂ ਉਹੀ ਬਣਾ ਰਿਹਾ ਡਿਜ਼ਾਈਨ ਕਰ ਰਿਹਾ ਸਿਚੁਏਸ਼ਨ ਇਦਾਂ ਕਿ ਤੁਹਾਡਾ ਵਧੀਆ ਬਿਜ਼ਨਸ ਹੈਗਾ ਵੀ ਪਾਪਾ ਦਾ ਬਹੁਤ ਵੱਡਾ ਬਿਜ਼ਨਸ ਹੈ ਤੇ ਵੀ ਮਿਹਨਤ ਕਰਕੇ ਬਹੁਤ Empire ਗੜਾ ਕੀਤਾ ਵਾ ਤੇ ਹੁਣ ਤੁਹਾਡੀ ਜ਼ਿੰਦਗੀ ਵਿੱਚ ਆਲ ਆਫ ਸਡਨ ਵੀ ਚੀਜ਼ਾਂ ਸਹੀ ਨਹੀਂ ਚੱਲ ਰਹੀਆਂ ਵੀ ਤੁਹਾਡਾ ਪਾਰਟਨਰ ਤੁਹਾਨੂੰ ਛੱਡ ਕੇ ਚਲਾ ਗਿਆ ਤੇ ਸ਼ਾਇਦ ਤੁਹਾਨੂੰ ਲਿਕਰ ਪੀਣ ਦੀ ਸ਼ਰਾਬ ਪੀਣ ਦੀ ਆਤ ਲੱਗ ਗਈ ਥੋੜੀ ਜੀ ਕਿਉਂਕਿ ਤੁਸੀਂ ਸਟ्रेस ਵਿੱਚ ਰਹਿੰਦੇ ਹੋ ਵੀ ਤੁਹਾਡਾ ਬਿਜ਼ਨਸ ਜਾਈ ਜਾ ਰਿਹਾ ਸਾਰੇ ਲੋਕ ਤੁਹਾਨੂੰ ਖਾਈ ਜਾ ਰਹੇ ਨੇ ਤੇ ਤੁਹਾਡੇ ਆਲੇ ਦੋਲੇ ਰਿਸ਼ਤੇਦਾਰ ਵੀ ਤੁਹਾਨੂੰ ਨਾ ਮਤਲਬ ਲਾਈਕ ਧੋਖਾ ਹੀ ਮਿਲਿਆ ਵਾ ਸਾਰੇ ਕਿਤੋਂ ਤੇ 3 ਇੰਡੀਆ ਪਾਕਿਸਤਾਨ ਦਾ ਮੈਚ ਸੀਗਾ ਤੇ ਉੱਤੇ ਬੈਟ ਲੱਗੀ ਹੋਈ ਸੀ ਤੁਹਾਡੀ ਜਿਹਦੇ ਵਿੱਚ 2-3 ਕਰੋੜ ਦਾ 2-3 ਨਹੀਂ 25-30 ਕਰੋੜ ਦਾ ਨੁਕਸਾਨ ਹੋਇਆ ਤੁਹਾਡਾ ਉਸ ਤੋਂ ਬਾਅਦ ਤੁਸੀਂ ਵੀਡੀਓ ਕਾਲਦੇ ਹੋ ਤੇ ਤੁਸੀਂ ਵੀ ਤੁਹਾਨੂੰ ਦੇਖਦੇ ਪਏ ਨੇ ਟੀਵੀ ਚੈਨਲ ਤੇ ਠੀਕ ਆ ਅੱਛਾ ਤੁਹਾਡੇ ਤੇ ਫਰੋਡ ਵੀ ਕਰਾਰ ਕਰਤਾ ਵੀ ਇਹ ਸੱਟੇਬਾਜ਼ ਜਿੱਦ ਦਾ ਨਾ ਇਹ ਉਹ ਇਹਦਾ ਬਿਜ਼ਨਸ ਜਿਹੜਾ ਹੈਗਾ ਵਾ ਇਹ ਕੁ ਲਿਫਲਾਉਂਦਾ ਨਹੀਂ ਥੋੜਾ ਸਿਚੁਏਸ਼ਨ ਤੋਂ ਬਾਹਰ ਚੱਲਾਂਗੇ ਨਹੀਂ ਯਾਰ ਇਹ verdade ਮੈਂ ਆਹੀ ਕਰੂੰਗਾ ਘੰਟੇ ਚ ਅਜਾ ਛੋਟਾ ਛੋਟਾ ਨਹੀਂ ਇੱਕ ਦੋ ਡਾਇਲੌਗ ਬੋਲ ਦੇ ਬਸ ਵੀ ਜੀ ਲਾਈਵ ਸਟ੍ਰੀਮ ਤੇ ਆ ਗਏ ਹੋ ਤੁਸੀਂ ਬਸ ਥੋੜੇ ਜੀ ਚਾਰ ਪੰਜ ਗੱਲਾਂ ਤੁਸੀਂ ਦੱਸਣਾ ਵੀ ਮੈਂ ਕੀ ਕਰ ਸਕਦਾ ਵਾਂ ਮੈਨੂੰ ਸਾਰਾ ਕੁਝ ਪਤਾ ਵਾ ਵੀ ਜੇ ਮੈਂ ਖੋਲਣ ਤੇ ਆ ਜਾ ਬੋਲਾਂ ਇੱਕ ਇੱਕ ਦੀ ਖੋਲਣਾ ਪਰ ਮੈਨੂੰ ਜ਼ਰੂਰਤ ਨਹੀਂ ਹੈਗੀ ਕਿਸੇ ਦੀ ਬੋਲ ਖੋਲਣ ਦੀ ਵੀ ਮੈਨੂੰ ਆਪਣੇ ਆਪ ਤੇ ਬਿਲੀਫ ਆ ਜੇ ਮੈਂ ਪਹਿਲਾਂ ਉੱਠਿਆ ਸੀ ਮੈਂ ਦੁਬਾਰਾ ਵੀ ਉੱਠ ਜਾਊਂਗਾ ਮੈਂ ਸਮਝ ਗਿਆ ਹਾਂ ਕੰਟੈਂਟ ਕ੍ਰੀਏਟਰ ਤੁਸੀਂ ਉਹ ਮੈਨੂੰ ਡਾਇਲੌਗ ਦੋ ਮੈਂ ਡਾਇਲੌਗ ਬੋਲ ਦੂੰਗਾ ਡਾਇਲੌਗ ਇਹੀ ਰੱਖ ਲੈਣੇ ਆਂ ਵੀ ਤੁਸੀਂ ਇੱਕ ਮੂਡ ਤੋਂ ਨਿਕਲਿਓ ਵੀ ਇੱਕ ਇੱਕ ਮੂਡ ਜਿਵੇਂ ਹੁੰਦਾ ਵੀ ਸੋਚਦੇ ਬੈਹੋ ਫਿਰ ਤੁਸੀਂ ਲਾਈਵ ਕਾਲ ਤੇ ਆਏ ਨਾ ਵੀ ਦੇਖਦਾ ਪਿਆ ਵੀ ਤੁਸੀਂ ਸਾਰੇ ਕੁਝ ਛਾਰ ਚੁੱਕੇ ਹੋ ਐਕਚੁਅਲੀ ਤੁਸੀਂ ਗਰੀਬ ਹੋ ਚੁੱਕੇ ਹੋ ਹੁਣ ਠੀਕ ਆ ਤੇ ਤੁਹਾਡੇ ਅੰਦਰ ਇੰਨੀ ਪੇਸ਼ੈਂਸ ਆ ਤੁਹਾਡੇ ਅੰਨਾ ਕੰਦਰ ਕੌਨਫੀਡੈਂਸ ਆ ਨਾ ਜਿਵੇਂ ਵੀ ਵੀ ਤੁਸੀਂ ਸਮਾਈਲ ਵੀ ਦੇ ਰਹੇ ਹੋ ਤੇ ਨਾਲ ਨਾਲ ਕਹਿ ਰਹੇ ਹੋ ਕਿ ਵੀ ਮੈਨੂੰ ਪਤਾ ਵੀ ਕਿੰਨੇ ਚਾਲਾ ਖੇਡੀਆਂ ਇਹ ਵੀ ਕੌਣ ਕੌਣ ਕਿੰਨੇ ਸਕੀਮਾਂ ਲਾਈਆਂ ਵੀ ਮੇਰੇ ਆਪਣੇ ਨੇ ਮੈਨੂੰ ਇਦਾਂ ਧੋਖਾ ਦਿੱਤਾ ਪਰ ਵੀ ਬਿਨੇ ਜੋੜਾ ਬਿਨੇ ਜੋੜਾ ਇਹ ਨਾ ਵੀ ਕਮਜ਼ੋਰ ਨਹੀਂ ਹੈਗਾ ਜੇ ਪਹਿਲਾਂ ਮੈਂ ਉੱਠਿਆ ਸੀ ਦੁਬਾਰਾ ਫੇਰ ਉੱਠ ਜਾਊਗਾ ਉਸ ਇੰਨਾ ਕੁਝ ਡਾਇਲੋਗ ਆਪਣਾ ਫਸਾ ਉਹ ਕਹਿੰਦੇ ਨਹੀਂ ਜਿਵੇਂ ਸਿੰਗਰ ਹੁੰਦੇ ਗਾਣਾ गा ਕੇ ਦਿਖਾਓ ਐਕਟਰ ਐਕਟਿੰਗ ਕਰਕੇ ਦਿਖਾਓ ਹੈ ਦਾ ਸ਼ੂਗਰ ਆ ਤੁਸੀਂ ਫੇਰ ਕਹਤਾ ਇਹਦਾ ਕਈ ਵਾਰੀ ਨਾ ਜਿਵੇਂ ਲੋਕ ਮਿਲਦੇ ਆ ਘਰ ਆਉਂਦੇ ਹਨ ਕੋਈ ਵੀ ਅ اچھا ਐਕਟਿੰਗ ਕਰਦੇ ਹਾਂ ਚਲੋ ਕੁਝ ਕਰਕੇ ਦਿਖਾ ਦੋ ਕੀ ਕਰਕੇ ਕੀ ਗਾਏ ਥੋੜੀ ਕੁਝ ਕਰਕੇ ਦਿਖਾ ਸਕਦੇ ਹਾਂ ਐ ਕਿਵੇਂ ਕਰਕੇ ਦਿਖਾ ਦਈਏ ਪਰ ਹੁਣ ਤੁਸੀਂ ਯਾਰ ਜਿਆਦਾ ਔਖੀ ਨਹੀਂ ਪ੍ਰੋਪਰ ਨਹੀਂ ਪ੍ਰੋਪਰ ਐਡਿਟ ਆਪਾਂ ਬੀਜੀਐਮ ਦੇਓ ਯਾਰ ਪਿੱਛੇ ਪ੍ਰੋਪਰ ਸਾਊਂਡ ਨਾ ਬੀਜੀਐਮ ਦੇ ਕੇ ਪ੍ਰੋਪਰ ਕਰੈਕਟਰ ਆਰਾਮ ਨਾ ਕਰਿਓ ਟਾਈਮ ਲੈ ਕੇ ਐ ਨਹੀਂ ਵੀ ਜਲਦੀ ਜਲਦੀ ਕਰਨਾ ਆਪਾਂ ਵਧੀਆ ਐਡਿਟ ਕਰਾਂਗੇ ਇਹਨੂੰ ਨਹੀਂ ਬਟ ਸੋ ਤੁਸੀਂ ਮੂਡ ਚਾਜੋ ਬੋਲਣਾ ਕੀ ਹੈ ਬੋਲਣਾ ਤੁਸੀਂ ਐ ਕਿ ਹੁਣ ਸੁਣਿਓ ਕਰੈਕਟਰ ਨਾ ਕਿਦਾਂ ਵੀ ਤੁਸੀਂ ਹਾਰ ਚੁੱਕੇ ਹੋ ਤੁਹਾਡੀ 100 ਕਰੋੜ ਦੀ ਪ੍ਰਾਪਰਟੀ ਚਲ ਗਈ ਤੁਹਾਡਾ ਦੁਬਈ ਵਾਲਾ ਬੰਗਲੋ ਸਾਰਾ ਕੁਝ ਵੇਚ ਗਿਆ ਇਹ ਤੁਹਾਡੇ ਚਾਲ ਸਾੜੇ ਸਕੇ ਭਰਾ ਦੀ ਸੀ ਸ਼ਰੀਕਾਂ ਦੀ ਸੀ ਤੇ ਬਈ ਤੁਹਾਡੀ ਵਾਈਫ ਜਾਂ ਪਾਰਟਨਰ ਤੁਹਾਡੇ ਤੋਂ ਅਲੱਗ ਹੋ ਗਿਆ ਇਹ ਵੀ ਤੁਹਾਡੇ ਆਪਣੇ ਆ ਦੀ ਚਾਲ ਸੀਗੀ ਸੋ 25-30 ਕਰੋੜ ਤੁਸੀਂ ਹਾਰ ਗਏ ਹੋ ਤੇ ਉਸ ਤੋਂ ਬਾਅਦ ਬਈ ਤੁਹਾਨੂੰ ਸਾਰਾ ਕੁਝ ਪਤਾ ਵਾ ਫਿਰ ਵੀ ਤੁਸੀਂ ਚੁੱਪ ਹੋ ਤੇ ਤੁਸੀਂ ਲਾਈਵ ਤੇ ਆਉਨੇ ਹੋ ਥੋੜੀ ਜਿਹੀ ਪੋਲਾ ਖੋਲਦੇ ਹੋ ਵੀ ਮੈਨੂੰ ਪਤਾ ਮੇਰੇ ਦੁਬਈ ਦੇ ਬੰਗਲੇ ਨੂੰ ਵੀ ਕਿੰਨੇ ਹਥਿਆਇਆ ਸੀ ਆਪਣੀ ਲੈਂਗੁਏਜ ਬੋਲਦੇ ਹੋ ਵੀ ਬਿਨੇ ਜੋੜਾ ਇੰਨਾ ਵੀ ਕਮਜ਼ੋਰ ਨਹੀਂ ਹੈਗਾ ਜਿਵੇਂ ਪੱਲਾ ਉੱਠਿਆ ਸੀ ਮੈਂ ਦੁਬਾਰਾ ਵੀ ਉੱਠ ਸਕਦਾ ਓਕੇ ਚਲ ਮੈਂ ਟਰਾਈ ਕਰੂੰਗਾ ਮੈਂ ਹਾਂ ਨਹੀਂ ਤੁਸੀਂ ਵਧੀ ਕਰੋਗੇ ਭਾਜੀ ਨਹੀਂ ਨਹੀਂ ਮੈਂ ਟਰਾਈ ਕਰਦਾ ਮੈਂ ਕੈਮਰੇ ਵਿੱਚ ਦੇਖ ਕੇ ਬੋਲਦਾ ਠੀਕ ਹੈ ਦੇਖ ਕੇ ਬੋਲ ਚਲ ਟਰਾਈ ਕਰਦਾ ਸੀਨ 1 एक वन अच्छा ये भी क्वेश्चन <laughs> है यार हंसावने यार ठीक है ठीक है एक मिनट सोचा नहीं सी कभी कि मेरे ਆਪਣੇ ਮੈਨੂੰ ਧੋਖਾ ਦੇਣਗੇ ਮਿੱਥੋ ਕੋਈ ਪੈਸੇ ਮੰਗਦਾ ਸੀ ਤਾਂ ਮੈਂ ਨਹੀਂ ਯਾਰ ਮੇਰੇ ਆਪਣੇ ਆ ਮੈਂ ਦਿੰਦਾ ਸੀ ਪਰ ਕੋਈ ਨਹੀਂ ਮੈਮ ਪਹਿਲਾਂ ਵੀ ਮੈਨੂੰ ਕਿਸਦਾ ਸਾਥ ਨਹੀਂ ਸੀ ਮਿਲਿਆ ਤੇ ਸਾਥ ਮੈਨੋਂ ਹੋਣ ਵੀ ਨਹੀਂ ਚਾਹੀਦਾ ਪਹਿਲਾਂ ਵੀ ਮਾਪ ਹੀ ਉੱਠਿਆ ਸੀ ਤੇ ਹੁਣ ਵੀ ਮਾਪ ਹੀ ਉੱਠੂਗਾ। ਬਿੰਨੇ ਜੋੜਾ ਇੰਨਾ ਵੀ ਕਮਜ਼ੋਰ। ਬਸ ਯਾਰ। ਨਹੀਂ ਭਾਜੀ ਬਹੁਤ ਵਧੀਆ। ਨਹੀਂ ਸੀਰੀਅਸਲੀ ਨਹੀਂ। ਨਹੀਂ ਮੈਂ ਤੁਹਾਨੂੰ ਨਹੀਂ ਪਤਾ ਮੈਨੂੰ ਕਿ ਆਈ نو ਕਿ ਇੱਕਦਮ ਨਾ ਵੀ ਕੈਰੈਕਟਰ ਦਿੱਤਾ ਫਿਰ ਵੀ ਯਾਰ ਬਹੁਤ ਚੀਜ਼ ਸਟੇਬਲ ਸੀਗੇ ਤੇ ਕੁਝ ਲਾਊਡ ਨਹੀਂ ਸੀ ਕੁਝ ਘੱਟ ਨਹੀਂ ਸੀ ਸਟੇਬਲ ਸੀ। ਲਾਊਡ ਤਾਂ ਮਤਲਬ ਕਈ ਯਾਰ ਪਤਾ ਨਹੀਂ ਯਾਰ ਮੈਂ ਮੈਂ ਬਹੁਤ ਅੰਡਰ ਕੰਫੀਡੈਂਸ ਦਾ ਮੈਨੂੰ ਨਹੀਂ ਪਤਾ ਕੀ ਹੋਇਆ ਕਿ ਨਹੀਂ ਹੋਇਆ। ਨਹੀਂ ਨਹੀਂ ਅੱਛਾ ਵੀ ਅੱਛਾ ਸੀ। ਅਸੀਂ ਦੇ ਹੁੰਦਾ ਸੀ ਤੁਹਾਨੂੰ ਪਲੇਬੈਕ ਦਿਖਾ ਦਿੰਦੇ ਬਟ ਅੱਛਾ ਸੀ ਭਾਈ ਮਤਲਬ ਆ ਜਸਟ ਫਨ ਕੀਤਾ ਸੀ ਬਟ ਵੀ ਰੀ ਕਾਬਲੀਅਤ ਹੈਗੀ ਯਾਰ ਜਸਟ ਫਨ ਐ ਪਲੀਜ਼ ਇਹਨੂੰ ਸੱਚੀ ਨਾ ਸਮਝ ਲਿਓ ਅੱਛਾ ਇੱਕ ਇੱਕ ਛੋਟਾ ਜਿਹਾ ਹੋਰ ਲੱਗ ਰਿਹਾ ਮੈਂ ਬਹੁਤ ਮਾੜਾ ਐਕਟ ਕੀਤਾ ਬਟ ਇੱਕ ਇੱਕ ਛੋਟਾ ਜਿਹਾ ਹੋਰ ਇਹ ਹੀ ਤੁਸੀਂ ਪਾਗਲ ਹੋ ਮੈਂ ਬੁਰਾ ਨਾ ਥੋੜੀ ਦੇਰ ਇਮੇਜਿਨ ਕਰ ਸਕਦੇ ਹੋ ਨਸ਼ੇੜੀ ਨਹੀਂ ਪਾਗਲ ਲੱਗਦੇ ਆ ਠੀਕ ਆ ਆਹੀ ਲਾਈਨਾਂ ਪਾਗਲ ਚ ਵੀਰੇ ਬਹੁਤ ਸੋਹਣੀ ਰੀਲ ਨਿਕਲਨੀ ਆਦੀ ਹਾਂ ਇਹ ਲਾਊਡ ਵੀ ਕਰ ਸਕਦਾ ਤੁਸੀਂ ਮਤਲਬ ਓਵਰ ਐਕਟ ਵੀ ਕਰ ਸਕਦਾ ਨਹੀਂ ਹਾਂ ਕੋਸ਼ਿਸ਼ ਕਰਦਾ ਮੈਂ ਡਾਇਲੋਗ ਹੀ ਬੋਲ ਰਿਹਾ ਡਾਇਲੋਗ ਹੀ ਬੋਲ ਰਿਹਾ ਡਾਇਲੋਗ ਆ ਹੀ ਬੋਲਦੇ ਹੋ ਚੱਲੇ ਜੇ ਬਣ ਕੇ ਕਿੱਦਾਂ ਓ ਯਾਰ ਕੀ ਬੋਲਾਂ ਯਾਰ ਐ ਨਹੀਂ ਗੱਲ ਬਣਦੀ ਕੋਸ਼ਿਸ਼ ਕਰਦਾ हमें तो अपनों ने लूटा गैर में क्या <laughs> आई बोल देने चल जेड़ा डायलॉग बोल ले मैं वही ट्राई करता हूं ठीक है पहला भी मेनू किसी का साथ नहीं सी मिले हूं नहीं चाहिए <laughs> ना ना पहला कमजोर सी ना हूं कमजोर ਇਹ ਨਹੀਂ ਨਹੀਂ ਸਹੀ ਯਾਰ ਇਹ ਵੀ ਨਹੀਂ ਯਾਰ ਅਟਾਇਰ ਦੇਖੋ ਕਈ ਵਾਰ ਨਾ ਬਾਡੀ ਹੈਨਾ ਥੋੜਾ ਬੰਦਾ ਫਲੋ ਚ ਵੀ ਆਂਦਾ ਲਾਈਟਿੰਗ ਨਾ ਉਸ ਮਹੌਲ ਨਾਲ ਵੀ ਐਕਟ ਹੁੰਦਾ ਨਾ ਜੀ ਨਹੀਂ ਹੁਣ ਤਾਂ ਮਤਲਬ ਆਏ ਆ ਨਾ ਕਿਤੇ ਗੱਲਾਂ ਬਾਤਾਂ ਕਰਨ ਬੈਠੇ ਆ ਕੋਈ ਚੱਕਰ ਨਹੀਂ আচ্ছা ਵੀਰੇ ਐਂਬੀਅੰਸ ਤੇ ਸਾਹਮਣੇ ਵਾਲੇ ਕੈਰੈਕਟਰ ਨਾਲ ਫਰਕ ਪੰਦਾ ਐਕਟ ਦਾ ਵੀ ਤੁਹਾਨੂੰ ਡਾਇਲੋਗ ਦੇ ਕੌਣ ਰਿਹਾ ਮਤਲਬ ਦੋ ਜਣੇ ਤੁਸੀਂ ਐਕਟ ਕਰਦੇ ਹੋ ਇਹ ਸਾਹਮਣੇ ਵਾਲੇ ਨਹੀਂ ਦੇ ਰਿਹਾ ਤੁਸੀਂ ਵੀ ਪਰਫਾਰਮ ਨਹੀਂ ਕਰਵਾ ਹਣਾ ਬਵਰਕਮੈਂਡਰ ਉਹ ਕਈ ਵਾਰ ਕੀ ਹੁੰਦਾ ਸੀਗਾ ਕਿ ਜਿਵੇਂ ਜਿਵੇਂ ਹੁਣ ਆ ਕੈਮਰਾ ਨਾਲ ਇੱਕ ਮੇਰੇ ਵੱਲ ਹਣਾ ਤੇ ਇਹਦੇ ਵਿੱਚ ਮੇਰਾ ক্লোਜ਼ ਅਪ ਲੱਗਾ ਹੋਇਆ ਤੇ ਟੂ ਸ਼ਾਟ ਹੈ ਮੇ ਤਾਂ ਸਾਹਮਣੇ ਵਾਲਾ ਬੰਦਾ ਗੱਲ ਕਰ ਰਿਹਾ ਮੈਂ ਤਾਂ ਕਈ ਵਾਰੀ ਅਸੀਂ ਸਾਰੀ ਕਰਦੇ ਸੀ ਐਵੇਂ ਕਿ ਭਾਵੇਂ ਉਹ ਕਰੈਕਟਰ ਦਿਖ ਨਹੀਂ ਰਿਹਾ ਪਰ ਉਸ ਐਕਟਰ ਨੂੰ ਕਹਿੰਦੇ ਸੀ ਵੀਰੇ ਤੂੰ ਕੈਮਰੇ ਦੇ ਪਿੱਛੇ ਕੱਢ ਕੇ ਮੈਨੂੰ ਉਵੇਂ ਹੀ ਡਾਇਲੌਗ ਦੇ ਉਵੇਂ ਬੋਲ ਹਾਂ ਅੱਛਾ ਕਈ ਵਾਰ ਆਪਾਂ ਦੇਖਦੇ ਨੇ ਜਿਹੜੇ ਵੈਬ ਸੀਰੀਜ਼ ਤੁਸੀਂ ਦੇਖੀ ਆ ਵੀ ਉਹ ਸਾਰੇ ਟੈਕ ਚ ਇਕੱਠੇ ਖੜੇ ਨਹੀਂ ਆ ਵੀ ਨਹੀਂ ਹੁੰਦਾ ਜਿਵੇਂ ਵੀਰੇ ਨੇ ਦੱਸਿਆ ਸ਼ਾਇਦ ਤੁਸੀਂ ਸਾਹਮਣੇ ਕਰੈਕਟਰ ਹੋਹੀ ਹੁੰਦਾ ਵੀ ਨਹੀਂ ਨਹੀਂ ਜ਼ਰੂਰੀ ਨਹੀਂ ਹੁੰਦਾ ਹੋਵੇ ਕਈ ਵਾਰੀ ਐਬਸੈਂਟ ਵੀ ਹੁੰਦਾ ਕਈ ਵਾਰੀ ਆ ਪੂਰੀ ਜਿਹੜੀ ਟੇਕ ਆ ਲੌਂਗ ਹਨਾ ਸ਼ਾਰਟ ਆ ਉਹ ਲੈ ਲਿਆ ਇੱਕ ਦਿਨ ਲੈ ਲਿਆ ਉਹ ਤੋਂ ਤਿੰਨ ਚਾਰ ਦਿਨਾਂ ਬਾਅਦ ਕਹਿੰਨਗੇ ਯਾਰ ਤੇਰਾ ਸ਼ਾਰਟ ਪਿਆ ਕਲੋਜ਼-ਅਪ ਪਿਆ ਤੂੰ ਆ ਜਾ ਹਨਾ ਹੁਣ ਕਲੋਜ਼-ਅਪ ਦੇਣਾ ਹੁਣ ਉਹ ਸਾਹਮਣੇ ਵਾਲਾ ਐਕਟਰ ਅਵੇਲੇਬਲ ਹੈਗਾ ਨਹੀਂ ਹੈਗਾ ਉਹ ਕਿਸੇ ਅਲੱਗ ਸ਼ੂਟ ਤੇ ਆ ਬਸ ਉਵੇਂ ਹੀ ਫਿਰ ਉਹ ਖੜਾ ਦਿੰਦੇ ਆ ਕਿਸੇ ਹੋਰ ਨੂੰ ਖੜਾ ਦਿੰਦੇ ਆ ਹਨਾ ਉਹਨੂੰ ਦੇਖ ਕੇ ਬੋਲੀ ਜਾ ਹੂੰ ਕਿਹੜਾ ਡ੍ਰੀਮ ਕਰੈਕਟਰ ਆ ਤੁਹਾਡਾ ਵੀ ਜਿਹੜਾ ਤੁਸੀਂ ਜਿਹੜਾ ਫਿਲਮਾਂ ਹੋ ਚੁੱਕੀਆਂ ਨੇ ਵੀ ਕਿਹੜਾ ਕੈਰੈਕਟਰ ਇਦਾਂ ਦਾ ਸੀ ਜਿਹੜਾ ਤੁਸੀਂ ਕਹਿੰਦੇ ਯਾਰ ਆ ਮੈਂ ਪਲੇ ਕਰਦਾ ਯਾਰ ਮਜ਼ਾ ਆਉਣਾ ਸੀ ਡਰ ਸ਼ਾਹਰੂਖ ਖਾਨ ਡਰ ਮੈਨੂੰ ਫਿਲਮ ਰਿਮਾਈਂਡ ਹੋ ਗਈ ਹਾਂ ਓਹ ਹੋ ਹੋ ਗਿਆ ਯਾਰ ਬਹੁਤ ਨਹੀਂ ਮਤਲਬ ਜਦੋਂ ਮੈਂ ਫਿਲਮ ਦੇਖਦਾ ਹੁੰਦਾ ਨਾ ਮੈਨੂੰ ਆਲਮੋਸਟ ਹਰ ਦੂਜੀ ਦੀ ਫਿਲਮ ਨਾ ਲੱਗਦਾ ਹੁੰਦਾ ਕਿ ਯਾਰ ਜੇ ਕਾਸ਼ ਇਹ ਮੈਂ ਕਰਦਾ ਮੈਂ ਕਿਤੇ ਬੈਟਰ ਕਰ ਸਕਦਾ ਸੌਰੀ ਮੂ ਮੈਂ ਬਿੱਟ ਟੂ ਬੰਦ ਰਹੀ ਹਾਂ ਪਰ ਦਿਮਾਗ ਚ ਆਉਂਦਾ ਹੁੰਦਾ ਸਾਰੇ ਐਕਟਰਸ ਦਾ ਇਹੀ ਆ ਜਿੰਨੇ ਐਕਟਰਸ ਕਰ ਚੁੱਕੇ ਨੇ ਕਹਿੰਦੇ ਯਾਰ ਪਤਾ ਨਹੀਂ ਉਦੋਂ ਮੈਂ ਵੀ ਮੈਨੂੰ ਇੱਥੇ ਨਾ ਐਨਾ ਪੌਜ਼ ਲੈਣਾ ਚਾਹੀਦਾ ਸੀ ਜਾਂ ਮੈਨੂੰ ਉੱਥੇ ਲਾਊਡ ਹੋਣਾ ਨਾ ਇਹ ਚੀਜ਼ ਲੱਗਾ ਇਹ ਚੀਜ਼ ਕੀ ਹੁੰਦੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਇਹ ਕੀ ਹੁੰਦਾ ਕਿ ਜਿੰਨਾ ਮਰਜ਼ੀ ਕਰ ਲੋ ਜਿੰਨਾ ਮਰਜ਼ੀ ਵਧੀਆ ਕਰ ਲੋ ਕਦੇ ਤੁਸੀਂ ਸੈਟੀਸਫਾਈ ਹੋਵੋਗੇ ਨਹੀਂ ਕਦੇ ਵੀ ਨਹੀਂ ਸੈਟੀਸਫਾਈ ਹੋਵੋਗੇ ਤੁਹਾਨੂੰ ਤੁਸੀਂ ਕਰਕੇ ਚਲੇ ਗਏ ਉਹ ਡਨ ਹੋ ਗਿਆ ਪੈਕ ਅਪ ਹੋ ਗਿਆ ਨਾਲ ਦੇ ਨਾਲ ਜਦੋਂ ਘਰ ਪਹੁੰਚੋਗੇ ਤੁਹਾਨੂੰ ਲੱਗਣ ਲੱਗ ਜੂਗਾ ਯਾਰ ਇੱਥੇ ਮੈਂ ਆਹ ਚੀਜ਼ ਵੀ ਕਰ ਸਕਦਾ ਮਨੋਜ ਬਾਜਪਾਈ ਹੈ ਤਾਂ ਕਹਿੰਦਾ ਵੀ ਯਾਰ ਮੈਂ ਇੱਥੇ ਕੀ ਕਰਤਾ ਸੀ ਯਾਰ ਐਂ ਲੱਗਦਾ ਮਤਲਬ ਘਰ ਜਾ ਕੇ ਕੀ ਇਨਫੈਕਟ 5 ਮਿੰਟ ਬਾਅਦ ਪਰ 5 ਮਿੰਟ ਤੁਸੀਂ ਇਹ ਨਹੀਂ ਕਹਿ ਸਕਦੇ ਹੁੰਦੇ ਕਿ ਨਹੀਂ ਵੀਰੇ ਦੁਬਾਰਾ ਸੈਟਅਪ ਲਾਇਓ ਮੈਂ ਦੁਬਾਰਾ ਕਰਨਾ ਉਹ ਚੀਜ਼ ਨਹੀਂ ਹੋ ਸਕਦੀ ਹੁੰਦੀ ਇਸ ਕਰਕੇ ਜੋ ਕਰਤਾ ਉਹ ਬਸ ਫਿਰ ਭੁੱਲਣਾ ਪੈਂਦਾ ਛੱਡੋ ਯਾਰ ਹੁਣ ਜੋ ਹੋ ਗਿਆ ਸੋ ਹੋ ਗਿਆ ਸੋ ਐਕਟਿੰਗ ਦੀਆਂ ਗੱਲਾਂ ਹੋ ਰਹੀਆਂ ਯਾਰ ਤੇ ਦੂਸਰਾ ਕਿਨੂੰ ਮੈبی ਆ ਯੂ ਨੋ ਵੀ ਨਾ ਕਿ ਲੋਕ ਬੋਲ ਰਹੇ ਨੇ ਕਿ ਯਾਰ ਐਕਟਿੰਗ ਨਹੀਂ ਕਰਦੇ ਨਹੀਂ ਦੇਖਦੇ ਅੱਜ ਕੱਲ ਲੋਕ ਲੋਕਾਂ ਨੂੰ ਪਸੰਦ ਆ ਵੀ ਕਿੱਦਾਂ ਕੈਮਰੇ ਦੇ ਪਿੱਛੇ ਕਿੱਦਾਂ ਨਾ ਚੀਜ਼ਾਂ ਹੁੰਦੀਆਂ ਨੇ ਸੋ ਤੁਹਾਡੇ ਤੇ ਵੀ ਉਹਨੇ ਲਾਸਟ ਇੱਕ ਸਵਾਲ ਮੇਰਾ ਐਕਟਿੰਗ ਦੇ ਰਿਲੇਟਡ ਹੀ ਆ ਕਿ ਕਿਨੂੰ ਐਡਮਾਇਰ ਕਰਦੇ ਹੋ ਵੀ ਮੈਨੂੰ ਇਹ ਜਿਹੇ ਕੈਰੈਕਟਰਸ ਪਸੰਦ ਨੇ ਜਾਂ ਇਦਾਂ ਦੇ ਐਕਟਰਸ ਮੈਨੂੰ ਪਸੰਦ ਨੇ ਵੀ ਦੇਖਦੇ ਹਾਂ ਯਾਰ ਮਤਲਬ ਐਕਟਰ ਮੈਨੂੰ ਹਰੇਕ ਦੀ ਆਪਦੀ ਆਪਦੀ ਕੁਆਲਿਟੀ ਹੁੰਦੀ ਆ ਬਟ ਪਰਸਨਲੀ ਮੈਨੂੰ ਸ਼ੁਰੂ ਤੋਂ ਛੋਟੇ ਹੁੰਦੇ ਤੋਂ ਇੱਕ ਮੈਨੂੰ ਕਾਦਰ ਖਾਨ ਸਾਹਿਬ ਪਸੰਦ ਸੀ ਵਾਹ ਤੇ ਇੱਕ ਮੈਨੂੰ ਜਦੋਂ ਥੋੜੇ ਵੱਡੇ ਹੋਇਆ ਫਿਰ ਮੈਨੂੰ ਇਰਫਾਨ ਖਾਨ ਸਾਹਿਬ ਪਸੰਦ ਆ ਗਈ ਸੀ। ਕੀ ਬਾਤ ਹੈ ਮੈਨੂੰ ਮਨ ਸੀਗਾ ਕਿ बिकॉज ਮੇਰਾ ਸ਼ੁਰੂ ਤੋਂ ਸੀਗਾ ਕਿ ਯਾਰ ਮੈਂ ਐਕਟਿੰਗ ਲਾਈਨ ਚ ਜਾਣਾ ਹੈ ਕਿ ਮੈਂ ਹੋਰ ਕਿਸੇ ਨਾਲ ਕੰਮ ਕਰਨਾ ਕਰਾਂ ਰੱਬ ਮੈਨੂੰ ਇੱਕ ਵਾਰੀ ਇਹਨਾਂ ਨਾਲ ਕੰਮ ਕਰਨ ਦਾ ਮੌਕਾ ਦੇ ਦੇ ਇੱਕ ਵਾਰੀ ਹੂੰ ਭਾਵੇਂ ਮੈਂ ਹੋਰ ਕਿਸੇ ਨਾਲ ਨਾ ਕਰਾਂ ਉਹ ਭਾਵੇਂ ਮੇਰਾ ਫੀਲਡ ਚੇਂਜ ਹੋ ਜਾਏ ਹੂੰ ਬਸ ਮੈਂ ਇੱਕ ਵਾਰੀ ਇਹਨਾਂ ਨਾਲ ਕੰਮ ਕਰਨਾ ਹੂੰ ਮੈਂ ਬਹੁਤ movies ਦੇਖਦਾ ਅਕਸਰ ਖਾਨ ਸਾਹਿਬ ਦੀਆਂ ਉਸ ਤੋਂ ਬਾਅਦ ਇਰਫਾਨ ਖਾਨ ਸਾਹਿਬ ਦੀਆਂ ਹਨਾ ਉਹ ਦੇਖ ਦੇਖ ਕੇ ਬਹੁਤ ਸਿੱਖਿਆ ਆਈ ਨਹੀਂ ਮਤਲਬ ਮੈਂ ਹੋਰਾਂ ਦੀ ਵੀ ਦੇਖਦਾ ਬਾਕੀ ਨੂੰ ਵੀ ਦੇਖਦਾ ਬਾਕੀ ਦੇ ਵੀ ਕੁਆਲਿਟੀਜ਼ ਮੈਂ 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 ਕਿਸੇ ਨੂੰ ਕਾਪੀ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਬਟ ਮੈਨੂੰ ਜੇ ਕਿਸੇ ਦੀ ਕੁਆਲਿਟੀ ਪਸੰਦ ਆਉਂਦੀ ਹੈ ਨਾ ਤਾਂ ਮੈਂ ਕੁਆਲਿਟੀ ਚੱਕ ਲੈਣਾ ਹੁੰਦਾ ਮੈਂ ਕਿਸੇ ਦੀ ਇਧਰ ਕੁਆਲਿਟੀ ਚੱਕ ਲਈ ਕਿਸੇ ਦੀ ਇਧਰ ਕੁਆਲਿਟੀ ਚੱਕ ਲਈ ਕਿਸੇ ਦੀ ਇਧਰ ਕੁਆਲਿਟੀ ਚੱਕ ਲਈ ਮੈਂ ਚਾਹੁੰਦਾ ਹੁੰਦਾ ਮੈਂ ਇੱਕ ਪੈਕ ਬਣ ਜਾ ਬ੍ਰੋਪਰ ਕਿ ਮੈਂ ਜੇ ਜਾ ਕੇ ਮੈਂ ਉਹ ਪੈਕ ਪ੍ਰੋਪਰ ਆਪ ਦੇ ਇੱਕ ਪ੍ਰੋਡਿਊਸਰ ਟੈਕਨ ਨੂੰ ਗਿਫਟ ਹੂੰ ਕਿਉਂਕਿ ਮੈਂ ਹਰੇਕ ਦੀ ਵਧੀਆ ਉਹਦੀ ਕੁਆਲਿਟੀ ਚੱਕਦੀ। ਭਾਵੇਂ ਮੇਰੇ ਚ ਆਪਦੇ ਚ ਕੁਝ ਹੋਵੇ ਨਾ ਹੋਵੇ। ਹੂੰ। ਅੱਛਾ ਰੈਬੀ ਭਾਜੀ ਦੀ ਤਾਰੀਫ਼ ਹੈ ਇੱਕ ਵੀਸੀਬੀ ਯਾਰ ਚੱਲੇ ਬਾਹਰ। ਉਸ ਤੋਂ ਪਹਿਲਾਂ ਕਿੰਨੇ ਕੁ ਫੋਲੋਅਰ ਸੀ ਤੁਹਾਡੇ ਵੈਸੇ? ਮੈਂ ਇੰਸਟਾ ਤੇ ਸੀਗਾ ਹੀ ਨਹੀਂ। ਸੀਗਾ ਹੀ ਨਹੀਂ। ਮੈਨੂੰ ਇੰਸਟਾ ਤੇ ਮੈਨੂੰ ਲਿਆਈ ਉਹਨਾਂ ਨੇ ਆ। ਉਹਨਾਂ ਨੇ ਮੈਨੂੰ ਜਦੋਂ ਉਹ ਆਉਣਾ ਸੀਗਾ ਆਪਣਾ ਟ੍ਰੇਲਰ ਆਉਣਾ ਸੀ ਉਹ ਤੋਂ 2-4 ਦਿਨ ਪਹਿਲਾਂ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਇੰਸਟਾ ਦੇ ਅਕਾਊਂਟ ਬਣਾ ਲੈ। ਕਿ ਲੋਕ ਕਨੈਕਟ ਹੋਣਗੇ। ਪਤਾ ਲੱਗੂ ਲੋਕਾਂ ਨੂੰ ਤੂੰ ਕੌਣ ਐ। ਮੈਂ ਤਾਂ ਇੰਸਟਾ ਤੇ ਸੀਗਾ ਹੀ ਨਹੀਂ। ਮੈਂ ਤਾਂ ਇਹ ਸੋਚਦਾ ਹੁੰਦਾ ਕਿ ਯਾਰ ਮੈਂ ਨਾ ਐਕਚੁਅਲੀ ਮੈਂ ਸੀਰੀਅਸਲੀ ਮੈਂ ਬੜਾ ਇੱਕ ਮੈਂ ਬਹੁਤ ਬੋਰਿੰਗ ਪਰਸਨੈਲਿਟੀ ਹਾਂ ਰਿਜ਼ਰਵਡ ਪਰਸਨ ਬਹੁਤ ਰਿਜ਼ਰਵਡ ਮੈਂ ਬਹੁਤ ਬੋਰਿੰਗ ਪਰਸਨੈਲਿਟੀ ਹਾਂ ਮੈਂ ਜਦੋਂ ਕੋਈ ਕਹਿੰਦਾ ਹੁੰਦਾ ਸੀ ਨਾ ਕਿ ਯਾਰ ਤੂੰ ਇੰਸਟਾ ਤੇ ਆ ਜਾ ਮੈਂ ਕਹਿੰਦਾ ਸੀ ਹੁਣ ਪਾਉਂਗਾ ਕੀ ਨਾ ਮੈਨੂੰ ਕੋਈ ਸ਼ੌਂਕ ਹੈ ਮੈਂ ਕੋਈ ਸਟੋਰੀਆਂ ਪਾਵਾਂ ਮੈਂ ਲੋਕਾਂ ਨੂੰ ਦਿਖਾਉਂਗਾ ਕੀ ਹੂੰ ਮੈਂ ਕਿ ਯਾਰ ਇੰਸਟਾ ਵਾਸਤੇ ਨਾ ਇੱਕ ਬਹੁਤ ਇੰਟਰਸਟਿੰਗ ਪਰਸਨੈਲਿਟੀ ਹੋਣੀ ਚਾਹੀਦੀ ਹੈ ਇੱਕ ਸੋਸ਼ਲ ਮੀਡੀਆ ਜਿਹੜਾ ਪਰਸਨ ਬਹੁਤ ਇੰਟਰਸਟਿੰਗ ਪਰਸਨ ਹੋਣਾ ਚਾਹੀਦਾ ਉਹਨੂੰ ਗ ਮੈਂ ਸੋਚਦਾ ਹੁੰਦਾ ਸੀ ਕਿ ਯਾਰ ਮੈਂ ਕੀ ਲੋਕਾਂ ਨੂੰ ਡੇਟਨ ਕਰੂੰਗਾ ਮੈਂ ਕੀ ਰੀਲਾ ਬਣਾਉਂਗਾ ਠੀਕ ਹੈ ਅ ਮੈਂ ਉਹ ਹਨਾ ਜਦੋਂ ਆਉਣਾ ਸੀਗਾ ਟ੍ਰੇਲਰ ਉਹ ਤੋਂ ਦਸਤ ਤਿੰਨ ਚਾਰ ਦਿਨ ਪਹਿਲਾਂ ਮੈਂ ਬਣਾਇਆ ਸੀਗਾ ਤੇ ਆ ਆਪਦੇ ਯਾਰਾਂ ਦੋਸਤਾਂ ਨੂੰ ਕਹਿ ਕੇ ਕਿ ਯਾਰ ਚਲੋ ਹੁਣ ਜੋ ਲੋਕ ਦੇਖਣਗੇ ਘੱਟੋ ਘੱਟ ਕੁਛ ਤਾਂ ਹੋਵੇ ਮੇਰੀ ਪ੍ਰੋਫਾਈਲ ਦੇਖਣ ਚ ਠੀਕ ਹੈ ਤਾਂ ਮੈਂ ਉਹ ਪ੍ਰੋਫਾਈਲ ਜੋ ਫਿਰ ਥੋੜੀ ਜਿਆਦਾ ਇੱਕਦਮ ਮੈਂ ਫੋਟੋ ਫੁੱਟੋ ਖਿਚਾ ਕੇ ਝੂਕੇ ਪਾਈਆਂ ਠੀਕ ਹੈ ਦੋ ਚਾਰ ਦੋਸਤਾਂ ਨੂੰ ਕਿਹਾ ਮੈਂ ਕਿ ਯਾਰ ਮੇਰਾ ਥੋੜਾ ਅਕਾਊਂਟ ਲੋਕਾਂ ਤੋਂ ਕਰਾ ਦਿਓ ਫੋਲੋ ਕਿ ਕਟਵਰ ਜਦੋਂ ਲੋਕਾਂ ਨੇ ਦੇਖਣ ਤਾਂ ਕਟਵਰ 100 150 ਫਾਲੋਅਰ ਤਾਂ ਹੋਵੇ ਮੇਰਾ ਠੀਕ ਹੈ ਉਹ ਕਰਾਇਆ ਫਿਰ ਜਦੋਂ ਇੱਕ ਦਾਮੀ ਜਦੋਂ ਟ੍ਰੇਲਰ ਆਇਆ ਉਹ ਤੋਂ ਬਾਅਦ ਵਧਿਆ ਮੇਰੇ 100 200 ਸੀਗੇ ਫਾਲੋਅਰ ਮੈਂ ਸੀਗੇ ਨਹੀਂ ਨਾ ਇੰਸਟਾ ਤੇ ਨਹੀਂ ਮੈਨੂੰ ਬਹੁਤ ਵਧੀਆ ਲੱਗੇ ਰੈਬਿਟ ਵਨਵਰੇ ਦੀ ਇਹ ਤਾਰੀਫ ਆ ਜਿੰਨੇ ਐਕਟਰ ਆਏ ਨੇ ਸੀਗੇ ਹੀ ਨਹੀਂ ਕਿਤੇ ਸੋਸ਼ਲ ਮੀਡੀਆ ਤੇ ਜਾਂ 2000 1500 ਫਾਲੋਅਰ ਹੁਣ ਵੈਬ ਸੀਰੀਜ਼ ਨੇ ਮੇਰੇ ਸਾਹਮਣੇ ਕਾਸਟਿੰਗ ਚੱਲਦੀ ਪਈ ਸੀ ਕੋਈ ਵੈਬ ਸੀਰੀਜ਼ ਦੀ ਇਹਨੂੰ ਲੈ ਲੈਣਾ ਕਹਿੰਦੇ ਤੇ ਮਿਲੀਅਨ ਹੈਗਾ ਵੀ ਰੀਚ ਮਿਲ ਜੂ ਮੈਂ ਕਿਹ ਐਕਟਰ ਹੈਗਾ ਉਹ ਮੇਰਾ ਕੋਈ ਇਨਵੋਲਵਮੈਂਟ ਨਹੀਂ ਸੀ ਮੇਰੇ ਇੱਧਾ ਬੈਠੇ ਨੇ ਉੱਥੇ ਮੈਂ ਬੈਠਾ ਹਾਂ ਤੇ ਮੈਂ ਕਿਹਾ ਭਾਈ ਆਡਿਸ਼ਨ ਵੀ ਲਾ ਕੇ ਦੇਖ ਲਓ ਐਕਟਰ ਹੈਗਾ ਉਹ ਤਾਂ ਕਰਾ ਲਾਂਗੇ ਮੈਂ ਕਿਹਾ ਫਿਰ ਚੱਲ ਵੀ ਤੁਹਾਡੀ ਹਾਸੇ ਚੱਲ ਜਾਂਦੀ ਮੈਂ ਦੇਖਿਆ ਮੈਂ ਹੁਣ ਗਾਣਿਆਂ ਚ ਬੇਸਿਕਲੀ ਜਿਹੜੇ ਮਾਡਲਸ ਨੂੰ ਲਿਆ ਜਾਂਦਾ ਠੀਕ ਹੈ ਦੇਖ ਕੇ ਲਿਆ ਜਾਂਦਾ ਅੱਜ ਕਿ ਕਿਦੀ ਰੀਚ ਜਾਂਦਾ ਹਾਂ ਰੀਚ ਵਧੀਆ ਹੂੰ ਐਕਟਿੰਗ ਕਰਾਵਾਂਗੇ ਯਾਰ ਦੋ ਦੀਸਾਂ ਤੇ ਚਾਰ ਟੇਕ ਲੈ ਲੂ ਕਰਾ ਲਾਂਗੇ ਐਕਟਿੰਗ ਐਕਟਿੰਗ ਨੂੰ ਤਾਂ ਖੇਡ ਸਮਝਿਆ ਜਾਂਦਾ ਅੱਜਕੱਲੇ ਐਕਟਿੰਗ ਲਾਜਿਓ ਕਰਾ ਲਾਂਗੇ ਕੋਈ ਰੀਚ ਹੋਣੀ ਚਾਹੀਦੀ ਹੈ ਇੰਸਟਾ ਤੇ ਮੈਂ ਇਸ ਕੋਲੋਂ ਫੈਨ ਅਰੈਬੀ ਭਾਈ ਦਾ ਵੀ ਚੁਣ ਚੁਣ ਕੇ ਬੰਦੇ ਲੱਭਦੇ ਨੇ ਉਹ ਕਾਸਟਿੰਗ ਕਰਦੇ ਨੇ ਮੈਨੂੰ ਨਹੀਂ ਪਤਾ ਕਿੰਨਾ ਤੁਹਾਡੀ ਕਾਸਟਿੰਗ ਕਿਵੇਂ ਹੋਈ ਸੀ ਵੈਸੇ ਇਹ ਵੀ ਦੱਸ ਦਿੰਨੇ ਆ ਭਾਈ ਅ ਕਾਸਟਿੰਗ ਮੇਰੀ ਇਹੰਜ ਹੋਈ ਸੀਗੀ ਕਿ ਅ ਅਸੀਂ ਨਾ ਸਾਰੇ ਇੱਕੋ ਬੈਚ ਦੇ ਆ ਆਲਮੋਸਟ ਮਤਲਬ ਕਿ ਅ ਅ ਰੈਬੀ ਵੀਰਾ ਜਦੋਂ ਯੂਨੀਵਰਸਿਟੀ ਚ ਪੜ੍ਹਿਆ ਉਹ 2013 ਤੋਂ 2017 ਦਾ ਬੈਚ ਸੀਗਾ ਮੇਰਾ 2014-2018 ਪਰ ਸਾਡੇ ਡਿਪਾਰਟਮੈਂਟ ਬਹੁਤ ਅਲੱਗ-ਅਲੱਗ ਸੀਗੇ ਮੇਰਾ ਇੰਜੀਨੀਅਰਿੰਗ ਡਿਪਾਰਟਮੈਂਟ ਸੀ ਉਹਨਾਂ ਦਾ ਕੈਂਪਸ ਡਿਪਾਰਟਮੈਂਟ ਸੀ ਮੀਡੀਆ ਡਿਪਾਰਟਮੈਂਟ ਸੀਗਾ ਤੇ ਯਾਰ ਜਿਗਰੀ ਵੀਲੇ ਵੀ ਜਦੋਂ ਉਹ ਸ਼ੂਟ ਹੋ ਰਹੀ ਸੀ ਉਦੋਂ ਵੀ ਮੈਂ ਯੂਨੀਵਰਸਿਟੀ ਸੀਗਾ ਬਟ ਮੇਰਾ ਕੋਈ ਲਿੰਕ ਹੀ ਨਹੀਂ ਸੀਗਾ ਮੇਰੇ ਸਾਰੇ ਸੀਨੀਅਰ ਉਹਨਾਂ ਚ ਸੀਗੇ ਹੂੰ ਤਾਂ ਮੈਂ ਉਹ ਤੋਂ ਬਾਅਦ ਚਲਾ ਗਿਆ ਸੀਗਾ ਫਿਰ ਉਹ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਜਦੋਂ ਯਾਰ ਜਿਗਰੀ ਰਿਲੀਜ਼ ਹੋਇਆ ਕਿ ਉਹ ਉਹਦੇ ਚ ਯਾਰ ਮੇਰੇ ਸਾਰੇ ਥੀਏਟਰ ਸੀਨੀਅਰ ਵਾਲੇ ਜਿਹੜੇ ਮੇਰੇ ਥੀਏਟਰ ਚ ਸੀਨੀਅਰ ਸੀਗੇ ਮੇਰੇ ਸਾਰੇ ਸੀਗੇ ਯਾਰ ਮੈਂ ਕਿਉਂ ਨਹੀਂ ਸੀਗਾ ਇਸ ਮੈਨੂੰ ਪਤਾ ਹੀ ਨਹੀਂ ਸੀਗਾ ਮੇਰਾ ਕੋਈ ਲਿੰਕ ਹੀ ਨਹੀਂ ਸੀਗਾ ਆ ਜਿਹੜੇ ਵੀ ਮੀਡੀਆ ਡਿਪਾਰਟਮੈਂਟ ਵਾਲੇ ਸੀਗੇ ਤੇ ਉਹ ਤੋਂ ਬਾਅਦ ਉਹਦੇ ਵਿੱਚ ਇੱਕ ਸੀਗੇ ਸੁਖਚੈਨ ਭਾਈ ਸੀਗੇ ਉਹ ਉਹਨਾਂ ਨੇ ਕੀਤੀ ਹੈ ਕਾਸਟਿੰਗ ਯਾਰ ਜਗਰੀ ਦੀ ਉਹਨਾਂ ਨੇ ਮੇਰੇ ਨਾਲ ਥੀਏਟਰ ਕੀਤਾ ਸੀਗਾ ਪੰਜਾਬ ਯੂਨੀਵਰਸਿਟੀਸ ਮੈਂ ਉਹਨਾਂ ਨਾਲ ਕੀਤਾ ਤੇ ਮੈਂ ਉਹਨਾਂ ਨੂੰ ਫੋਨ ਕੀਤਾ ਕਹਿੰਦੇ ਕਿ ਕਹਿੰਦੇ ਕੋਈ ਗੱਲ ਨਹੀਂ ਬਣੀ ਜਦੋਂ ਅਗਲਾ ਕੋਈ ਵੀ ਪ੍ਰੋਜੈਕਟ ਹੋਗਾ ਤੁਹਾਨੂੰ ਦੱਸੂਗਾ ਉਦੋਂ ਫਿਰ ਟੋਲ ਪੰਜਾਬੀ ਤੇ ਚੈਨਲ ਤੇ ਨਾ ਪੋਸਟਰ ਪਿਆ ਸੀਗਾ ਕਿ ਇਦਾਂ ਦਾ ਸੀ ਕਾਸਟਿੰਗ ਚੱਲ ਰਹੀ ਹੈ ਉਹ ਮੇਰਾ ਇੱਕ ਫਰੈਂਡ ਆ ਤਰुण ਮਿਊਜ਼ਿਕ ਬਣਾਉਂਦਾ ਉਹਨੇ ਮੈਨੂੰ ਸੈਂਡ ਕੀਤਾ ਕਿ ਯਾਰ ਕਾਸਟਿੰਗ ਹੋ ਰਹੀ ਆ ਤੂੰ ਟਰਾਈ ਕਰਕੇ ਦੇਖ ਲਾ ਤੂੰ ਅਡੀਸ਼ਨ ਭੇਜ ਦੇ ਮੈਂ ਸੁਖਚੈਨ ਵੀਰ ਨੂੰ ਫੋਨ ਕੀਤਾ ਮੈਂ ਕਿਹਾ ਵੀਰੇ ਵੀਰੇ ਤੁਸੀਂ ਦੱਸੋ ਕਿ ਜੇ ਇਹਦੇ 'ਚ ਲੋੜ ਹੈਗੀ ਆ ਇਹ ਮੈਂ ਭੇਜਦਾ ਨਾ ਅਡੀਸ਼ਨ ਆ ਕਹਿੰਦੇ ਤੂੰ ਮੈਨੂੰ ਅਡੀਸ਼ਨ ਭੇਜ ਦੇ ਮੈਂ ਰੈਪੀ ਨੂੰ ਦਿਖਾ ਦਿੰਦਾ ਜੇ ਉਹਨੂੰ ਪਸੰਦ ਆਉਂਦਾ ਤਾਂ ਤੇ ਮੈਂ ਉਹਨਾਂ ਨੂੰ ਅਡੀਸ਼ਨ ਭੇਜਿਆ ਰੱਬ ਵੀਰੇ ਨੂੰ ਲੱਗਿਆ ਕਿ ਚਲੋ ਥੋੜੀ ਜਿਹੀ ਕੈਪੇਬਿਲਿਟੀ ਥੋੜੀ ਬਹੁਤ ਹੈਗੀ ਆ ਬਾਕੀ ਦੇਖ ਲੈਣਾ ਮੈਂ ਮੈਂ ਗਿਆ ਮੈਂ ਉੱਥੇ ਮੈਂ ਤੇ ਇੰਦਰ ਸੇਮ ਦਿਨ ਬੈਠੇ ਸੀਗੇ ਉਹ ਦਿਨ ਆਡੀਸ਼ਨ ਦੇ ਵਾਸਤੇ ਉਦੋਂ ਇੰਦਰ ਆਇਆ ਫਿਰ ਉਦੋਂ ਮੈਂ ਮੇਰੇ ਦੋ ਕਰੈਕਟਰ ਵਾਸਤੇ ਆਡੀਸ਼ਨ ਹੋਈ ਸੀ ਇੱਕ ਇੰਦਰ ਤੇ ਕਰਮਾ ਜਦੋਂ ਮੈਨੂੰ ਕਰਮਾ ਕਰੈਕਟਰ ਦਿੱਤਾ ਗਿਆ ਕਰਮੇ ਜੋ ਮੈਨੂੰ ਪ੍ਰੋਪਰ ਰੈਟਾ ਵੱਡਾ ਮੋਨੋਲੋਗ ਦਿੱਤਾ ਜਿਸ ਵਿੱਚ ਮੈ ਮੇ ਵੀ ਜਿਵੇਂ ਯਾਦ ਹੋਵੇ ਇੱਕ ਸੈਕੰਡ ਸੀਜ਼ਨ ਚ ਜੀ ਮੈਂ ਝੂਠ ਬੋਲਦਾ ਹੁਣ ਕਿ ਮੇਰੇ ਚਾਚੇ ਨੇ ਪ੍ਰਕਾਰ ਮਾਰੀ ਮੈਂ ਤਲਵਾਰ ਮਾਰ ਕੇ ਉਹ ਜਿਹੜਾ ਮੈਨੂੰ ਉਹ ਦਿੱਤਾ ਗਿਆ ਉਹ ਜਦੋਂ ਮੈਂ ਕੀਤਾ ਪਹਿਲੀ ਵਾਰ ਚ ਇੱਕੋ ਥਾਂ ਤੇ ਮੈਂ ਅੜ ਗਿਆ ਹੂੰ ਇੱਕੋ ਥਾਂ ਤੇ ਮੈਂ ਅੜ ਗਿਆ ਕਿਉਂਕਿ ਉਹ ਵੱਡਾ ਰਲਗ ਸੀ ਤੇ ਕਹਿੰਦੇ ਚਲ ਠੀਕਾ ਤੂੰ ਆ ਵਧੀਆ ਕੀਤਾ ਠੀਕ ਠਾਕ ਕਰ ਤਾ ਹੁਣ ਤੂੰ ਅੰਦਰ ਕਰ ਮੈਨੂੰ ਅੰਦਰ ਡਾਲੋ ਤਾ ਉਹ ਮੈਂ ਮਿੰਟ ਚ ਸਾਰਾ ਕਰ ਤਾ ਅੱਛਾ ਮੈਂ ਕੋਈ ਮੈਂ ਚੱਕਦਾ ਕਹਿੰਦੇ ਯਾਰ ਤੂੰ ਅੰਦਰ ਜਾ ਆਵਜੇ ਕਰ ਇੰਦਰ ਕਰ ਲਾ ਮੈਂ ਕਹਿੰਦਾ ਨਹੀਂ ਵੀਰੇ ਮੈਂ ਕਰਮਾਈ ਕਰਨਾ ਹੈ ਕਹਿੰਦੇ ਫਿਰ ਤੂੰ ਇੱਕ ਵਾਰੀ ਫੇਰ ਕਰ ਦੁਬਾਰਾ ਕੀਤਾ ਸਾਰਾ ਕੁਝ ਹੋ ਕੇ ਮੈਂ ਰਿਕਵੈਸਟ ਕੀਤੀ ਮੈਂ ਕਹਾ ਵੀਰੇ ਇੰਦਰ ਕਰਨ ਨੂੰ ਮੈਂ ਤੁਸੀਂ ਮੈਨੂੰ ਇੰਦਰ ਦੇ ਦੂੰਗਾ ਮੈਂ ਇੰਦਰ ਕਰ ਦੂੰਗਾ ਪਰ ਕਹਿੰਦਾ ਮੈਂ ਕਿਹਾ ਵੀ ਮੇਰਾ ਦਿਲ ਨਾ ਜ਼ਿਆਦਾ ਕਰਮ ਨਾਲ ਹੈ ਤੁਸੀਂ ਮੈਨੂੰ ਕਰਮ ਕਰੈਕਟਰ ਦੇ ਦਿਓ ਜੇ ਤੁਹਾਨੂੰ ਠੀਕ ਲੱਗਿਆ ਫਿਰ ਉਹ ਤੋਂ ਬਾਅਦ ਕਟੋਂ ਕਟ 10 12 ਦਿਨ ਬਾਅਦ ਮੇਰਾ ਹੰਗਾ ਦਾ ਸ਼ੂਟ ਚੱਲ ਰਿਹਾ ਸੀਗਾ ਪੀਟੀਸੀ ਦਾ ਸ਼ੂਟ ਚੱਲ ਰਿਹਾ ਸੀਗਾ ਰੋਪੜ ਉੱਥੇ ਮੈਨੂੰ ਕਾਲ ਆਈ ਸੀਗੀ ਕਿ ਬਈਨੇ ਤੈਨੂੰ ਕਰਮ ਦਾ ਕਰੈਕਟਰ ਤੇਰਾ ਅਸੀਂ ਫਾਈਨਲ ਕਰ ਰਹੇ ਹਾਂ ਤੇ ਇਦਾਂ ਇਦਾਂ ਸੈਕਸ਼ਨ ਹੋਈ ਸੀ ਮੇਰੀ ਅੱਛਾ ਐਜ਼ ਅ ਐਕਟਰ ਵੀ ਕਾਫੀ ਪੰਜਾਬ ਪੰਜਾਬੀ ਇੰਡਸਟਰੀ ਦੀ ਗੱਲ ਕਰਦੇ ਆਪਾਂ ਵੀ ਕਾਫੀ ਐਕਟਰਸ ਯਾਰ ਜਿਨ੍ਹਾਂ ਕੋ ਫੇਮ ਆ ਚੁੱਕਾ ਪੈਸਾ ਵੀ ਆ ਗਿਆ ਉਹ ਇਨਵੈਸਟ ਕਰਦੇ ਨੇ ਜਾਂ ਉਹਨਾਂ ਤੇ ਪ੍ਰੋਡਿਊਸਰ ਇਨਵੈਸਟ ਵੀ ਕਰ ਦਿੰਦੇ ਨੇ ਠੀਕ ਆ ਇੱਕ ਦੋ ਫਿਲਮਾਂ ਤਬ ਬਹੁਤ ਐਕਟਿੰਗ ਕਰਨੀ ਸਿੱਖ ਵੀ ਜਾਂਦੇ ਨੇ ਠੀਕ ਆ ਜਿਹਦੀ ਗੱਲ ਕਰ ਰਿਹਾ ਜਿਦੀ ਮਰਜ਼ੀ ਲਗਾ ਲਓ ਮੈਂ ਮੈਂ ਚਲੋ ਬਹੁਤ ਵੱਡੇ ਨਹੀਂ ਗਿੱਪੀ ਗਰੇਵਾਲ ਭਾਈ ਦਾ ਕਿੱਡਾ ਵੱਡਾ ਨਾਮ ਹੈ ਉਹ ਆਪ ਕਹਿਣਗੇ ਵੀ ਮੇਰੀ ਪਹਿਲੀ ਫਿਲਮ ਯਾਰ ਮੈਂ ਕੀ ਕੀਤਾ ਸੀ ਮੈਂ ਅਸਲ 'ਚ ਹੁਣ ਕੰਮ ਕਰ ਰਿਹਾ ਦਲਜੀਤ ਦੋਸਾਂਜ ਬਾਜੀ ਹੇ ਤੱਕ ਕਹਿੰਦੇ ਨੇ ਮਿਲ ਕਰ ਰੱਬਾ ਕਹਿੰਦੇ ਮੈਂ ਪਹਿਲੀਆਂ ਦੋ ਤਿੰਨ ਫਿਲਮਾਂ ਮੈਂ ਤਾਂ ਐਕਟਿੰਗ ਕਰ ਹੀ ਨਹੀਂ ਰਹਾ ਸੀ ਕਹਿੰਦੇ ਵੀ ਉਹਨਾਂ ਦੀ ਇੱਕ ਹਿੰਦੀ ਚ ਇੰਟਰਵਿਊ ਸੀ ਕਹਿੰਦੇ ਯਾਰ ਮੈਨੂੰ ਹੁਣ ਪਤਾ ਲੱਗਿਆ 1984 ਤੋਂ ਬਾਅਦ ਮੈਨੂੰ ਅਕਲ ਆਈ ਵੀ ਐਕਟਿੰਗ ਕਰਨੀ ਕੀ ਕਰਨਾ ਵੀ ਐਕਟਿੰਗ ਕਰਨੀ ਨਹੀਂ ਆਗੀ ਸੋ ਬਈ ਅੱਛਾ ਉਹਨਾਂ ਕੋਲ ਫੇਮ ਆ ਜਾਂਦਾ ਪੈਸਾ ਆ ਜਾਂਦਾ ਵੀ ਆਡੀਅנס ਆ ਜਾਂਦੀ ਆ ਫੇਮ ਪੈਸਾ ਚੜਾ ਆਡੀਅנס ਆ ਜਾਂਦੀ ਜੇ ਕੋ ਆਡੀਅੰਸ ਆ ਗਈ ਫਿਰ ਉਹਤੇ ਪ੍ਰੋਡਿਊਸਰ ਵੀ ਪੈਸਾ ਲਾਉਂਦੇ ਆ ਸੋ ਬਈ ਐਸ ਤੂੰ ਨਿਊ ਕਮਰ ਹੀ ਆ ਯਾਰ ਵੀ ਇੱਕ ਵੈਬ ਸੀਰੀਜ਼ 'ਚ ਤੁਸੀਂ ਪਪੂ ਕਰਮ ਕਰਮਵੀਰ ਮੈਂ ਨਾਮ ਹੀ ਬੜੇ ਗਲਤ ਲੰਨਾ ਯਾਰ ਸੋ ਪੂਰ ਯਾਰ ਸੌਰੀ ਯਾਰ ਥਲੇ ਕਮੈਂਟ ਨਾ ਕਰਿਓ ਵੀ ਹੋਮਵਰਕ ਕਰਿਆ ਕਰੀ ਤੇ ਮੇਰੇ ਹੋਮਵਰਕ ਜ਼ਿਆਦਾ ਕਰ ਲਓ ਨਾ ਤਾਂ ਉਹ ਇੰਟਰਵਿਊ ਜੀ ਬਣ ਜਾਂਦੀ ਹੈ ਸਪੌਟਕਾਸਟਿੰਗ ਇਜ਼ ਲਾਈਕ ਕੀ ਵੀ ਹੈ ਨਾ ਵੀ ਨੇਚਰ ਹਾਂ ਵੀ ਜਿੱਦਾਂ ਹੈਗਾ ਜੋ ਮੂੰਹ ਚ ਆ ਗਿਆ ਠੀਕ ਹਾਂ ਵੀ ਉਦਾਂ ਹੀ ਰੱਖ ਲੀਦਾ ਆਪਾਂ ਹਾਂ ਸੋ ਤੁਸੀਂ ਐਜ਼ ਅ ਨਿਊ ਕਮਰ ਆਈ ਵੀ ਹੈ ਨਾ ਨਿਊ ਬੰਦਾ ਆਇਆ ਨਿਊ ਚਿਹਰਾ ਆਇਆ ਠੀਕ ਹੈ ਤੇ ਐਜ਼ ਅ ਅਗੇ ਫਿਊਚਰ ਕੀ ਦੇਖਦੇ ਹੋ ਪੰਜਾਬੀ ਇੰਡਸਟਰੀ ਚ ਪ੍ਰੋਡਿਊਸਰਸ ਅਪਰੋਚ ਕਰਦੇ ਆ ਤੁਹਾਨੂੰ ਫਿਲਮ ਲਈ ਮੇਰੇ ਅਸੀਂ ਪਤਾ ਕੀ ਆ ਇਸ ਟਾਈਮ ਤੇ ਹਮ ਠੀਕ ਹੈ ਮੈਂ ਨਹੀਂ ਕਹਿੰਦਾ ਬੀਇੰਗ ਰਿਸਪੈਕਟਫੁਲ ਟੂ ਦ ਇੰਡਸਟਰੀ ਕੇਮ ਇੰਡ ਕੋਲ ਹਲੇ ਕਮ ਹੈਗਾ ਪਰ ਮੈਂ ਤੁਹਾਨੂੰ ਆਪਣੀ ਪੋਜੀਸ਼ਨ ਸਾਡੀ ਕੀ ਆ ਅ ਇੱਕ ਮੁੰਡਾ ਇੱਕ ਕੁੜੀ ਨੂੰ ਪਿਆਰ ਕਰਦਾ ਹਮ ਸੇਮ ਮੁੰਡਾ ਇੱਕ ਹੋਰ ਕੁੜੀ ਨੂੰ ਪਿਆਰ ਕਰਦਾ ਹਮ ਪਰ ਉਹਨੇ ਦੂਜੀ ਕੁੜੀ ਨੂੰ ਕਿਹਾ ਹੋਇਆ ਕਿ ਠੀਕ ਹੈ ਅਸਤੇ ਨੂੰ ਪਿਆਰ ਕਰਦਾ ਪਰ ਮੈਂ ਵਿਆਹ ਪਹਿਲੀ ਕੁੜੀ ਨਾਲ ਹੀ ਕਰਾਉਣਾ ਉਹਨੋਂ ਦੂਜੀ ਕੁੜੀ ਅਪਲਿਕੇਸ਼ਨ ਸਾਡੀ ਹੈ ਕਿ ਸਾਨੂੰ ਲੋ ਸਾਨੂੰ ਡਾਇਰੈਕਟਰ ਪ੍ਰੋਡਿਊਸਰ ਪਸੰਦ ਕਰਦੇ ਆ ਪਰ ਕਹਿੰਦੇ ਕਿ ਨਹੀਂ ਅਸੀਂ ਲੈਣਾ ਉਹਨਾਂ ਨੂੰ ਹੀ ਸਮਝ ਰਹੇ ਹੋ ਠੀਕ ਹੈ ਕਿਉਂ ਕਿ ਅਸੀਂ ਐਕਟ ਕਰਨਾ ਪਰ ਪੈਸਾ ਉਹਨਾਂ ਨੇ ਦੋਣਾ ਹਾਂ ਕੀ ਹਾਂ ਡੀਪਾ ਕਾਫੀ ਵੀ ਸਮਝਣ ਵਾਲੇ ਸਮਝ ਗਏ ਠੀਕ ਹੈ ਹਾਂ ਸਮਝ ਰਹੇ ਹੋ ਨਾ ਫਿਲਮ ਫਿਲਮ ਬਿਜ਼ਨਸ ਹੈ ਮੈਂ ਇਸ ਚੀਜ਼ ਨੂੰ ਸਮਝਦਾ ਹਾਂ ਫਿਲਮ ਬਿਜ਼ਨਸ ਹੈ ਮੈਂ ਇਸ ਚੀਜ਼ ਨੂੰ ਸਮਝਦਾ ਕਿ ਐਟ ਦੀ ਐਂਡ ਪ੍ਰੋਡਿਊਸਰ ਨੇ ਪੈਸਾ ਕਮਾਉਣਾ ਹੈ ਹਾਂ ਠੀਕ ਹੈ ਨਾ ਉਹਨੂੰ ਗਾਰੰਟੀ ਚਾਹੀਦੀ ਹੈ ਕਿ ਇਹ ਠੀਕ ਹੈ ਯਾਰ ਇਫ ਬਹੁਤ ਵਧੀਆ ਐਕਟਿੰਗ ਕਰ ਲੂਗਾ ਜੇ ਲੋਕ ਦੇਖਣਗੇ ਤਾਂ ਇਹਨੂੰ ਬਹੁਤ ਪਸੰਦ ਕਰਨਗੇ ਪਰ ਜੇ ਲੱਗ ਜਾਊਗਾ ਮੂਰੇ ਕਿ ਲੋਕ ਦੇਖਣਗੇ ਕੁਐਸਚਨ ਮਾਰਕ ਲੱਗ ਜਾਊਗਾ ਠੀਕ ਹੈ ਇਧਰ ਪੱਕਾ ਨਹੀਂ ਵੀ ਚੱਲਿਆ ਕੋਈ ਚੱਕਰ ਨਹੀਂ ਯਾਰ ਇਹ ਨਹੀਂ ਗਾਣੇ ਗਾਦੇ ਨੇ ਆ ਗਾਣੇ ਤੋਂ ਪੈਸਾ ਆ ਰਿਕਵਰ ਹੋ ਜਾਣਾ ਵੀਰ ਨੇ ਬੜੀ ਖੁੱਲ ਕੇ ਗੱਲ ਦੱਸੀ ਆ ਵੀ ਅਕਸਰ ਕਈ ਨਹੀਂ ਦੱਸਦੇ ਵੀ ਬਿਜ਼ਨਸ ਹੀ ਆ ਯਾਰ ਲੀਡ ਕਰੈਕਟਰ ਹਮੇਸ਼ਾ ਐ ਸੋਚਿਆ ਜਾਂਦਾ ਵੀ ਇਹਦੇ ਕੋਈ ਐਨੀ ਆਡੀਅੰਸ ਹੈਗੀ ਆ ਗਾਉਂਦਾ ਵੀ ਆ ਲਿਖਦਾ ਵੀ ਆ ਮਿਊਜ਼ਿਕ 'ਚ ਜਿੰਨਾ ਪੈਸਾ ਮਿਲ ਜਣਾ ਫਿਲਮ ਦੀਆਂ ਜੇ 10 ਦਿਨ ਵੀ ਚੱਲ ਪਈ ਰਿਕਵਰ ਕਰ ਜੂ ਤਾਂ ਸਾਈਡ ਕੈਰੈਕਟਰ ਵੱਜ ਜਾਂਦੇ ਆ ਫਿਰ ਸੋ ਪਰ ਮੈਨੂੰ ਲੱਗਦਾ ਕਿ ਹੌਲੀ ਹੌਲੀ ਉਹ ਟਾਈਮ ਆਊਗਾ ਜਿੱਥੇ ਐਕਟਰਾਂ ਨੂੰ ਉਹਨਾਂ ਦੀ ਅਸਲ ਜਗ੍ਹਾ ਮਿਲੂਗੀ ਆਊਗਾ ਹੁਣ ਹੁਣ ਬਹੁਤਿਆਂ ਨੇ ਬਹੁਤਿਆਂ ਨੂੰ ਮਿਲੀ ਵੀ ਹੈ ਹਾਂ ਪਰ ਹਲੇ ਬਹੁਤੇ ਬਹੁਤਿਆਂ ਨੂੰ ਅੱਗੇ ਆਉਣ ਵੀ ਨਹੀਂ ਦੇ ਰਹੇ ਇਸ ਕਰਕੇ ਜਿਹੜੇ ਬਹੁਤੇ ਅੱਗੇ ਨਹੀਂ ਆ ਰਹੇ ਉਹ ਇੱਕ ਦਿਨ ਆ ਜਾਣਗੇ ਆ ਜਾਣਗੇ ਹੁਣ ਮੈਂ ਐਜ਼ ਐਗਜ਼ਾਮਪਲ ਬਹੁਤ ਹੈਗੇ ਆ ਵੀ ਹੁਣ ਤਾਂ OTT ਪਲੈਟਫਾਰਮਸ ਆ ਗਏ ਨੇ ਜਿੱਥੇ ਐਕਟਰਸ ਹੀ ਚੱਲ ਰਹੇ ਨੇ ਵੀ ਆਪਾਂ ਹਲੇ ਵੀ ਜਿੱਥੇ ਆਉਣਾ ਚਾਹੁੰਦੇ ਆ ਉੱਥੇ ਉਹ ਹਲੇ ਜਗ੍ਹਾ ਕਿਸੇ ਹੋਰ ਨੇ ਘੇਰੀ ਹੋਈ ਸਹੀ ਗੱਲ ਆ ਯਾਰ ਮਤਲਬ ਐਕਟਰ ਨੂੰ ਨਾ ਤੁਸੀਂ ਇੱਕ ਚੀਜ਼ ਦੇਖਿਓ ਵਿਸ਼ੇਸ਼ਨ ਘਾਟੀ ਵਾਲੀਆਂ ਫਿਲਮਾਂ ਜਾਂ ਹੋਰ ਪ੍ਰੋਪਰ ਐਕਟਰ ਦੀ ਫਿਲਮ ਵੈਬ ਸੀਰੀਜ਼ ਕਿਉਂ ਵਿਰੇ ਦੀ ਹਟ ਗਈ ਸੀਗੀ ਐਕਟਰ ਸੀਗੇ ਸਾਰੇ ਉਹਦੇ ਵਿੱਚ ਜਾਨ ਪਈ ਸੀ ਨਾ ਹਰ ਇੱਕ ਬੰਦਾ ਨਾ ਪੂਰੀ ਜਾਨ ਪਾਇਆ ਕਰੈਕਟਰਸ ਵੀ ਐ ਨਹੀਂ ਵੀ ਸ਼ੋਟ ਖਤਮ ਆਇਆ ਚਲੋ ਯਾਰ ਚੱਲੀ ਇੱਧਰ ਇਨਵੋਲਵ ਰਹੇ ਨਾ ਅਸੀਂ ਸਮਨ ਲੱਗਦਾ ਵੀ ਸਾਡੀ ਨਾ ਮਤਲਬ ਇੱਕ ਤਾਂ ਅਸੀਂ ਸਾਰੀ ਇਕੁਅਲ ਲੈਵਲ ਤੇ ਸੀ ਹਾਂ ਸਾਡੇ ਚ ਕੋਈ ਉਹ ਨਹੀਂ ਸੀਗਾ ਕਿ ਓਕੇ ਯਾਰ ਮੈਂ ਤਾਂ ਟੇਕ ਦੇਦਾ ਮੇਰਾ ਤਾਂ ਮੈਨੂੰ ਪਤਾ ਹੀ ਵਧੀਆ ਹੋਣਾ ਚਾਹਦੇ ਯਾਰ ਬਾਕੀ ਆਪੇ ਪ੍ਰੈਕਟਿਸ ਕਰ ਲੈਣਗੇ ਨਹੀਂ ਸਾਨੂੰ ਸਾਨੂੰ ਅਸੀਂ ਸਾਰੇ ਐ ਸੀਗੇ ਕਿ ਨਹੀਂ ਅਸੀਂ ਮਿਲ ਕੇ ਹੋਰ ਵਧੀਆ ਕਰੀਏ ਹੋਰ ਵਧੀਆ ਕਰੀਏ ਹੋਰ ਵਧੀਆ ਕਰੀਏ ਹੂੰ ਠੀਕ ਹੈ ਨਾ ਉਤੋਂ ਅ ਰੱਬ ਵੀ ਵੀਰ ਨੇ ਵੀ ਕਦੇ ਇਦਾਂ ਨਹੀਂ ਕੀਤਾ ਕਿ ਮੈਂ ਤਾਂ ਮੈਨੂੰ ਪਤਾ ਮੈਂ ਮੈਂ ਸੀਰੀਜ਼ ਪਾਤੀ ਹਿੱਟ ਈ ਹੈ ਨਹੀਂ ਉਹਨਾਂ ਨੇ ਵੀ 19ਵੇਂ ਤੱਕ ਕੀਤੀ ਹੈ ਇਹ ਸੋਚ ਕੇ ਕਿ ਯਾਰ ਮੈਂ ਮਾੜੀ ਜਿਹੀ ਗੜਬੜ ਕਰਤੀ ਫਲੌਫੀ ਹੋ ਸਕਦੀ ਆ ਠੀਕ ਹੈ ਨਾ ਉਹਨਾਂ ਨੇ ਵੀ ਐਜ਼ ਅ ਨਿਊ ਉਹਨਾਂ ਨੇ ਵੀ ਮਿਹਨਤ ਉਵੇਂ ਕੀਤੀ ਜਿਵੇਂ ਨਿਊ ਕਮਰ ਆਏ ਨਹੀਂ ਕੀਤਾ ਕਿ ਮੈਂ ਤਾਂ ਹਿੱਟ ਹਿੱਟ ਨਹੀਂ ਉਹਨਾਂ ਨੇ ਵੀ ਉਹ ਕੀਤੀ ਹੈ ਪਰ ਉਹਨਾਂ ਨੂੰ ਦੇਖ ਦੇ ਕੇ ਕਿ ਯਾਰ ਜੇ ਇਹ ਇੰਨੇ ਪਹਿਲਾਂ ਚੱਲੇ ਹੋਏ ਹਨਾ ਉਹ ਯਾਰ ਜਿਗਰੀ ਤੋਂ ਚੱਲੇ ਹੋਏ ਆ ਉਹ ਇੰਨੀ ਮਿਹਨਤ ਕਰ ਰਹੇ ਆ ਤਾਂ ਸਾਡੇ ਤਾਂ ਹਲੇ ਫੇਸ ਆਉਣਾ ਹੈ ਮੂਰੇ ਹਲੇ ਤਾਂ ਅਸੀਂ ਚੱਲਣਾ ਹੈ ਹਲੇ ਤਾਂ ਅਸੀਂ ਪਹਿਲਾ ਇੰਪ੍ਰੈਸ਼ਨ ਪਾਉਣਾ ਹੈ ਸਾਨੂੰ ਤਾਂ ਡਬਲ ਮਿਹਨਤ ਕਰਨੀ ਚਾਹੀਦੀ ਆ ਉਹ ਸਾਡੇ ਜਿੰਨੇ ਅਸੀਂ 12 13 ਜਾਣੀ ਸੀ ਸਾਡੇ ਸਭ ਦੇ ਦਿਮਾਗ ਚ ਇੱਕੋ ਗੱਲ ਸੀ ਇਹ ਚੀਜ਼ ਉਸ ਟਨ 12 13 ਨੂੰ ਅਸੀਂ ਦਿਨ ਰਾਤ ਇੱਕ ਕੀਤੀ ਹੋਈ ਸੀ ਨਹੀਂ ਨਹੀਂ ਉਹ ਦਿਖਦੀ ਵੀ ਸੀ ਯਾਰ ਜਦੋਂ ਇੰਨੀ ਮਿਹਨਤ ਹੁੰਦੀ ਆ ਸਾਰੀ ਟੀਮ ਦੀ ਮਿਹਨਤ ਹੁੰਦੀ ਆ ਇੱਕ ਇੱਕ ਕੈਰੈਕਟਰ ਜਸਟੀਫਾਈ ਹੋਇਆ ਇੱਕ ਇੱਕ ਕੈਰੈਕਟਰ ਨੂੰ ਪਤਾ ਲੱਗਿਆ ਲੋਕਾਂ ਨੂੰ ਵੀ ਹਾਂ ਅੱਛਾ ਤੁਹਾਡਾ ਨਾਮ ਤਾਂ ਪਹਿਲਾਂ ਪਤਾ ਨਹੀਂ ਹੁੰਦਾ ਸੀ ਸਾਰੇ ਕੈਰੈਕਟਰ ਦੇ ਨੇਮ ਤੋਂ ਜਾਣਦੇ ਸੀ ਹਾਂਜੀ ਹਨਾ ਸਾਰੇ ਜਿੰਨੇ ਨਿਮਰਤ ਸੀ ਤੁਸੀਂ ਕਰਮਵੀਰ ਹੋਰ ਜਿਹੜੇ ਕੈਰੈਕਟਰ ਸੀਗੇ ਹਾਂਜੀ 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 ਸੋ ਮੈਨੂੰ ਲੱਗਦਾ ਵੀ ਕਿੰਨੀ ਵਧੀਆ ਗੱਲ ਹੁੰਦੀ ਹੈ ਨਾ ਯਾਰ ਵੀ ਤੁਹਾਨੂੰ ਕੋਈ ਰਾਜ ਮਿਲ ਲਿਆ ਉਹ ਤੁਹਾਨੂੰ ਕੈਰੈਕਟਰ ਦੇ ਨੇਮ ਤੋਂ ਬੁਲਾ ਰਿਹਾ ਸੋ ਕਿੱਦਾਂ ਦਾ ਵੈਸੇ ਸਿਨੇਮਾ ਚਾਹੁੰਦੇ ਹੋ ਤੁਸੀਂ ਕਿੱਦਾਂ ਦਾ ਪੰਜਾਬੀ 'ਚ ਕਿੱਦਾਂ ਦਾ ਸਿਨੇਮਾ ਹੋਣਾ ਚਾਹੀਦਾ ਜਾਂ ਕਿੱਦਾਂ ਦਾ ਤੁਸੀਂ ਕੈਰੈਕਟਰ ਪਲੇ ਕਰਨਾ ਚਾਹੁੰਦੇ ਹੋ ਵੀ ਇਦਾਂ ਦੀ ਫਿਲਮ ਬਣ ਜਾਏ ਯਾਰ ਇਹ ਚੀਜ਼ ਤਾਂ ਮੈਨੂੰ ਆਨਸਰ ਪਤਾ ਹੈ ਪਰ ਜਿਵੇਂ ਹੁਣ ਤੁਸੀਂ ਇੱਕਦਮ ਪੁੱਛ ਲੈਣਾ ਇੱਕਦਮ ਦਿਮਾਗਸ ਨਹੀਂ ਉਹ ਚੀਜ਼ ਆਉਂਦੀ ਹੁੰਦੀ ਹਾਂ ਕਿਉਂਕਿ ਇਹ ਚੀਜ਼ਾਂ ਮੈਂ ਰੋਜ਼ ਸੋਚਦਾ ਕਿ ਤਰ੍ਹਾਂ ਕਿਤੇ ਕਿਰ ਯਾਰ ਮੈਂ ਕਿਦਾਂ ਦਾ ਕਰਨਾ ਚਾਹੁੰਦਾ ਕਿਦਾਂ ਦਾ ਕਰਨਾ ਚਾਹੁੰਦਾ ਠੀਕ ਹੈ ਹੁਣ ਮੈਨੂੰ ਕੱਲੀਆਂ ਆਰਟ ਫਿਲਮਸ ਨਹੀਂ ਪਸੰਦ ਹੂੰ ਕਿ ਸਿਰਫ ਐਜ਼ ਐਨ ਐਕਟਰ ਮੈਂ ਕਹਾਂ ਐਜ਼ ਐਨ ਆਰਟਿਸਟ ਮੈਂ ਆਰਟ ਫਿਲਮ ਕਰਨਾ ਚਾਹੁੰਦਾ ਨਹੀਂ ਮੈਨੂੰ ਮਸਾਲਾ ਫਿਲਮਸ ਵੀ ਹੁੰਦੀ ਪਸੰਦ ਆ ਠੀਕ ਹੈ ਜਿਵੇਂ ਬਾਲੀਵੁੱਡ ਦੀ ਗੱਲ ਕਰਾਂ ਹਨਾ ਅ ਮੈਨੂੰ ਜਿੰਨੀ ਲੰਚ ਬਾਕਸ ਪਸੰਦ ਹੈ ਹੂੰ ਉਨੀ ਹੀ ਮੈਨੂੰ ਰਾਮਲੀਲਾ ਟਾਈਪ ਪਸੰਦ ਹੈ ਹੂੰ ਠੀਕ ਹੈ ਮੈਂ ਉਹੋ ਜਿਹਾ ਕੁਝ ਵੀ ਕਰਨਾ ਚਾਹੁੰਦਾ ਇਹ ਇਹ ਜੋ ਕੁਝ ਵੀ ਕਰਨਾ ਸੋਣਾ ਉੱਥੇ ਮੇਰੀ ਐਕਟਿੰਗ ਡਿਫਰੈਂਟ ਤਰ੍ਹਾਂ ਦੀ ਹੋਊਗੀ ਇੱਥੇ ਮੇਰੀ ਡਿਫਰੈਂਟ ਤਰ੍ਹਾਂ ਦੀ ਹੋਊਗੀ ਕਈ ਵਾਰ ਕੀ ਹੁੰਦਾ ਕਿ ਆਪ ਐਕਟਰ ਨੂੰ ਮੰਨ ਲੈਂਦੇ ਕਿ ਯਾਰ ਇਹ ਆਰਟ ਸਿਨੇਮਾ ਦਾ ਐਕਟਰ ਹੈ ਠੀਕ ਹੈ ਕਿ ਆਪ ਇਹ ਮਸਾਲਾ ਫਿਲਮਜ਼ ਦਾ ਐਕਟਰ ਹੈ ਕਮਰਸ਼ੀਅਲਜ਼ ਦਾ ਐਕਟਰ ਹੈ ਇਹ ਤਾਂ ਉਹ ਹੀ ਅਗਨੀ ਹੋਣੀ ਇਹ ਤਾਂ ਇਹੋ ਜਿਹੀ ਐਕਟਿੰਗ ਨਹੀਂ ਹੋਣੀ ਹਣਾ ਮੈਂ ਦੋਨੋਂ ਕਰ ਸਕਦਾ ਮੈਨੂੰ ਪਤਾ ਮੈਂ ਦੋਨੋਂ ਕਰ ਸਕਦਾ ਤੇ ਮੈਂ ਦੋਨੋਂ ਕਰਨਾ ਚਾਹੁੰਦਾ ਬਸ ਮੈਨੂੰ ਰੱਬ ਮੌਕਾ ਦੇਵੇ ਹੂੰ ਹੂੰ ਤੇ ਪੰਜਾਬੀ ਆਪਣੀ ਫਿਲਮ ਪੰਜਾਬੀ ਸਿਨੇਮਾ ਚ ਹਜੇ ਤੱਕ ਕੀ ਹੋ ਰਿਹਾ ਆ ਜਾਂ ਤਾਂ ਮਾਰਤਾੜ ਹੋ ਰਹੀ ਹੈ ਜਾਂ ਕਮੇਡੀ ਹਾਂਜੀ ਹਾਂਜੀ ਠੀਕ ਹੈ ਕਿੱਸਾ ਪੰਜਾਬ ਮੂਵੀ ਆਈ ਸੀ ਹੂੰ ਕਿੱਸਾ ਪੰਜਾਬ ਮੂਵੀ ਆਈ ਸੀ ਨਾਉ ਮਸਾਲਾ ਫਿਲਮ ਹੈ ਹੂੰ ਠੀਕ ਹੈ ਨਾ ਮੈਂ ਉਹਨੂੰ ਪਿਓਰ ਆਰਟ ਫਿਲਮ ਕਹੂੰਗਾ ਠੀਕ ਹੈ ਉਹ ਵਿੱਚ ਵਿਚਾਲੇ ਦੀ ਫਿਲਮ ਸੀ ਤੇ ਉਹ ਮੈਨੂੰ ਬਹੁਤ ਵਧੀਆ ਲੱਗੀ ਸੀਗੀ ਹਨਾ ਉਹ ਬਹੁਤ ਨੇਚਰਲ ਫਿਲਮ ਸੀਗੀ ਠੀਕ ਹੈ ਹਾਲਾਂਕਿ ਉਹਦੇ ਚ ਇਕਵਿਪਮੈਂਟ ਉਹਨਾਂ ਯੂਜ਼ ਹੋਇਆ ਹਨਾ ਲਾਈਟਾਂ ਲੂਟਾਂ ਉਹਨੀ ਯੂਜ਼ ਹੋਣੀ ਨੇ ਪਰ ਉਹ ਤੁਹਾਨੂੰ ਐਂ ਲੱਗੂਗਾ ਕਿ ਯਾਰ ਗਏ ਕੈਮਰਾ ਨਾਲ ਲੈ ਕੇ ਨਾਲ ਦੇ ਨਾਲ ਸ਼ੂਟ ਕਰਤਾ ਠੀਕ ਹੈ ਹਾਲਾਂਕਿ ਇਕਵਿਪਮੈਂਟ ਉਹ ਚ ਨਹੀਂ ਯੂਜ਼ ਹੋਇਆ ਹੈ ਹੁਣ ਠੀਕ ਹੈ ਕਿੱਸਾ ਪੰਜਾਬ ਇੱਕ ਰੈਵੋਲੂਸ਼ਨਰੀ ਮੇਰੇ ਵਾਸਤੇ ਕਾਈਂਡ ਆਫ ਇੱਕ ਅਲੱਗ ਮੂਵੀ ਹੋ ਗਈ ਜਿਹੜੀ ਪੰਜਾਬੀ ਸਿਨੇਮਾ ਚ ਬਣੀ ਸੀ ਮੈਨੂੰ ਨਹੀਂ ਪਤਾ ਉਹ ਬਾਕਸ ਆਫਿਸ ਸਲੈਕਸ਼ਨ ਕੀ ਸੀਗਾ ਮੈਨੂੰ ਨਹੀਂ ਪਤਾ ਉਹ ਹਿੱਟ ਹੋਈ ਫਲਾਪ ਹੋਈ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਉਹ ਸਿਨੇਮਾ ਚ ਲੱਗੀ ਵੀ ਕਿ ਨਹੀਂ ਲੱਗੀ ਮੈਨੂੰ ਨਹੀਂ ਪਤਾ ਮੈਂ ਫਿਲਮ ਨੈਟ ਤੇ ਦੇਖੀ ਸੀਗੀ ਉਹ ਠੀਕ ਹੈ ਡਾਊਨਲੋਡ ਕਰਕੇ ਬਟ ਮੈਨੂੰ ਲੱਗਦਾ ਕਿ ਮਾਰ-ਤਾੜ ਤੇ ਕਮੇਡੀ ਤੋਂ ਹਟਕੇ ਕੁਝ ਹੋਣਾ ਚਾਹੀਦਾ ਤੇ ਉਹ ਸਿਰਫ ਇੱਕ ਫਿਲਮ ਤੇ ਸਟਾਪ ਨਹੀਂ ਹੋਣਾ ਚਾਹੀਦਾ ਕਿੱਸਾ ਪੰਜਾਬ ਨਾਲ ਦੀ ਸਟਾਪ ਹਨਾ ਹੋਰ ਵੀ ਫਿਲਮ ਬਣੀ ਹੈ ਬਟ ਪਰ ਕੋਈ ਮੈਨੂੰ ਕਹਿ ਸੂਗਾ ਸ਼ਾਇਦ ਕਿ ਯਾਰ ਤੇਰੇ ਸਰੀਰ ਤੋਂ ਲੱਗਦਾ ਨਹੀਂ ਤੂੰ ਮਾਰਤਾਲੀ ਫਿਲਮਾਂ ਕਰ ਲੇਗਾ ਜਾਂ ਮੈਨੂੰ ਮੇਰੇ ਤੋਂ ਲੱਗਦਾ ਨਹੀਂ ਹੁੰਦਾ ਕਿ ਮੈਂ ਹੁਣ ਕਾਮੇਡੀ ਕਰ ਲੂੰਗਾ ਮੈਂ ਹਰ ਚੀਜ਼ ਕਰਨਾ ਚਾਹੁੰਦਾ ਮੈਂ ਇਹ ਵੀ ਕਰਨਾ ਚਾਹੁੰਦਾ ਮੈਂ ਉਹ ਵੀ ਕਰਨਾ ਚਾਹੁੰਦਾ ਮੈਂ ਵੇਚ ਲਗਾਂ ਵੀ ਕਰਨਾ ਚਾਹੁੰਦਾ ਪਰ ਹਾਜੀ ਉਹ ਪੰਜਾਬੀ ਸਿਨੇਮਾ ਚ ਬਣੂਗਾ ਕਿ ਨਹੀਂ ਬਣੂਗਾ ਮੈਨੂੰ ਪਤਾ ਨਹੀਂ ਪਰ ਜਿੰਦ ਤੱਕ ਮੈਨੂੰ ਲੱਗ ਰਿਹਾ ਕਿ ਹਾਲੇ ਤੱਕ ਕਾਮੇਡੀ ਹੀ ਚੱਲ ਰਹੀ ਹੈ ਹਾਂ ਮੋਸਟਲੀ ਕਾਮੇਡੀ ਹੈ ਤੇ ਨਾਲ ਥੋੜਾ ਐਕਸ਼ਨ ਹੁਣ ਸਟਾਰਟ ਹੋ ਗਿਆ ਵਾ ਉਹ ਜਦੋਂ ਹੁਣ ਜਿਵੇਂ ਵਰਨਿੰਗ ਸਟਾਈ ਫਿਲਮ ਬਣ ਰਹੀ ਹੈ ਹਨਾ ਉਹ ਖੂਨ ਕਰਾ ਬੜਾਈ ਮਿਰਜ਼ਾ ਪਰਟਾਈ ਹਨਾ ਇਧਰ ਕਾਮੇਡੀ ਹਨਾ ਬਟ ਹਜੇ ਤਾਂ ਇੱਥੇ ਸੀਮਤਾ ਕੰਮ ਹਮ ਲਿਮਿਟ ਹੋਇਆ ਪਿਆ ਕੰਮ ਆਪਾਂ ਨੂੰ ਯਾਰ ਚੱਲੇ ਬਾਹਰ ਕਿਉਂ ਪਸੰਦ ਹਮ ਕਿਉਂ ਉਹ ਬਿਨਾ ਸਿੰਗਰ ਤੋਂ ਵੀ ਚੱਲ ਪਈ ਹਮ ਕੀ ਆਵਾਜ਼ ਕਿਉਂ ਚੱਲੇ ਉਹ ਵੀ 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 YouTube ਤੇ ਹੀ ਆ YouTube ਤੇ YouTube ਤੇ ਚੱਲੀ ਹੈ ਹਨਾ ਕੰਟੈਂਟ ਕਿਉਂ ਚੱਲਦੀ ਕੰਟੈਂਟ ਹਨਾ ਕੰਟੈਂਟ ਡਿਫਰੈਂਟ ਉਹ ਉਹ ਉਹੋ ਜੀਆਂ ਗੱਲਾਂ ਜਿਹੜੀਆਂ ਆਪਾਂ ਰੋਜ਼ ਕਰਦੇ ਆ ਰਿਲੇਟ ਕਰਦੇ ਆ ਹਾਂ ਰਿਲੇਟ ਕਰਦੇ ਆ ਹਨਾ ਉਹ ਸਿਰਫ ਔਣੇ ਨਹੀਂ ਰਿਲੇਟ ਕੀਤਾ ਜਿਹਨੇ ਹਾਈਲਾਈਟਸ ਕੀਤੀ ਆ ਉਹ ਬੱਚੇ-ਬੱਚੇ ਨੇ ਕੀਤਾ ਰਿਲੇਟ ਯੂਥ ਨੇ ਕੀਤਾ ਵੱਡਿਆਂ ਨੇ ਵੀ ਕੀਤਾ ਠੀਕ ਹੈ ਨਾ ਜਿਨ੍ਹਾਂ ਦੇ ਜੋਗ ਹਾਈਲਾਈਟਸ ਕਰਦੇ ਆ ਜਿਨ੍ਹਾਂ ਦੇ ਜੋਗ ਬਾਹਰ ਜਾਣਾ ਚਾਹੁੰਦੇ ਹਰ ਇੱਕ ਨੇ ਕੀਤਾ ਇਦਾਂ ਦਾ ਕੰਟੈਂਟ ਬਣਾਉਣਾ ਚਾਹੀਦਾ ਤੇ ਮੈਂ ਮੈਨੂੰ ਮੈਨੂੰ ਪਸੰਦ ਆ ਉਹਦਾ ਦਾ ਮੈਂ ਕਰਨਾ ਹਰੇਕ ਚਾਹੁੰਦਾ ਮੈਂ ਆਪਦੇ ਆਪ ਨੂੰ ਪ੍ਰੂਫ ਹਰੇਕ ਚ ਕਰਨਾ ਚਾਹੁੰਦਾ ਪਰ ਮੈਂ ਕਰਨਾ ਉਦੋਂ ਚਾਹੁੰਦਾ ਕਿ ਜਿਹੜਾ ਪ੍ਰੋਪਰ ਕੰਟੈਂਟ ਜਿਹੜਾ ਖੋਵੇ ਯਾਰ ਇੱਕਦਾਂ ਮਤਲਬ ਜਦੋਂ ਡੀਪ ਚਲੇ ਜਾਂਦਾ ਨਾ ਮੈਨੂੰ ਕਈ ਚੀਜ਼ਾਂ ਸਮਝਾਉਣੀਆਂ ਬਹੁਤ ਔਖੀਆਂ ਹੋ ਜਾਂਦੀਆਂ ਪਤਾ ਨਹੀਂ ਮੈਂ ਤੁਹਾਡੇ ਸਵਾਲ ਦਾ ਜਵਾਬ ਮੈਂ ਦੱਸ ਪਾਇਆ ਕਿ ਨਹੀਂ ਦੱਸ ਪਾਇਆ ਨਹੀਂ ਨਹੀਂ ਅੱਛਾ ਕਈ ਵਾਰ ਕੇ ਕਈ ਇਦਾਂ ਹੋਇਆ ਵੀ ਸਾਰਾ ਕੁਝ ਡਨ ਹੋ ਗਿਆ ਬਈ ਐਲਐਸਆਈ ਫੜ ਤੇ ਵੱਡੀ ਪ੍ਰੋਡਕਸ਼ਨ ਵੱਡੇ ਬੈਨਰ ਤੇ ਫਿਲਮ ਹੋਣੀ ਆ ਤੇ ਖਤਰਨਾਕ ਐਕਟਰ ਨੇ ਸਾਰੇ ਬਈ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗਿਆ ਯਾਰ ਉਹ ਯਾਰ ਪਹਿਲਾਂ ਫੋਨ ਨਾ ਚੱਕਿਆ ਹੋਵੇ ਦੋਕ ਦਿਨ ਕਰਦਾ ਤੁਹਾਨੂੰ ਰਿਪਲਾਈ ਫਿਰ ਫੋਨ ਕੀਤਾ ਹੋਵੇ ਤੁਹਾਨੂੰ ਯਾਰ ਉਹ ਬਿਨੇ ਯਾਰ ਗੱਲ ਪਤਾ ਕੀ ਆ ਕਿ ਅਗਲੇ ਸਾਲ ਕਰ ਰਹੇ ਆ ਆ ਹੁਣ ਦੱਸ ਦਿੰਨੇ ਆ ਵੀ ਕਿੱਸਾ ਦੱਸ ਦਿੰਨੇ ਮੈਂ ਹੈਗਾ ਕੋਈ ਹੈਗਾ 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 ਅੱਛਾ ਹੁੰਦਾ ਹੀ ਹਰ ਇੱਕ ਦੀ ਲਾਈਫ 'ਚ ਮੈਂ ਕਿਹਾ ਇਹ 2000 1920 ਦੀ ਗੱਲ ਪਟਿਆਲੇ ਆਡੀਸ਼ਨ ਹੋਇਆ ਸੀਗਾ ਅੱਛਾ ਤੇ ਪਟਿਆਲੇ ਆਡੀਸ਼ਨ ਉਹਨਾਂ ਨੇ ਰੱਖੇ ਸੀਗੇ ਤੇ ਮੈਂ ਗਿਆ ਸੀਗਾ ਮੈਂ ਤੇ ਪਟਿਆਲਾ اڈਿਸ਼ਨ ਹੋਇਆ ਉੱਥੇ ਇੱਕ ਅਸ ਅਸਿਸਟੈਂਟ ਡਾਇਰੈਕਟਰ ਸਾਹਿਬ ਸੀ ਤੇ ਨਾਲ ਉਹਨਾਂ ਦੇ ਕੈਮਰਾਮੈਨ ਸੀ ਤੇ ਰੂਮ ਚ ਆਡੀਸ਼ਨ ਹੋ ਰਿਹਾ ਸੀ ਲਾਈਨ ਲੱਗੀ ਹੋਈ ਸੀ ਆਡੀਸ਼ਨ ਦਿੱਤਾ ਮੈਂ ਆ ਗਿਆ ਕਰੀ ਹੂੰ ਕੈਮਰਾਮੈਨ ਨੂੰ ਮੇਰਾ ਆਡੀਸ਼ਨ ਬਹੁਤ ਪਸੰਦ ਆ ਗਿਆ ਉਹਨਾਂ ਨੇ ਮੈਨੂੰ ਉੱਥੇ ਹੀ ਮੇਰਾ ਨੰਬਰ ਲੈ ਲਿਆ ਸੀ ਕਹਿੰਦੇ ਏ ਚ ਹੁੰਦਾ ਹੁੰਦਾ ਕੋਈ ਚੱਕਰ ਨਹੀਂ ਤੂੰ ਮੈਨੂੰ ਆਪਦਾ ਨੰਬਰ ਦੇ ਦੇ ਮੈਨੂੰ ਤੇਰੀ ਐਕਟਿੰਗ ਵਾਪਸ ਹੁੰਦਾ ਮੈਂ ਟਰਾਈ ਕਰੂੰਗਾ ਤਰ੍ਹਾਂ ਕਿ ਜੇ ਹੋਰਸ ਹੋ ਜੇ ਮੈਂ ਕਿਹਾ ਠੀਕ ਹੈ ਭਾਈ ਇਹ ਇਸੇ ਆਡੀਸ਼ਨ 'ਚ ਮੈਨੂੰ ਕਾਲ ਆ ਗਿਆ ਕਿ ਤੂੰ ਸਿਲੈਕਟ ਹੋ ਗਿਆ ਕਾਮਾ ਹੋਟਲ 'ਚ ਆ ਜਾਓ ਠੀਕ ਹੈ ਮੈਂ ਗਿਆ ਉਥੇ ਹੋਟਲ ਦੇ ਰੂਮ ਚ ਹੋਟਲ ਦੇ ਰੂਮ ਚ ਉਥੇ ਅਸਿਸਟੈਂਟ ਡਾਇਰੈਕਟਰ ਸਾਹਿਬ ਜਿਹੜੇ ਸੀਗੇ ਉਹ ਇੱਥੇ ਆ ਡਾਇਰੈਕਟਰ ਸਾਹਿਬ ਵੀ ਸੀਗੇ ਆ ਹੋਰ ਇੱਕ ਦੋ ਜਿਹੜੇ ਅਸਿਸਟੈਂਟ ਨਾਲ ਹੁੰਦੇ ਆ ਉਹ ਵੀ ਸੀਗੇ ਬਸ ਇੱਕ ਪੰਜਾਬੀ ਐਕਟਰ ਸੀਗੇ ਨੋਨ ਐਕਟਰ ਆ ਉਹ ਵੀ ਸੀਗੇ ਉਥੇ ਹੋਟਲ ਚ ਮੈਨੂੰ ਨਾਮ ਨਹੀਂ ਲਊਂਗਾ ਤੇ ਉਹਨਾਂ ਨੇ ਮੇਰੇ ਪੱਗ ਬਣਾ ਕੇ ਦੇਖੀ ਪੱਗ ਬਣਾਈ ਡਾਇਰੈਕਟਰ ਸਾਹਿਬ ਆਏ ਕਹਿੰਦੇ ਲੁੱਕ ਠੀਕ ਹੈ ਦੇ ਡੀਐਸ ਲਰਚ ਫੋਟੋ ਲੈ ਲਓ ਉਹਨਾਂ ਨੇ ਵੀ DSLR ਮੇਰੇ ਕੈਮਰਾ ਸਿਖਾਉਣਾ ਨੇ ਮੇਰੇ ਫੋਟੋ ਫੋਟਸ ਲੈ ਲਈ ਉਹਨਾਂ ਨੇ ਮੈਨੂੰ ਕਹਿਤਾ ਕਿ ਡਾਨਾ ਗੁਰਨਾਮਪੁਰ ਦੇ ਰਿਜਿਸਟਰੇਟ ਛੋਟੇ ਭਰਾ ਦਾ ਰੋਲ ਹੈ ਠੀਕ ਹੈ ਮੈਂ ਕਿਹਾ ਠੀਕ ਹੈ ਜੀ ਤੇ ਕਹਿੰਦੇ ਹੁਣ ਦਾੜੀ ਥੋੜੀ ਜੀ ਮੇਰੇ ਤੋਂ ਦਾੜੀ ਕੱਟ ਸੀਗੀ ਉਦੋਂ ਕਹਿੰਦੇ ਇਹਨੂੰ ਕੱਟਿਓ ਨਾ ਇਹਨੂੰ ਵਧਾਓ ਮੈਂ ਕਿਹਾ ਠੀਕ ਹੈ ਭਾਈ ਇਹਨੂੰ ਦੱਸਾਂਗੇ ਇੱਕ ਦੋ ਹਫ਼ਤੇ ਸ਼ੂਟ ਸ਼ੁਰੂ ਹੋ ਜੂਗਾ ਮੈਂ ਖੁਸ਼ ਹੋ ਗਿਆ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਦੱਸਤਾ ਆ ਕੇ ਠੀਕ ਹੈ ਕਿ ਯਾਰ ਇਹ ਤਾਂ ਕੱਲ ਹੋ ਗਈ ਯਾਰ ਹੁਣ ਹੋਊਗਾ ਹੁਣ ਤੇ ਇੱਕ ਦੋ ਨੇ ਮੇਰੇ ਤੋਂ ਪਾਰਟੀ ਵੀ ਲੈ ਲਈ ਮੈਂ ਦੇ ਵੀ ਦਿੱਤੀ ਇਸ ਚੀਜ਼ ਦਾ ਮੈਨੂੰ ਪਤਾ ਨਹੀਂ ਸੀ ਕਿ ਅগে ਪਹਿਲਾਂ ਦੱਸੀ ਦਾ ਨਹੀਂ ਹੁੰਦਾ ਠੀਕ ਹੈ ਤੇ ਫਿਰ ਕੀ ਹੋਇਆ ਮੈਂ ਹਫਤੇ ਬਾਅਦ ਫੋਨ ਕੀਤਾ ਅਸਿਸਟੈਂਟ ਡਾਇਰੈਕਟਰ ਨੂੰ ਮੈਨੂੰ ਉਹਦਾ ਨੰਬਰ ਦਿੱਤਾ ਸੀਗਾ ਉਹ ਕਹਿੰਦੇ ਕਿ ਯਾਰ ਹਾਲੇ ਸਕ੍ਰਿਪਟ ਤੇ ਕੰਮ ਚੱਲ ਰਿਹਾ ਤੁਹਾਨੂੰ ਦੱਸਾਂਗੇ ਮੈਂ ਕਿ ਠੀਕ ਹੈ ਭਾਈ ਫਿਰ ਚਾਰ ਪੰਜ ਦਿਨ ਬਾਅਦ ਫੋਨ ਕੀਤਾ ਐਕਚੁਅਲੀ ਉਹ ਕਹਿੰਦੇ ਕਿ ਹੁੰਦਾ ਕਿ ਇੱਕ ਤਾਂ ਜੋ ਨਵੇਂ ਨਵੇਂ ਹੁੰਦਾ ਨਾ ਮੈਂ ਪੇਸ਼ੈਂਟ ਮੈਂ ਪੇਸ਼ੈਂਟ ਬਹੁਤ ਇੰਪੇਸ਼ੈਂਟ ਪਰਸਨ ਹਾਂ ਮੈਨੂੰ ਹੁੰਦਾ ਜਲਦੀ ਦੱਸੋ ਯਾਰ ਹਾਂ ਜਾਂ ਹਾਂ ਜੇ ਹਾਂ ਤਾਂ ਸੋਚੀਓ ਦੇ ਬਾਰੇ ਨਾ ਤਾਂ ਫਿਰ ਅੱਗੇ ਵਧੀਏ ਮੈਨੂੰ ਜਲਦੀ ਦੱਸੋ ਨਹੀਂ ਦੱਸ ਰਿਹਾ ਮੈਂ ਚਾਰ-ਤਿੰਨ ਵਾਰ ਫੋਨ ਕੀਤਾ ਕਹਿੰਦੇ ਦੱਸ ਰਿਹਾ ਹਲੇ ਰੁਕ ਜਾਓ ਸਕ੍ਰਿਪਟ ਤੇ ਕੰਮ ਚੱਲ ਰਿਹਾ ਹੈ ਠੀਕ ਹੈ ਬਹੁਤ ਪੇਸ਼ੈਂਸ ਰੱਖੀ ਉਸ ਤੋਂ ਮਹੀਨੇ ਬਾਅਦ ਮਹੀਨਾ ਲੱਗ ਗਿਆ ਉਹਨਾਂ ਨੇ ਮੇਰਾ ਵਿੱਚ ਦੀ ਫੋਨ ਚੱਕਣਾ ਹੀ ਬੰਦ ਕਰਤਾ ਸੀ ਮੈਂ ਕਿਹਾ ਯਾਰ ਚਲ ਠੀਕ ਆ ਹਰੇ ਕੰਮ ਚੱਲ ਰਿਹਾ ਹੋ ਸਕਦਾ ਮੇਰਾ ਮੈਨੂੰ ਮੇਬੀ ਨਾ ਚੱਕ ਰਹੇ ਹੋਣ ਕਿ ਯਾਰ ਵਾਰ-ਵਾਰ ਪੁੱਛੀ ਜਾਂਦੇ ਤਾਂ ਫੋਨ ਵੀ ਚੱਕਣਾ ਉਦੋਂ ਇੱਕ ਵਾਰੀ ਦੱਸ ਦਾਂਗੇ ਜੇ ਸ਼ੂਟ ਸ਼ੁਰੂ ਹੋਣਾ ਹੋਇਆ ਠੀਕ ਹੈ ਮਹੀਨੇ ਬਾਅਦ ਮੈਨੂੰ ਜਿਹੜਾ ਕੈਮਰਾਮੈਨ ਨੇ ਮੇਰਾ ਨੰਬਰ ਲਿਆ ਸੀਗਾ ਉਹਦਾ ਮੈਨੂੰ ਫੋਨ ਆਇਆ ਕਹਿੰਦੇ ਯਾਰ ਸ਼ੂਟ ਤਾਂ ਸ਼ੁਰੂ ਹੋ ਗਿਆ ਤੂੰ ਆਇਆ ਨਹੀਂ ਮੈਂ ਕਿਹਾ ਵੀਰੇ ਕਿੱਥੇ ਸ਼ੂਟ ਸ਼ੁਰੂ ਹੋ ਗਿਆ ਕਹਿੰਦੇ ਆਇਆ ਕਰਕੇ ਤੂੰ ਫੋਨ ਦਿਨੇ ਤੈਨੂੰ ਸਿਲੈਕਟ ਕੀਤਾ ਸੀ ਤੂੰ ਫੋਨ ਕਰ ਉਹਨੂੰ ਤੇ ਮੈਂ ਫੋਨ ਕੀਤਾ ਕਹਿੰਦੇ ਯਾਰ ਉਹ ਨਾ ਸਕ੍ਰਿਪਟ ਚੇਂਜ ਆ ਗਈ ਇੱਕਦਮ ਸਾਨੂੰ ਛੋਟਾ ਭਰਾ ਨਹੀਂ ਸਾਨੂੰ ਵੱਡਾ ਭਰਾ ਚਾਹੀਦਾ ਹੁਣ ਤੇ ਸਾਨੂੰ ਥੋੜਾ ਜਿਹੜਾ ਸਾਨੂੰ ਮੈਚਿਓਰ ਜਿਹਾ ਦਿਖਦਾ ਸਾਨੂੰ ਉਹ ਚਾਹੀਦਾ ਤੇ ਮੈਂ ਕਿਹਾ ਭਾਈ ਯਾਰ ਦੱਸਤਾ ਜਾਂਦੇ ਇਹਨੇ ਨਹੀਂ ਯਾਰ ਉਹ ਇੱਕਦਮ ਹੀ ਬਣ ਗਿਆ ਪਹਿਣ ਠੀਕ ਆ ਤੇ ਬਾਅਦ ਚ ਮੈਨੂੰ ਪਤਾ ਲੱਗਿਆ ਕਿ ਉਹ ਉਸੇ ਰੋਲ ਵਾਸਤੇ ਜਿਹੜੀ ਉਸ ਨੂੰ ਮੈਨੂੰ ਸਿਲੈਕਟ ਕੀਤਾ ਸੀ ਕਿਸੇ ਨੇ ਪੈਸੇ ਦੇ ਕੇ ਉਹ ਰੋਲ ਲੈ ਲਿਆ ਸੀ ਠੀਕ ਹੈ ਦੂਜੀ ਚੀਜ਼ ਉਹ ਫਿਲਮ ਵੀ ਬੰਦ ਹੋ ਗਈ ਸੀ ਫਿਲਮ ਬਾਅਦ ਚ ਛੂਟ ਹੀ ਨਹੀਂ ਹੋਈ ਅੱਛਾ ਉਹ ਫਿਲਮ ਆਈ ਨਹੀਂ ਫਿਲਮ ਦਾ ਸ਼ੂਟ ਰੁਕ ਗਿਆ ਸੀ ਤੇ ਇਹ ਕਾਲਾ ਜਾਦੂ ਕਰਾਤਾ ਨਹੀਂ ਮੈਂ ਕੁਝ ਨਹੀਂ ਕਰਾਇਆ ਨਹੀਂ 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 ਮੈਂ ਕੁਝ ਨਹੀਂ ਕਰਾਇਆ ਹੈਗਾ ਬਟ ਉਹ ਇਹੋ ਜਿਹੀ ਚੀਜ਼ਾਂ ਨਾ ਹੁਣ ਫਿਰ ਆਈਂ ਚ ਲੱਗਣ ਲੱਗ ਜਾਂਦਾ ਯਾਰ ਕਿ ਸਭ ਫੇਕ ਆ ਫੇਕ ਆਡੀਸ਼ਨਸ ਹੋਏ ਆਡੀਸ਼ਨ ਦੀ ਲੋੜ ਨਹੀਂ ਸੀ ਦੀ ஆடிਸ਼ਨ ਜੇ ਤੁਸੀਂ ਕਿਸੇ ਨੂੰ ਪੈਸੇ ਲੈ ਕੇ ਲੈਣਾ ਸੀਗਾ ਫਿਰ ਰਿਵਿਊਸ਼ਨਸ ਕਿਉਂ ਕਰਾਏ ਸੀਗੇ ਇਹਨੇ ਲੰਬੇ ਲੰਬੇ ਲਾਈਨਾਂ ਚ ਮੈਂ ਕੱਲਾ ਥੋੜੀ ਸੀ ਉੱਥੇ ਮੈਂ ਕੱਲਾ ਥੋੜੀ ਸੀ ਉੱਥੇ 200 ਬੰਦੇ ਦੀ ਭੀੜ ਲੱਗੀ ਹੋਈ ਸੀ ਠੀਕ ਹੈ ਕਿ ਤੁਸੀਂ ਫਿਰ ਤੁਸੀਂ ਸਪੈਸ਼ਲ ਕਿਸੇ ਬੰਦੇ ਨੂੰ ਕਮ ਆਊਟ ਬੁਲਾ ਰਹੇ ਹੋ ਇਹ ਕਰਾ ਰਹੇ ਹੋ ਇੰਨਾ ਤੁਸੀਂ ਕਿਸ ਦੀ ਐਕਸਪੈਕਟੇਸ਼ਨਸ ਹਾਈ ਕਰ ਰਹੇ ਹੋ ਹਨਾ ਕਿ ਵੱਡੀ ਸਕਰੀਨ ਤੇ ਆਉਣਾ ਕੋਈ ਛੋਟੀ ਗੱਲ ਤਾਂ ਹੈ ਨਹੀਂ ਕਿ ਤੁਸੀਂ ਨਾਰਮਲ ਆਰਟਿਸਟ ਨੂੰ ਕਹਿ ਰਹੇ ਹੋ ਕਿ ਅੰਦਰ ਨੂੰ ਵੱਡੀ ਸਕਰੀਨ ਤੇ ਲੈ ਜਾਾਂਗੇ ਗੁਰਨਾਮਪੁਰ ਜਿਹਨਾਂ ਤੋਂ ਸਕਰੀਨ ਸ਼ੇਅਰ ਕਰਾ ਦਾਂਗੇ ਉਸ ਤੋਂ ਬਾਅਦ ਤੁਸੀਂ ਉਹਨੂੰ ਇਦਾਂ ਕਰ ਰਹੇ ਹੋ ਹਨ ਮੈਂ ਅੰਡਰਸਟੈਂਡ ਕਰਨੀ ਹੈ ਮੈਂ ਪੂਰਾ ਅੰਡਰਸਟੈਂਡ ਨਹੀਂ ਮੈਨੂੰ ਜਿਸ ਸਾਹ ਤੁਸੀਂ ਆਪ ਦੀ ਸਟਰਗਲ ਦਸੀ ਮੈਨੂੰ ਬਾਅਦ ਤੁਸੀਂ ਅੰਡਰਸਟੈਂਡ ਕਰ ਲੋਗੇ ਇਹ ਬਹੁਤ ਫਿਰ ਆਏ ਲੱਗਣ ਲੱਗ ਜਾਂਦਾ ਕਿ ਸ਼ਾਇਦ ਨਹੀਂ ਇਹ ਦਿਨਾਂ ਜਦਾਜ ਮੇਰਾ ਪੋਡਕਾਸਟ ਚੱਲਦਾ ਵੀ ਦੋ ਤਿੰਨ ਮੈਂ ਦੋ ਤਿੰਨ ਸ਼ੋਜ਼ ਬਣਾ ਲੈਨੇ ਹੁਣ ਇੱਕ ਕੀ ਹੁੰਦਾ ਸੀਗਾ ਵੀ ਇੱਕ ਮੈਂ ਜਦੋਂ ਆਇਆ ਸੀ ਨਾ ਬੰਬੇ ਤੋਂ ਵਾਪਸ ਮੈਂ 2017 ਮੈਂ ਕਿਉਂ ਮੈਂ ਕੰਮ ਕੀ ਕਰਾਂ ਸੋ ਮੈਂ ਟਾਕ ਸ਼ੋਅ ਸ਼ੁਰੂ ਕਰਤਾ ਕਿਸੇ ਚੈਨਲ ਤੇ ਠੀਕ ਆ ਤੇ ਵਧੀਆ ਚੈਨਲ ਆ ਪੰਜਾਬ ਦਾ ਬਹੁਤ ਪੁਰਾਣਾ ਚੈਨਲ ਆ ਗੁਰਬਾਣੀ ਜ਼ਿਆਦਾ ਹੁੰਦੀ ਆ ਉੱਤੇ ਹੁਣ ਤੇ ਠੀਕ ਆ ਜੀ ਆਡੀਸ਼ਨ ਹੋਇਆ ਫਟਾਫਟ ਮੇਰੀ ਕਿਉਂਕਿ ਪ੍ਰੈਕਟਿਸ ਹੋ ਗਈ ਸੀ ਵੈਦਰ ਕਿਤੇ ਕੱਲ ਹੀ ਸ਼ੂਟ ਤੇ ਆ ਜਾ ਤੂੰ ਕੋਈ ਪੇਮੈਂਟ ਦੀ ਗੱਲ ਹੀ ਨਾ ਪੰਜਾਬ ਚ ਪਹਿਲਾਂ ਐ ਚੱਲਦਾ ਸੀ ਕੀ ਸੀ ਕੀ ਹਾਂ ਇੱਕ ਸ਼ੋਅ ਸੀਗਾ ਨਹੀਂ ਟਾਕ ਸ਼ੋਅ ਦਾ ਆਡੀਸ਼ਨ ਦਿੱਤਾ ਸੀਗਾ ਲੈ ਇੱਕ ਤੁਸੀਂ ਐਂਕਰ ਕਰਨਾ ਹਾਂ ਉਹ ਉਹਨੇ ਸਿਚੁਏਸ਼ਨ ਦਿੱਤੀ ਵੀ ਤੇਰਾ ਸਲਮਾਨ ਖਾਨ ਆ ਵੀ ਬੋਲ ਮੈਂ ਉਦੋਂ ਹੀ ਨਾ ਇਮੇਜਿਨ ਕਰ ਲਿਆ ਵੀ ਸਲਮਾਨ ਖਾਨਾ ਮੈਂ ਆਡੀਸ਼ਨ ਦਿੱਤਾ ਆਈ ਗੈਸ 3-4 ਮਿੰਟ ਦਾ ਹੋਇਆ ਜੀ ਤੇ ਹੁਣ ਕੋਈ ਕੁੜੀ ਐਂਕਰਿੰਗ ਕਰਦੀ ਆ ਹੋਣੇ ਸ਼ਾਇਦ ਆ ਸੋਫਾ ਪੀਲੇ ਹੀ ਹੈ ਸੋਫਾ ਪੀਲੇ ਹੈ ਬੈਕਗ੍ਰਾਉਂਡ ਨੀਲਾ ਹੈ ਕਾਲਾ ਨੀਲਾ ਠੀਕ ਹੈ ਕੋਈ ਗੱਲ ਯਾਰ ਉਹ ਹੀ ਨਾ ਅੱਛਾ ਉੱਥੇ ਜਦੋਂ ਚਲੋ ਸਟਾਰਟ ਕਰਤਾ ਤੇ ਮੇਰੇ ਫਰੈਂਡ ਹੀ ਨੇ ਚੰਗੇ ਭਰਾ ਹੀ ਕਹ ਲੋ ਪਹਿਲਾਂ ਉਹ ਕਰਦੇ ਸੀ ਸ਼ੋ ਉਹ ਕਹਿੰਦੇ ਮੈਂ ਹੁਣ ਟੀਵੀ ਛੱਡ ਰਿਹਾ ਤੇ ਵੀ ਇੱਦਾਂ ਦਾ ਲੋਡ ਹੈਗੀ ਆ ਉੱਥੇ ਆਡੀਸ਼ਨ ਦੇ ਆ ਮੈਂ ਦੇ ਜਾਂਦਾ ਸੀਗਾ ਸੋ ਮੈਨੂੰ ਮਿਲਿਆ ਮੈਂ ਸ਼ਾਰਟ ਦੱਸਦਾ ਯਾਰ ਵੀਰੇ ਦਾ ਨਾ ਪੋਡਕਾਸਟ ਆ ਤੇ ਦਿੱਤਾ ਆਡੀਸ਼ਨ ਤੇ ਉਸ ਤੋਂ ਬਾਅਦ ਹਾਂ ਪਹਿਲਾ ਸ਼ੂਟ ਹੋਇਆ ਠੀਕ ਆ ਕਰ ਲਿਆ ਮੈਂ ਦੂਸਰਾ ਹੋਇਆ ਤੀਸਰਾ ਹੋਇਆ ਠੀਕ ਆ ਫਿਰ ਅੱਛਾ ਪੰਜਾਬ ਚ ਰੋਲਾ ਵੀ ਪ੍ਰੋਫੈਸ਼ਨਲਿਜ਼ਮ ਉਦੋਂ ਪਤਾ ਨਹੀਂ ਕਿਦਾਂ ਨਾ ਵੀ ਜਿਹੜੇ ਨਵੇਂ ਹੁੰਦੇ ਉਹਨਾਂ ਨੂੰ ਪੀਸਿਆ ਜਾਂਦਾ ਯਾਰ ਜਦ ਤੱਕ ਤੁਸੀਂ ਡਿਮਾਂਡ ਨਹੀਂ ਨਾ ਕਰਦੇ ਵੀ ਮਾ ਪੈਸੇ ਲੈਣੇ ਆ ਦਿੰਦੇ ਨਹੀਂ ਚਲ ਮੁੰਡੇ ਨੂੰ ਸੰਗਣ ਪਾ ਲੋ ਯਾਰ ਆਹੋ ਹਨਾ ਹੀ ਕਰਦੇ ਆ ਫੜਾਤਾ 1100 ਰੁਪਏ ਮੈਂ ਕਿਹਾ ਯਾਰ ਚਲ ਪਾੜਾ ਯਾਰ ਮੈਂ ਕਿਹਾ ਹੁਣ ਕੋਈ ਗੱਲ ਨਹੀਂ ਤੇਰਾ ਠੀਕ ਆ ਸੇਵਿੰਗ ਸੀਗੇ ਉਦੋਂ ਮੇਰੇ ਕੋ ਵੀ ਮੈਂ ਧਿਆਨ ਨਹੀਂ ਦਿੱਤਾ ਅੱਛਾ ਆਪਾਂ ਭੁੱਖੇ ਹੁੰਨੇ ਵੀ ਜਾਂ ਵੱਡਾ ਪੈਸਾ ਮਿਲੇ ਜੇ ਪੈਸਾ ਨਹੀਂ ਆ ਤਾਂ ਵੱਡੀ ਚੀਜ਼ ਮਿਲ ਜੇ ਹੂੰ ਹੁਣ ਆਰਟਿਸਟ ਨੇ ਹੋਣਾ ਸੀ ਐਮੇ ਵਰਕ ਹਾਰਦੀ ਸੰਧੂ ਅਰਵਿੰਦਰ ਖਹਿਰਾ ਬੀ ਪ੍ਰਗ ਬਾਜੀ ਠੀਕ ਹੈ ਮੇਰੇ ਲਈ ਵੱਡੀ ਚੀਜ਼ ਸੀਗੀ ਉਦੋਂ ਵੀ ਹਜ ਤੋਂ 4-5 ਸਾਲ ਪਹਿਲਾਂ ਵੀ ਮੈਂ ਉਹਨਾਂ ਨਾਲ ਬਹਿ ਕੇ ਵੀ ਟਾਕ ਕਰਾ ਉਹਨਾਂ ਨਾਲ ਗੱਲਾਂ ਪੁੱਛਾਂ ਨਾ ਇਹ ਉਹ ਮੈਨੂੰ ਬੁਲਾਇਆ ਹੀ ਨਹੀਂ ਤੇ ਇੱਕਦਮ ਕਿਸੇ ਹੋਰ ਚੇਂਜ ਕਰਤਾ ਪਲਾਨ ਪਲਾਨ ਨਹੀਂ ਮੈਨੂੰ ਹਮੇਸ਼ਾ ਫੋਨ ਕਰਦੇ ਗੱਲ ਅਮਨ ਸ਼ੂਟ ਹੈ ਇਦਾਂ ਵੀ ਇਦਾਂ ਦਾ ਕਰਕੇ ਆਰਟਿਸਟ ਨੇ ਥੋੜੀ ਪ੍ਰੈਪ ਕਰ ਲਈ ਵੀ ਤਿਆਰੀ ਕਰ ਲਈ ਤੇ ਵੀ ਮੈਂ ਦੇਖ ਰਿਹਾ ਉਈ ਕਿਸੇ ਹੋਰ ਐਂਕਰ ਨੇ ਸਟੋਰੀ ਪਾਈ ਹੋਈ ਮੈਂ ਕਿਹਾ ਬਾਜੀ ਤੁਸੀਂ ਉਹ ਪਾਜੀ ਆਏ ਸੀ ਮੈਨੂੰ ਬੁਲਾਇਆ ਨਹੀਂ ਕਹਿੰਦੇ ਯਾਰ ਤੇਰਾ ਫੋਨ ਹੀ ਨਹੀਂ ਮਿਲਿਆ ਮੈਂ ਕਿਹਾ ਬਾਜੀ ਮੇਰਾ ਫੋਨ ਮੈਂ ਤਾਂ ਵੇਟ ਕਰਦਾ ਰਹਿਣਾ ਕਦੋਂ ਤੁਹਾਡਾ ਫੋਨ ਆਵੇ ਵੀ ਮੈਂ ਜਲਦੀ ਨਾਲ ਹੀ ਸ਼ੂਟ ਕਰ ਕਹਿੰਦੇ ਤੇਰਾ ਫੋਨ ਬਹੁਤ ਰਾਤ ਟਰਾਈ ਕੀਤਾ ਮੈਂ ਕਿਹਾ ਬਾਜੀ ਮੇਰੀ ਉਮਰ ਹੈਗੀ ਨਹੀਂ ਠੀਕ ਆ ਉਈ ਤੁਸੀਂ ਸਿਆਣੇ ਹੋ ਬਈ ਤਰੀਕੇ ਨਾਲ ਦੱਸੋ ਗੱਲ ਕੀ ਹੈ ਕਹਿੰਦੇ ਯਾਰ ਪ੍ਰੋਡਿਊਸਰ ਨੂੰ ਲੱਗਿਆ ਪਹਿਲਾਂ ਝੂਠ ਕਦੋਂ ਲੱਗਿਆ ਵੀ ਮੁੰਡਾ ਨਵਾਂ ਜੇ ਤੇ ਆਰਟਿਸਟ ਵੱਡੇ ਨੇ ਸ਼ਾਇਦ ਨਾ ਸੰਭਾਲ ਪਾਵੇ ਜੋ ਮੈਂ ਕਿਹਾ ਠੀਕ ਆ ਤੇ ਫਿਰ ਅਗਲੇ ਦਿਨ ਆਇਆ ਉਹਨਾਂ ਦਾ ਫੋਨ ਕਹਿੰਦੇ ਸ਼ੋਅ ਹੈ ਨਾ ਮੈਂ ਕਿਹਾ ਭਾਈ ਮੈਂ ਨਹੀਂ ਕਰ ਰਿਹਾ ਕੀ ਹੋ ਗਿਆ ਮੈਂ ਕਿਹਾ ਮੈਂ ਆਪ ਦਾ ਸ਼ੋਅ ਸਟਾਰਟ ਕਰ ਲਿਆ ਨਹੀਂ ਸਹੀ ਆ ਨਹੀਂ ਹੁਣ ਇਹੀ ਚੀਜ਼ ਜੋ ਤੁਹਾਨੂੰ ਇੰਨਾ ਕਹਿ ਦਿੰਦੇ ਆਪ ਬੁਲਾ ਕੇ ਕਿ ਅਮਨ ਤੂੰ ਇਹ ਸ਼ੋਅ ਕਰਨਾ ਤੂੰ ਇੱਥੇ ਸਾਹਮਣੇ ਬਹਿ ਜਾ ਦੇਖ ਇਸ ਤੋਂ ਦੋ ਤਿੰਨ ਸ਼ੋਅ ਜੇ ਤੁਹਾਨੂੰ ਲੱਗਿਆ ਕਿ ਤੂੰ ਤਿਆਰ ਆਸਤੇ ਨੂੰ ਆਪੇ ਦਵਾਂਗੇ ਉਹ ਵੀ ਤੁਹਾਨੂੰ ਸਹੀ ਲੱਗਦਾ ਹਨਾ ਪਰ ਜਿਹੜਾ ਆ ਚੀਜ਼ ਹੈ ਨਾ ਕਿ ਇਸ ਨੂੰ ਟਰਾਈ ਕੀਤਾ ਸੀ ਤੇ ਲੱਗਿਆ ਨਹੀਂ ਝੂਠ ਹੈ ਝੂਠ ਹਨਾ ਉਹ ਤੋਖਾਇ ਲੱਗਦਾ ਹਨਾ ਉਹ ਚੀਜ਼ ਨਹੀਂ ਪਸੰਦ ਆਉਂਦੀ ਹੁੰਦੀ ਸੋ ਕਈ ਵਾਰ ਨਾ ਇਹ ਚੀਜ਼ਾਂ ਜਦੋਂ ਹੁੰਦੀਆਂ ਲਾਈਵ 'ਚ ਤੁਹਾਡੇ ਨਾਲ ਹੋਈ ਮੇਰੇ ਨਾਲ ਬਹੁਤ ਵਾਰ ਹੋਈਆਂ ਤੁਹਾਡੇ ਨਾਲ ਵੀ ਬਹੁਤ ਵਾਰ ਹੋਈਆਂ ਹੋਣੀਆਂ ਸਾਰੇ ਨਾ ਹੁੰਦੀਆਂ ਉਤੋਂ ਤੁਹਾਨੂੰ ਨਾ ਇੱਕ ਅੰਦਰੋਂ ਇੰਨਾ ਕੁ ਬਲਾਸ ਵਾਲਾ ਕੌਨਫੀਡੈਂਸ ਹੁੰਦਾ ਨਾ ਵੀ ਕੋਈ ਗੱਲ ਨਹੀਂ ਆਪਾਂ ਕਰਾਂਗੇ ਬਰੇ ਕਈ ਵਾਰੀ ਨਾ ਬਲਾਸਟ ਵਾਲਾ ਉਹ ਵੀ ਆ ਜਾਂਦਾ ਹੁੰਦਾ ਡਿਪਰੈਸ਼ਨ ਵੀ ਆ ਜਾਂਦਾ ਹੁੰਦਾ ਕਿ ਕੀ ਯਾਰ ਅੱਗੇ ਵੱਧ ਵੀ ਪਾਵਾਂਗੇ ਲਾਈਫ ਚ ਕਿ ਨਹੀਂ ਵੱਧ ਪਾਵਾਂਗੇ ਨਹੀਂ ਡਰਦਾ ਹੁੰਦਾ ਯਾਰ ਠੀਕ ਆ ਸੋ ਚਲੋ ਸਾਰੇ ਜੀ ਆਪਣੀ ਸਟੋਰੀ ਮੈਂ ਵੀਰੇ ਆਹੀ ਮੈਂ ਬੜਾ ਪੋਲਿਟਿਕਸ ਚੱਲਿਆ ਯਾਰ ਫਿਲਮ ਇੰਡਸਟਰੀ ਚ ਵੀ ਆ ਇਦਾਂ ਇਦਾਂ ਇਹ ਉਹ ਲੱਲਾ ਪੱਪਾ ਬੰਬੇ ਤਾਂ ਬਹੁਤ ਕੁਝ ਚੱਲਦਾ ਇੱਥੇ ਤੇ ਹੱਥ ਲਾਏ ਜਾਂਦੇ ਨੇ ਮੈਂ ਪਰੇ ਹੋ ਜੋ ਸੁਮ ਮੈਂ ਗਿਆ ਉਹ ਵੱਡੇ ਘਰ ਨਾਲ ਉਹ ਛੋਟਾ ਘਰ ਬਣਾ ਲਉ ਪੰਜਾਬ ਚ ਛੋਟਾ ਘਰ ਆ ਪੱਕਾ ਘਰ ਆ ਲੇਕਿਨ ਵੀ ਉਹ ਕੱਚੇ ਘਰ ਨਾਲੋ ਸੋ ਐਨਾ ਕਨਸੈਪਟ ਹੈਗਾ ਸੋ ਤੁਹਾਡੇ ਨਾਲ ਵੀ ਇਹ ਚੀਜ਼ਾਂ ਹੋਈਆਂ ਯਾਰ ਨਹੀਂ ਮੈਂ ਕਦੇ ਬਸ ਬੰਬੇ ਨਹੀਂ ਗਿਆ ਅੱਛਾ ਜਾਣਾ ਚਾਹਨੇ ਬੰਬੇ ਇਹ ਗੱਲ ਨਹੀਂ ਚਲੋ ਹਮ ਰੱਬ ਲੈ ਜਾ ਲੈ ਜਾ ਪਲਾਨਸ ਬਣ ਕੇ ਬਣ ਕੇ ਪਰ ਮੈਨੂੰ ਹੈਗਾ ਕਿ ਮੈਂ ਆਪਦੀ ਮਦਰ ਟੰਗ ਜੀ ਕੁਛ ਕਰਾਂ ਚੀਫ ਹਮ 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 ਤਾਂ ਯਾਰ ਵੈਸੇ ਵੀ ਪੰਜਾਬੀ ਲੈਂਗੁਏਜ ਦੀਆਂ ਫਿਲਮ ਸਾਰ ਕਿਤੇ ਦੇਖੇ ਜਾਂਦੀਆਂ ਵਰਲਡਵਾਈਡ ਉਹਨਾਂ ਨੈਟਫਲਿਕਸ ਤੇ ਅੱਛਾ ਨੈਟਫਲਿਕਸ ਤੇ ਕੀ ਦੇਖਦੇ ਹੋ ਹਮ ਰੀਸੈਂਟਲੀ ਨੈਟਫਲਿਕਸ ਤੇ ਮੈਂ ਨਹੀਂ ਮੈਂ ਨੈਟਫਲਿਕਸ ਤੇ ਬਹੁਤ ਟਾਈਮ ਹੋ ਗਿਆ ਮੈਂ ਕੁਛ ਨਹੀਂ ਦੇਖਿਆ ਮੈਂ ਦੇਖਿਆ ਸੋਨੀ ਲਾਈਵ ਤੇ ਤੇਲਗੀ ਸਕੈਮ ਦੇਖਿਆ ਸੋਨੀ ਲਾਈਵ ਤੇ ਕਿਹੜਾ ਤੇਲਗੀ तेल की स्टोरी मत देखो जिन्होंने स्टैंप पेपर छापे सीगे नकली 2003 च की नाम मैं देखूंगा आज तेल की स्टोरी आ, आपने कोल हैगा सोनी लिव अच्छा तो देखया ओ ओदे कुछ नहीं सीजन 1 ਦੇ 5 ਐਪੀਸੋਡ ਆ ਸੀਜ਼ਨ 2 ਤੋਂ ਉਹਨਾਂ ਦੋ ਹਰਸ਼ਦ ਮੈਂ ਤਾਂ ਦੇਖਿਆ ਹਾਂ ਹੁਣ ਹਰਸ਼ਦ ਮੈਂ ਤਾਂ 1992 ਚ ਸਕੈਮ ਕੀਤਾ ਸੀਗਾ ਨਾ ਉਹਨਾਂ ਦਾ ਸਟਾਕ ਮਾਰਕਟ ਦਾ ਐਮੀ ਇੱਕ ਸਕੈਮ ਹੋ ਰਿਹਾ ਸੀ ਇੰਡੀਆ ਚ 2003 ਚ ਤੇਲ ਕੀ ਸਟੋਰੀ ਉਹ ਉਹ ਬਾਈ ਬਾਈ ਨੇ ਕੀ ਕੀਤਾ 2009 ਕਿੰਨੀ ਸਾਰੇ ਗਵਰਨਮੈਂਟ ਦੇ ਸਟੈਂਪ পেਪਰ ਰੋਕਤੇ ਫੈਕਟਰੀ ਰੋਕਦੀ ਗਵਰਨਮੈਂਟ ਆਫ ਦੇ ਸਟੈਂਪ পেਪਰ ਚਾਪੇ ਸੀਗੇ ਇੰਡੀਆ ਚ ਉਹ 30 40 ਹਜ਼ਾਰ ਕਰੋੜ ਦਾ ਸਕੈਮ ਹੋਇਆ ਸੀਗਾ ਉਹ ਉਹ ਤੇ ਬਣੀ ਐ ਸੋਨੀ ਲਾਈਫ ਤੇ ਬਣੀ ਐ ਜਿਹੜੀ ਅਬ ਸੀਰੀਜ਼ ਮੈਂ ਰੀਸੈਂਟਲੀ ਦੇਖੀ ਸੀਗੀ ਅੱਛਾ ਤੁਸੀਂ ਵੈਸੇ ਲੁੱਕ ਤੋਂ ਲੱਗਦਾ ਤੁਸੀਂ ਅਮੀਰ ਘਰ ਤੋਂ ਕਾਫੀ ਸਟਾਰਟਿੰਗ ਤੋਂ ਕਈ ਵਾਰ ਅਬ ਨੇ ਨਾ ਸ਼ਕਲ ਉਹ ਤਾਂ ਹੀ ਦਿੱਤੀ ਹੁੰਦੀ ਆ ਅਮੀਰਾਂ ਵਾਲੀ ਤੇ ਸੱਚੀ ਹੈ ਕਿ ਕਿਦਾਂ ਘਰ ਪਰਿਵਾਰ ਕਿਵੇਂ ਨੋਰਮਲ ਹੈ ਨੋਰਮਮਲ ਮੇਰੇ ਫਾਦਰ ਕਮੇਟ ਜੌਬ ਕਰਦੇ ਆ ਇਹ ਮਦਰ ਗਵਰਨਮੈਂਟ ਜੌਬ ਕਿਹੜੇ ਉਹਦੇ ਵਿੱਚ ਫੀਲਡ ਵਿੱਚ ਪੀਆਯੂ ਅੱਛਾ ਪੀਆਯੂ ਤੇ ਆ ਜਿਹੜੇ ਮਦਰ ਆ ਉਹ ਸਕੂਲ ਚ ਪੜਾਉਂਦੇ ਆ ਅਮੀਰ ਹੀ ਆ ਬਾਜੀ ਕਿਵੇਂ ਹੈਗਾ ਮੀਡਲ ਕਲਾਸ ਆ ਮੀਡਲ ਕਲਾਸ ਆ ਨਹੀਂ 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 ਮੀਡਲ ਕਲਾਸ ਨਹੀਂ ਹੈਗਾ ਮੀਡਲ ਕਲਾਸ ਨਹੀਂ ਹੈਗਾ ਕਿਉਂ ਅਪਰ ਮੀਡਲ ਕਲਾਸ ਆ ਭਾਈ ਤੁਹਾਡਾ ਨਹੀਂ ਨਹੀਂ ਮੀਡਲ ਕਲਾਸ ਆ ਲੈ ਬਰੇ ਨਹੀਂ ਨਹੀਂ ਮੀਡਲ ਕਲਾਸ ਆ ਵੀ ਤੁਸੀਂ ਅਪਰ ਮੀਡਲ ਕਲਾਸ ਹੋ ਅੱਛਾ ਬੜਾ ਚੱਲਦਾ ਇੱਕ ਇੱਕ ਉਹਨਾਂ ਕੈਟਾਗਰੀਜ਼ ਬਣਾਤੀਆਂ ਬਿਲੋ ਪਾਵਰ ਕਿਤੇ ਕੁਛ ਹੁੰਦਾ ਬਿਲੋ ਪਾਵਰਟੀ ਪਤਾ ਨਹੀਂ ਕਿਦਾਂ ਮਿਡਲ ਕਲਾਸ ਅਪਰ ਮਿਡਲ ਹਾਇਰ ਕਲਾਸ ਠੀਕ ਆ ਹਾਇਰ ਕਲਾਸ ਤੋਂ ਬਾਅਦ ਆ ਗਿਆ ਅੱਛਾ ਪੇਜ 3 ਲਾਈਫ ਦੇਖੀ ਆ ਪੇਜ 3 ਲਾਈਫ ਪੇਜ 3 ਮੂਵੀ ਆਈ ਸੀਗੀ ਹਾਂ ਮਤਲਬ ਜਿੱਦਾਂ ਆਪਾਂ ਕਹਿੰਦੇ ਨੇ ਮਿਡਲ ਕਲਾਸ ਵੀ ਅਪਰ ਮਿਡਲ ਹਾਇਰ ਕਲਾਸ ਰਿਚ ਫਿਰ ਉਹਦੇ ਪੇਜ 3 ਪੇਜ 3 ਜਿਹੜੇ ਸਭ ਤੋਂ ਟੌਪ ਕਰਨ ਜੋਹਰ ਰਣਬੀਰ ਕਪੂਰ ਜਿੰਨਾਂ ਹੀ ਲਾਈਫ ਵਹੀ ਓਕੇ ਉਹ ਪੇਜ 3 ਲਾਈਫ ਉਹਨਾਂ ਦੀ ਹੋਈ ਉਹ ਪ੍ਰੋਡਕਟਸ ਨੇ ਇੱਕ ਹਿਸਾਬ ਦੇ ਆਪਣੇ ਆਪ ਚ ਓਕੇ ਠੀਕ ਹੈ ਇਮੋਸ਼ਨਸ ਵੀ ਹੈਗੇ ਬਟ ਉਹ ਪੇਜ 3 ਲਾਈਫ ਉਹਨਾਂ ਦੀ ਤਾਂ ਐਡ ਦੇ ਵੀ ਅਮੀਰ ਹੁੰਦੇ ਓਕੇ ਨਹੀਂ ਨਹੀਂ ਉਹ ਨਹੀਂ ਯਾਰ ਪਰ ਅਪਰ ਮਿਡਲ ਕਲਾਸ ਲੋਅਰ ਮਿਡਲ ਕਲਾਸ ਹੈ ਮਿਡਲ ਕਲਾਸ ਮਿਡਲ ਕਲਾਸ ਹੈ ਅੱਪ ਪੈਸ ਦੇ ਆਪਾਂ ਸਾਰੇ ਹੀ ਆ ਤਾਂ ਚਲੋ ਮੈਂ ਥੋੜਾ ਫਾਨ ਕਰ ਰਹੇ ਹਾਂ ਹਾਂਜੀ ਬਟ ਇੰਡਸ ਨੇ ਥੋੜੀ ਦੇਖਣਾ ਕਿ ਅਪਰ ਮਿਡਲ ਹੈ ਕਿ ਮਿਡਲ ਹੈ ਮਿਡਲ ਹੈ ਹੂੰ ਦਬ ਦੋ ਸਕਿਨ ਕੇਅਰ ਕਰਦੇ ਹੋ ਤੁਸੀਂ ਆਪਕੀ ਤੋਚਾ ਦਾ ਰਾਜ਼ ਗਿਆ ਹੈ ਭਾਜੀ ਕੁਛ ਨਹੀਂ ਹੋਰ ਤਾਂ ਕੁਛ ਨਹੀਂ ਇੱਕ ਫੇਸ ਵਾਸ਼ ਵਰਤ ਲਈਦਾ ਹੋਰ ਤਾਂ ਇਹ ਸੁਖੀ ਹੈ ਯਾਰ ਉਹ ਰਣਵੀਰ ਕਪੂਰ ਦੀ ਚਲਕ ਹੁੰਦੀ ਹੈ ਨਾ ਨਹੀਂ ਥੈਂਕ ਯੂ ਨਹੀਂ ਬਟ ਹੋਰ ਕੁਛ ਨਹੀਂ ਵੀਰੇ ਕੀ ਮਤਲਬ ਕੀ ਹੁੰਦਾ ਸਕਿਨ ਕੇਅਰ ਸੇਰਮ ਸੁਰਮ ਲਾਉਣੇ ਪੈਂਦੇ ਨਹੀਂ ਉਦਾਂ ਹੀ ਬਸ ਮੈਂ ਤਾਂ ਇਹ ਸਿੱਖਿਆ ਸਕਿਨ ਕੇਅਰ ਜਿੰਨਾ ਕ ਮੈਂ ਸਿੱਖਿਆ ਵਹੀ ਬਸ ਜਦੋਂ ਮਿੱਟੀ ਪਵੇ ਸਾਫ਼ ਕਰ ਲੋ ਰਾਤ ਨੂੰ ਮੂੰਹ ਧੋ ਕੇ ਸੋ ਜਾਓ ਬਸ ਮਤਲਬ ਮਿੱਟੀ ਲੌਣ ਨਾ ਮਗਾਚੀ ਕੱਚੀ ਕੱਚੀ ਹਾਂ ਗਾਚੀ ਹਾਂ ਮਲਤਾਨੀ ਮਿੱਟੀ ਮਲਤਾਨੀ ਮਿੱਟੀ ਦੀ ਰੌ ਫਾਰਮ ਹੁੰਦੀ ਹੈ ਮਤਲਬ ਜਿਹੜੀ ਮਲਤਾਨੀ ਮਿੱਟੀ ਹੈ ਜਿਹੜੀ ਮਲਤਾਨੀ ਮਿੱਟੀ ਆ ਉਹ ਆਪਾਂ ਨੂੰ ਪ੍ਰੋਸੈਸਡ ਫਾਰਮ ਆਫ ਗਾਚੀ ਮਿੱਟੀ ਹੁੰਦੀ ਆ ਉਹ ਗਾਚੀ ਉਹ ਮੂੰਹ ਤੇ ਲਾ ਲਾਉਣਾ ਠੰਡਾ ਠੰਡਾ ਹੋ ਜਾਂਦਾ ਗਰਮੀਆਂ ਚ ਹੈ ਕਿ ਮੇਰੇ ਰਿਕਾਰਡ ਨਹੀਂ ਹੋਇਆ ਨਹੀਂ ਹੋਇਆ ਹੋਇਆ ਅੱਛਾ ਫੇਮ ਦੀ ਵੀ ਵੈਲਿਡਿਟੀ ਹੁੰਦੀ ਹੈ ਨਾ ਇੱਕ ਜੇ ਕੰਮ ਕਰੀ ਜਾਓਗੇ ਤਾਂ ਹੋਊਗਾ ਜੇ ਨਹੀਂ ਜੇ ਰੀਲਾ ਬਣਾਉ ਹੀ ਜਾਓਗੇ ਤੇ ਤੇ ਲੀ ਜਾਓਗੇ ਕਿਰਾ ਅੱਜ ਕੱਲ ਨੰਬਰਸ ਤੋਂ ਵੋਰ ਜੱਜ ਹੁੰਦਾ ਨਾ ਬੰਦਾ ਕਿਵੇਂ ਨੰਬਰਸ ਤੋਂ ਇਹਦਾ 1 ਮਿਲੀਅਨ ਹੈ ਵੱਡਾ ਐਕਟਰ ਹਾਂ ਇਹਦੇ 1.5 ਲੱਖ ਨੇ ਠੀਕ ਠਾਕ ਐਕਟਰ ਹੋਣਾ ਹੈ ਨਾ ਥੋੜਾ ਜਿਹਾ ਹੈ ਇਹ ਚੀਜ਼ਾਂ ਇਹ ਤਾਂ ਨਾ ਮੈਨੇ ਗੱਲ ਦੱਸੋ ਯਾਰ ਪਹਿਲਾਂ ਨਹੀਂ ਯਾਰ ਸੀਗੇ ਹਮ ਹੁਣ ਜਦੋਂ ਇੱਕ ਟਾਈਮ ਸੀ ਮੈਂ ਉਹੀ ਟਾਈਮ ਦਾ ਵੀਰੇ ਉਦੋਂ ਇੰਟਰਨੈਟ ਨਹੀਂ ਹੁੰਦਾ ਜਦੋਂ ਮੈਂ ਸ਼ੋਜ਼ ਜਿੱਤਿਆ ਸੀ ਹਾਂ ਮੇਰੇ ਫੋਲੋਅਰ ਨਹੀਂ ਵਧੇ ਨਹੀਂ ਬਟ ਸਾਰੇ ਆਰਟਿਸਟ ਜਿੰਨੇ ਵੱਡੇ ਆਰਟਿਸਟ ਹੈ ਕਿਹੜੀ ਕਿੰਨਾ ਨੇ ਰੀਲਾਂ ਬਣਾਈਆਂ ਕਿੰਨਾ ਨੇ ਕੀ ਕੀਤਾ ਆਰਟਿਸਟ ਗਾਣਾ ਕੱਢਦਾ ਸੀ ਹਿੱਟ ਹੋ ਜਾਂਦਾ ਸੀ ਆਰਟਿਸਟ ਵੱਡਾ ਹੁਣ ਮੈਂ ਉਹ ਦਿਨ ਜਿਹੜੀ ਤੁਹਾਡੇ ਪੋਡਕਾਸਟ ਦੀ ਰਿਵਿਊ ਸੀਗੀ ਉਹ ਵਿੱਕੀ ਭਾਈ ਵਾਲੀ ਉਹਨਾਂ ਨੇ ਕਿਹਾ ਕਿ ਕੀ ਸਿੰਗਰਸ ਰਿਐਲਿਟੀ ਗੱਲ ਹੈ ਕਿ ਇੱਕ ਗਾਣੇ ਕੱਢਣ ਤੋਂ ਬਾਅਦ ਉਹਨਾਂ ਨੂੰ गाने ਜਿੰਨਾ ਪੈਸਾ ਲੱਗ ਗਿਆ ਲੱਗ ਗਿਆ ਹੁਣ ਰੀਲਾਂ ਤੇ ਲਾਓ ਉਹਨੂੰ ਟ੍ਰੈਂਡਿੰਗ 'ਚ ਲੈ ਕੇ ਆਓ ਜੇ ਟ੍ਰੈਂਡਿੰਗ 'ਚ ਨਹੀਂ ਆਊਗਾ ਫਿਰ ਗਾਣਾ ਨਹੀਂ ਚੱਲੇ ਆ ਭਾਵੇਂ ਗਾਣਾ ਜਿੰਨਾ ਮਰਜ਼ੀ ਵਧੀਆ ਹੋਵੇ ਭਾਵੇਂ ਗਾਣੇ ਦੀ ਕਸਟਾਂ ਵਿਕ ਜਾਣ ਸੀੜੀਆਂ ਵਿਕ ਜਾਣ ਪਰ ਨਹੀਂ ਇੰਸਟਾ ਦੇ ਟ੍ਰੈਂਡਿੰਗ ਤੇ ਨਹੀਂ ਆਇਆ ਨਹੀਂ ਗਾਣਾ ਨਹੀਂ ਹਿੱਟ ਹੈਗਾ ਠੀਕ ਹੈ ਤਾਂ ਇਹ ਚੀਜ਼ ਬੜੀ ਗਲਤ ਆ ਯਾਰ ਇਹ ਪਤਾ ਨਹੀਂ ਕਿਵੇਂ ਸਟੈਂਡੈਂਟ ਨਾ ਖੇਲਵਾੜ ਹੋਣ ਲੱਗ ਗਿਆ ਹੁਣ ਗਾਣਾ ਹੀ ਤਾਂ ਬੰਦ ਆ ਵੀ ਆਹ ਚੀਜ਼ ਇੰਸਟਾਗ੍ਰਾਮ ਤੇ ਚੱਲੂਗੀ ਅੱਡੀ ਲਾਈਨ ਇੱਤੇ ਗਾਣਾ ਬਣਾ ਦੋ ਹਾਂ ਐ ਚੱਲਦਾ ਹੁਣ ਕਈ ਗਾਣੇ ਪਤਾ ਨਹੀਂ ਕਿਤੇ ਗਾਣੇ ਅੱਜ ਕੱਲ ਆ ਭਾਈ ਆਪਾਂ ਗਾਣਾ ਕਰਨਾ ਮੈਂ ਕਹਾਂ ਠੀਕ ਕਿਹੜਾ ਗਾਣਾ ਕਹਿੰਦੇ ਭਾਈ ਇੰਸਟਾ ਤੇ ਰਿਲੀਜ਼ ਕਰਤਾ ਸੀ ਬਹੁਤ ਰੀਲਾਂ ਬਣ ਚੁੱਕੀਆਂ ਆ ਆਲਰੇਡੀ ਠੀਕ ਹੈ ਹੁਣ ਪਹਿਲਾ ਗਾਣਾ ਰਿਲੀਜ਼ ਕਰ ਦਿੰਦੇ ਆ ਉਤੇ ਰੀਲਾਂ ਰੂਲਾਂ ਪਵਾ ਦਿੰਦੇ ਆ ਜਦੋਂ ਰੀਲਾਂ ਪਵਾ ਗਈਆਂ 10000 15000 ਰੀਲਾਂ ਪੈ ਗਈਆਂ ਫਿਰ ਆਰਟਿਸਟ ਨੂੰ ਅਪਰੋਚ ਕਰਦੇ ਆ ਇਹ ਕਹਿ ਕੇ ਦੇਖੋ ਇਹਦੇ ਪਹਿਲੇ ਹੀ ਰੀਲਾਂ ਪੈ ਚੁੱਕੀਆਂ ਇਹ ਤਾਂ ਹੋਰ ਗਾਣਾ ਹਿੱਟ ਹੋਊਗਾ ਹਾਲਾਂਕਿ ਕਈ ਮਹਜ ਗਾਣੇ ਦੇਖਿਆ ਬਹੁਤ ਹਿੱਟ ਹਿੱਟ ਬਜਿੰਦੇ ਨੇ ਤੇ ਰੀਲਾਂ ਇੱਕ ਵੀ ਨਹੀਂ ਹੈਗੀਆਂ ਕੋਈ ਖੁਸ਼ੀ ਮਿਲਦੀ ਆ ਤੁਹਾਨੂੰ ਉਹ ਕਿਵੇਂ ਉਸ ਦਿਨ ਕੀ ਕਰਦੇ ਤੁਸੀਂ ਯਾਜ ਵਧੀਆ ਦਿਨ ਹੋ ਗਿਆ ਯਾਰ ਅੱਜ ਖੁਸ਼ੀ ਮਿਲੀ ਆ ਜਾਂ ਕੋਈ ਸਲੈਕਸ਼ਨ ਨਹੀਂ ਮੈਂ ਕੁਝ ਨਹੀਂ ਕਰ ਪਾਉਂਦਾ ਕੁਝ ਨਹੀਂ ਮੈਂ ਉਹਦੇ ਬਾਰੇ ਸੋਚਦੇ ਰਹਿਣਾ ਸੋਸ ਸੋਸ ਕੇ ਖੁਸ਼ ਹੋਈਏ ਨਾ ਮੇਰਾ ਧਿਆਨ ਹੀ ਨਹੀਂ ਜਾਂਦਾ ਕਿ ਮੈਂ ਰੋਟੀ ਖਾ ਲਈ ਨਹੀਂ ਖਾ ਲਈ ਮਤਲਬ ਸੀ ਮੈਂ ਕੁਝ ਨਹੀਂ ਕਰ ਪਾਉਂਦਾ ਮੈਂ ਅੱਛਾ ਮੈਂ ਹੁਣ ਜਦੋਂ ਤੁਸੀਂ ਫੋਰ ਐਗਜ਼ਾਮਪਲ ਹੈ ਨਾ ਮੈਂ ਮੈਨੂੰ ਕੋਈ ਖੁਸ਼ਖਬਰੀ ਮਿਲੀ ਕਿ ਯਾਰ ਤੈਨੂੰ ਇੱਕ ਕੈਰੈਕਟਰ ਫਾਈਨਲ ਹੋਇਆ ਹੈ ਨਾ ਮੈਂ ਹੀ ਬੈਠਾ ਰਹੂੰਗਾ ਮੈਂ ਕੁਝ ਨਹੀਂ ਕਰੂੰਗਾ ਆਬਜ਼ਰਵ ਮੈਂ ਕੁਝ ਨਹੀਂ ਕਰ ਪਾਉਂਦਾ ਮੈਂ ਕੁਝ ਕਰ ਹੀ ਨਹੀਂ ਪਾਉਂਦਾ ਬਸ ਮੈਨੂੰ ਸਮਝ ਨਹੀਂ ਆਉਂਦੀ ਹੁਣ ਮੈਂ ਕਰਾਂ ਕੀ ਬਸ ਸੀਗਾ ਹੀ ਮੈਂ ਨੋਰਮਲ ਰਨ ਆ ਅੰਦਰੋਂ ਅੰਦਰ ਮੇਰੇ ਪੜਾਕੇ ਫਟਰੇ ਹੁੰਦੇ ਸਾਰੇ ਯੈਸ ਠੀਕ ਠੀਕਾ ਕੀ ਬਾਤ ਆ ਯਾਰ ਤੁਸੀਂ ਹਾਜ਼ੀਆਨਾ ਵਿੱਚ ਚੱਲਕ ਹੁੰਦੀ ਆ ਕਾਦੀ ਅ ਬਰਫੀ ਫਿਲਮ ਦੀ ਕਹਿੰ ਲੋ ਰੌਕਸਟਾਰ ਫਿਲਮ ਦੀ ਨਾ ਨਾ ਟਨ ਬੀਰ ਕਪੂਰ ਦੀਸ ਆਸ ਕਰੀਏ ਉਪਰੋਂ ਉਪਰੋਂ ਇੱਥੋਂ ਸ਼ਾਇਦ ਹੇਅਰ ਸਟਾਈਲ ਠੀਕ ਵਧੀਆ ਯਾਰ ਇਸੇ ਲਈ ਰੱਖੋ ਉਈ ਸਾਰੀ ਕੋ ਮੈਨੂੰ ਕਈ ਕਹਿੰਦੇ ਕਿ ਸਟਾਈਲ ਚੇਂਜ ਕਰ ਸਾਰੀ ਨਾ ਐ ਬੋਧੀਆਂ ਖੜੀਆਂ ਕੀਤੀਆਂ ਹੁੰਦਾ ਮੈਂ ਵੀ ਉਹਦੇ ਵਿੱਚ ਹੀ ਆ ਪਰ ਤੁਹਾਡਾ ਡਿਫਰੈਂਟ ਆ ਉਹ ਯਾਰ ਬੰਦਾ ਆਪਣੇ ਆਪ ਨੂੰ ਕਹਿੰਦਾ ਹੁੰਦਾ ਥੋੜਾ ਜਿਹਾ ਨਹੀਂ ਨਹੀਂ ਵਧੀਆ ਮੈਂ ਤਾਂ ਆਪ ਇਹ ਜਿਹਾ ਕਰਨਾ ਚਾਹੁੰਦਾ ਪਰ ਮੇਰੇ ਵਾਲ ਖੜੇ ਨਹੀਂ ਹੁੰਦੇ ਨਹੀਂ ਨਹੀਂ ਲੁੱਕ ਵਧੀਆ ਯਾਰ ਤੁਹਾਡੀ ਥੈਂਕ ਯੂ ਬੜੀ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਹਾਂ ਕੁਝ ਅੱਛਾ ਰਿਲੇਸ਼ਨਸ਼ਿਪ ਨੂੰ ਮੈਂ ਨਹੀਂ ਕਹਿੰਦਾ ਸਿਰਫ ਸਹੇਲੀ ਹੁੰਦੀ ਵਾਈਫ ਜਾਂ ਫਰੈਂਡ ਵੀ ਮੈਂ ਕਹਿੰਦਾ ਰਿਲੇਸ਼ਨਸ਼ਿਪ ਅਕਸਰ ਇੱਕ ਬੰਦੇ ਦੀ ਲਾਈਫ 'ਚ ਕੋਈ ਇਦਾਂ ਦਾ ਪਰਸਨ ਹੁੰਦਾ ਜੀ ਨਾਲ ਡਿਸਕਸ ਕਰਦਾ ਵੀ ਜੇ ਦਾ ਤੁਸੀਂ ਅੱਜ ਆਏ ਹੋ ਵੀ ਆਰ ਪੋਡਕਾਸਟ ਉੱਤੇ ਚੱਲਾਂ ਜਾਂ ਕੋਈ ਹੋਰ ਠੀਕ ਆ ਮੈਂ ਟੀਮ ਨਾਲ ਡਿਸਕਸ ਕਰ ਲੈਣਾ ਵੀ ਆਪਾਂ ਇਦਾਂ ਕਰਨਾ ਹੁਣ ਇਦਾਂ ਕਰਨਾ ਸੋ ਤੁਸੀਂ ਡਿਸਕਸ ਕੀ ਨਾ ਕਰਦੇ ਹੋ ਮੈਂ ਡਿਸਕਸ ਮੇਰੇ ਮੈਂ ਜ਼ਿਆਦਾ ਦੋਸਤ ਨਹੀਂ ਬਣਾਉਂਦਾ ਮੇਰੇ ਦੋਸਤ ਜਿਹੜੇ ਹੈਗੇ ਆ ਉਹ ਮੇਰੇ ਸਕੂਲ ਟਾਈਮ ਯੂਨੀ ਟਾਈਮ ਤੋਂ ਆ ਮੇਰੇ ਦੋ ਚਾਰ ਦੋ ਦੋ ਦੋਸਤ ਹੈਗੇ ਦੋ ਤਿੰਨ ਦੋਸਤ ਹੈਗੇ ਜਿਹੜੇ ਮੇਰੇ ਸਕੂਲ ਟਾਈਮ ਤੋਂ ਨਾਲ ਆ ਦੋ ਦੋਸਤ ਹੈਗੇ ਮੇਰੇ ਯੂਨੀ ਟਾਈਮ ਤੋਂ ਨਾਲ ਆ ਮੇਰਾ ਉਹਨਾਂ ਨਾਲ ਹੀ ਆ ਮੇਰੇ ਉਹਨਾਂ ਨਾਲ ਹਰ 10 10 12 ਦਿਨ ਬਾਅਦ ਗੱਲ ਹੁੰਦੀ ਐ ਐਕਚੁਅਲੀ ਕੋਈ ਇੱਥੇ ਹੈ ਨਹੀਂ ਸਾਰੇ ਬਾਹਰ ਚਲੇ ਗਏ ਕੈਨੇਡਾ ਮੇਰੇ ਯਾਰ ਖਾ ਗਿਆ ਕੈਨੇਡਾ ਮੇਰੇ ਯਾਰ ਖਾ ਗਿਆ ਇੱਕ ਇੱਕ ਆਸਟ੍ਰੇਲੀਆ ਖਾ ਗਿਆ ਤੇ ਉਹਨਾਂ ਨਾਲ ਮੇਰੀ 10 12 ਦਿਨ ਬਾਅਦ ਕਈ ਵਾਰ ਕਿੰਨੇ ਮਹੀਨੇ ਬਾਅਦ ਗੱਲ ਹੋ ਜਾਂਦੀ ਐ ਕਈ ਵਾਰ 6 6 ਮਹੀਨੇ ਬਾਅਦ ਹੁੰਦੀ ਐ ਉਹ ਸਾਡਾ ਸਾਰੀਆਂ ਗੱਲਾਂ ਕਰ ਲਈਦੀਆਂ ਚਲੋ ਉਹ ਤਾਂ ਦੋਸਤ ਨੇ ਮੈਂ ਨਹੀਂ ਮੈਂ ਕੋਈ ਰੱਖਿਆ ਹੈਗਾ ਨਾ ਕਿ ਜਿਵੇਂ ਮੈਂ ਹੁਣ ਨਹੀਂ ਹੁੰਦਾ ਯਾਰ ਜਦੋਂ ਕੋਈ ਯੂਨੀ ਤੋਂ ਬਾਹਰ ਨਿਕਲ ਕੇ ਨਾ ਇੱਕ ਵਾਰੀ ਤੁਸੀਂ ਸਟੂਡੈਂਟ ਲਾਈਫ ਤੋਂ ਬਾਹਰ ਨਿਕਲ ਗਏ ਫਿਰ ਕੋਈ ਦੋਸਤ ਨਹੀਂ ਹੈ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਐਕਚੁਅਲ ਚ ਕੋਈ ਸਮਝਦਾ ਫਿਰ ਉਹ ਜਿਹੜੇ ਸਮਝ ਨਹੀਂ ਸੀ ਸਮਝ ਗਏ ਉਸ ਫਿਰ ਉਹਨਾਂ ਨਾਲ ਹੀ ਹੈ ਇਕੱਲੇ ਆਪਣੇ ਆਪ ਦੇ ਦੋਸਤ ਹੋਣ ਤੁਸੀਂ ਵੀ ਜੋ ਵੀ ਨਾ ਨਹੀਂ ਆਏ ਤਾਂ ਮੇਰੀ ਜਿੰਨੇ ਵੀ ਮੈਂ ਜਿੰਨਾਂ ਨਾਲ ਮੈਂ ਕੰਮ ਕਰਦਾ ਉਹਨਾਂ ਨਾਲ ਮੇਰੇ ਬਹੁਤ ਵਧੀਆ ਬੌਂਡ ਨੇ ਸਾਰੇ ਨੂੰ ਮੇਰੇ ਬਹੁਤ ਵਧੀਆ ਰਿਲੇਸ਼ਨਸ ਆ ਠੀਕ ਹੈ ਬਟ ਇੱਕ ਉਹ ਚੀਜ਼ ਉਹਨਾਂ ਨਾਲ ਹੀ ਹੈ ਕੁਝ ਐਹ ਜੀ ਮੂਮੈਂਟਸ ਜਾਂ ਜਿਹੜੀ ਰੱਖਣਾ ਚਾਹੂੰ ਯਾਰ ਸਾਹਮਣੇ ਬਸ ਯਾਰ ਐਕਟਰਾਂ ਨੂੰ ਸਹੀ ਪੋਜੀਸ਼ਨ ਮਿਲ ਜੇ ਯਾਰ ਉਹਨਾਂ ਦੀ ਬਹੁਤ ਪਤਾ ਸਾਡੀ ਵੀਰੇ ਮਿਹਨਤ ਉਨੀ ਲੱਗਦੀ ਹੈ ਹੂੰ ਉਹ ਮੈਂ ਹੁਣ ਚਲੋ ਆਫ ਆਫ ਕੈਮਰਾ ਹੀ ਰੱਖਿਓ ਜੇ ਠੀਕ ਲੱਗਿਆ ਤਾਂ ਔਨ ਕੈਮਰਾ ਚੜਾ ਲਵਾਂ ਯਾਰ ਕੀ ਵਿਗਾੜ ਦੂ ਨਹੀਂ ਔਨ ਕੈਮਰਾ ਹੀ ਸੋ ਯਾਰ ਵੀਰੇ ਉਦਾਂ ਖੁੱਲਾ ਚੱਲਦੇ ਨੇ ਵੀ ਵੀਰੇ ਯਾਰ ਦੇਖੋ ਪਤਾ ਲੱਗਦਾ ਨਾ ਕਪੈਸਿਟੀ ਹੈ ਸਾਰਾ ਕੁਝ ਹੈ ਵੀ ਪ੍ਰੋਡਿਊਸਰ ਚਾਹੁੰਦਾ ਵੀ ਹੋਗਾ ਵੀ ਹਾਂ ਨਾ ਜਿਹੜੇ ਪ੍ਰੋਡਿਊਸਰ ਦੇਖਦੇ ਆ ਯਾਰ ਵੀਰੇ ਨੂੰ ਕਰੋ ਮੈਸੇਜ ਤੇ ਨਹੀਂ ਤਾਂ ਆਹੀ ਇੰਟਰਵਿਊ ਬਾਅਦ ਚੋਂ ਚੱਲ ਨਹੀਂ ਆਨੇ ਮੋਏ ਮੋਏ ਚੇ ਮਿਜ਼ਿਕ ਲੱਗੇ ਸਮਝ ਨਹੀਂ ਦੀ ਗੱਲ ਓਏ ਓਏ ਬਾਤ ਚਤੀ ਹਾਂ ਮੇਰੇ ਪਿੱਛੇ ਭਾਈ ਦੇ ਫਿਰੋਂਗੇ ਨਹੀਂ ਨਹੀਂ ਓ ਯਾਰ ਪਤਾ ਕੀ ਚੱਕਰ ਆ ਯਾਰ ਇੰਨੇ ਵਧੀਆ ਕੰਟੈਂਟ ਆ ਹਮ ਇੰਨੇ ਵਧੀਆ ਸੀਨ ਆ ਇੰਨਾ ਵਧੀਆ ਸੀਨ ਲਿਖਿਆ ਹੋਇਆ ਹਮ ਚੱਕਰ ਕੀ ਆ ਹਮ ਪਤਾ ਆ ਕਿ ਪੈਸਾ ਇਹਨੇ ਲਾਉਣਾ ਹੈ ਇਹ ਤੋਂ ਸਾਨੂੰ ਇਨਕਮ ਆ ਨਹੀਂ ਇਹਨੂੰ ਦੇ ਦਿਓ ਯਾਰ ਸਾਰੇ ਇੰਨੇ ਇੰਨੇ ਵਧੀਆ ਸੀਨ ਨਸ਼ਟ ਹੋ ਜਾਂਦੇ ਆ ਯਾਰ ਯੈਸ ਯੈਸ ਜਸਟੀਫਿਕੇਸ਼ਨ ਨਹੀਂ ਉਹ ਬਿਜ਼ਨਸ ਹੀ ਬਣ ਜਾਂਦਾ ਯਾਰ ਫਿਰ ਹੈਨਾ ਸਿਨੇਮਾ ਵਧੀਆ ਚੱਲਦਾ ਪਿਆ ਪੰਜਾਬ ਦਾ ਇਹਨੂੰ ਸਾਂਭਣਾ ਚਾਹੀਦਾ ਤੇ ਇੱਕ ਚੀਜ਼ ਹੋਰ ਵੀਰੇ ਪ੍ਰੋਡਿਊਸਰ ਬਹੁਤ ਘੱਟ ਰਹਿ ਗਏ ਪਤਾ ਕਿਉਂ ਯੂਜ਼ ਬੜੇ ਹੋ ਗਏ ਇੱਥੋਂ ਦੇ ਲਈ ਮਤਲਬ ਕਾਫੀ ਨੇ ਯੂਜ਼ ਬੜੇ ਕਰ ਲਏ ਮੰਨ ਲਓ ਇੱਕ ਕਾਸਟਿਊਮ ਹੈ ਕਾਸਟਿਊਮ ਦਾ ਖਰਚਾ 2 ਲੱਖਾ ਬਿੱਲਾਂ 'ਚ 10 ਲੱਖ ਪਾਇਆ ਹੋਇਆ ਤੇ ਐਂ ਹੁਣ ਤੋਂ ਫਿਰ ਤੋਂ ਇਹ ਮੈਂ ਤਾਂ ਦੇਖਿਆ ਹੁਣ ਤੱਕ ਇਹ ਤਾਂ ਬਹੁਤ ਸ਼ੁਰੂ ਤੋਂ ਐ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਪ੍ਰੋਡਿਊਸਰ ਗਿਣਤੀ ਦੇ 4-5 ਰਹਿ ਗਏ ਨੇ ਬਸ ਇਹ ਤਾਂ ਹੁਣ ਨਮਿਆਂ ਨੂੰ ਫੜਦੇ ਪਏ ਨੇ ਆ ਜਾ ਤੇਰਾ ਬਾਹਰ ਲਈ ਮਨੀ ਇੱਥੋਂ ਵਾਈਟ ਕਰਦੀ ਐ ਇਹ ਕਰਦੀ ਐ ਤਾਂ ਫੜੀ ਜਾਂਦੇ ਨੇ ਉਹ ਵੀ ਇੱਕ ਫਿਲਮ ਬਣਾਉਂਦੇ ਉਸ ਤੋਂ ਬਾਅਦ ਉਹਨਾਂ ਨੂੰ ਕੰਨ ਹੋ ਜਾਂਦੇ ਆ ਯਾਰ ਇਹ ਤਾਂ ਲੁੱਟਦੇ ਨੇ ਵੀ ਨਿਕਲ ਜਾਓ ਸੋ ਪ੍ਰੋਡਿਊਸਰਸ ਨੂੰ ਵੀ ਸੇਵ ਰੱਖੋ ਯਾਰ ਉਹ ਯਾਨੀ ਵੀ ਖਾਈ ਜਾਓ ਉਹਨਾਂ ਨੂੰ ਇੱਕ ਵਾਰ ਹੱਥ ਲੱਗਿਆ ਸੋ ਇਹ ਇਹ ਬਣੀ ਚੀਜ਼ ਹੈ ਮੈਂ ਮੈਂ ਫੇਸ ਕੀਤੀਆਂ ਕਈ ਪ੍ਰੋਡਿਊਸਰ ਜਾ ਕੇ ਕਹਿੰਦਾ ਯਾਰ ਫਿਲਮਾਂ ਬਣਾਈਆਂ ਲੇਕਿਨ ਵੀ ਨੁਕਸਾਨ ਹੀ ਚੱਲਿਆ ਉਹ ਫਿਰ ਪਤਾ ਫਿਰ ਕੀ ਹੁੰਦਾ ਫਿਰ ਪ੍ਰੋਡਿਊਸਰ ਜਿਹੜੇ ਹੁੰਦੇ ਆ ਨਾ ਉਹ ਫਿਰ ਆਪ ਐਕਟਿੰਗ ਕਰਨ ਲੱਗ ਜਾਂਦੇ ਹੁੰਦੇ ਆ ਕਿ ਮੈਂ ਆਪ ਸੈੱਟ ਤੇ ਰੂੰਗਾ ਚਲੋ ਕੈਮਰਾ ਰੋਲ ਕਰੋ ਰੋਲ ਵੀ ਆਪ ਕਰੂੰਗਾ ਮੈਂ ਐਕਟ ਵੀ ਖੁਦ ਕਰੂੰਗਾ ਸੋ ਆਇਦਾ ਪੋਡਕਾਸਟ ਦੱਸਿਓ ਯਾਰ ਤੇ ਮੈਸੇਜ ਵੀਰੇ ਕੋਈ ਦੇਣਾ ਚਾਹੂੰ ਯੂਥ ਨੂੰ ਅੱਛਾ ਕਿਸੇ ਨੇ ਐਕਟਿੰਗ ਫੀਲਡ ਚ ਹੋਣਾ ਤੁਹਾਨੂੰ ਦੇਖ ਕੇ ਇਨਸਪਾਇਰ ਹੋਇਆ ਵੀ ਮੈਂ ਵੀ ਵੀਰੇ ਵਾਂਗੂ ਐਕਟਿੰਗ ਫੀਲਡ ਚ ਹੋਣਾ ਚਾਹੁੰਦਾ ਤੇ ਕੀ ਤੁਹਾਡੀ ਸਲਾਹ ਆ ਵੀ ਕੀ ਕੀ ਉਹ ਪਹਿਲਾਂ ਤਿਆਰੀ ਕਰਕੇ ਹੋਣ ਜੇ ਪੰਜਾਬੀ ਇੰਡਸਟਰੀ ਚ ਹੋਣਾ ਚਾਹੁੰਦਾ ਕੋਈ ਸਿੰਕਿੰਗ ਸਿੱਖ ਲੋ ਵੀਰੇ ਸਿੰਕਿੰਗ ਸਿੱਖ ਲੋ ਮੈਂ ਵੀ ਸੋਚਦਾ ਹੁੰਨਾ ਕਿ ਯਾਰ ਐਕਟਿੰਗ ਨਾਲੋਂ ਵੱਧ ਮਿਹਨਤ ਮੈਂ ਸਿੰਗਿੰਗ 'ਚ ਕੀਤੀ ਹੁੰਦੀ ਨਾ ਅਛਾ ਤਾਂ ਹੁਣ ਤੱਕ ਤਾਂ ਫਿਲਮ ਕੱਢ ਚੁੱਕੇ ਹੁੰਦੇ ਸਿੰਗਿੰਗ ਸਿੱਖ ਲੋ ਬਈ ਕਿੰਨਾ ਫਾਇਦਾ ਹੁੰਦਾ ਨਾ ਸਿੰਗਰ ਦਾ ਵੈਸੇ ਯਾਰ ਤੁਸੀਂ ਲਿਰਿਕਸ ਵੀ ਲਿਖਦੇ ਹੁੰਦੇ ਸਿੰਗਰ ਵੀ ਹੁੰਦੇ ਤੁਹਾਡੇ ਸਾਰੇ ਗਾਣੇ ਤੁਹਾਡੇ ਤੋਂ ਗਵਾ ਕੇ ਪੈਸੇ ਕਮਾ ਲੈਣੇ ਸੀ ਉੱਚੀ ਫੀਸ ਦੇਣੀ ਤੁਹਾਡੀ ਸਭ ਤੋਂ ਵੱਡੀ ਸਲਾਹ ਹੈ ਕੁਸ਼ ਥੀਏਟਰ ਕਰਨ ਦੀ ਲੋੜ ਨਹੀਂ ਕੁਸ਼ ਕਰਨ ਦੀ ਲੋੜ ਨਹੀਂ ਯਾਰ ਸਿੰਗਿੰਗ ਸਿੱਖੋ ਸਿੰਗ ਮੈਂ गाना ਆਪਣੇ ਆਪ ਹੀ ਡਾਇਲੋਗਸ ਆਉਣਗੇ ਤੁਹਾਡੇ ਕੋਲ ਭਜਦੇ ਭਜਦੇ ਵੇ ਵਾ ਦੇ ਕਿਓ ਕਾਫੀ ਐਕਟਰ ਭਾਜੀਓ ਕਿਵੇਂ ਤੋੜ ਤੋੜ ਕੇ ਨਾ ਚੀਜ਼ਾਂ ਨੂੰ ਉਧਰ ਬੋਲਦਾ ਪਿਆ ਤੁਸੀਂ ਤੁਸੀਂ ਐ ਵੀ ਦੇਖਿਆ ਮੈਂ ਪਤਾ ਮੈਂ ਕਿਾ ਚਾਹਿਆ ਵੀ ਕਰ ਲੈਂਦੇ ਆ ਤੁਸੀਂ ਇੱਧਰ ਆਓ ਤੁਸੀਂ ਇੱਧਰ ਆਓ ਉਹ ਅਗਲਾ ੜਾ ਲੈ ਬੋਲਦਾ ਪਿਆ ਉਧਰ ਸਮਝ ਗਿਆ ਤੁਸੀਂ ਇੱਕ ਬਸ ਆਮ ਦੇ ਗਿਆ ਹਾਂ ਉਧਰੋਂ ਪਿੱਛੋਂ ਨਰੇਟ ਕਰਦਾ ਪਿਆ ਸਕ੍ਰਿਪਟ ਤੋਂ ਉਧਰੋਂ ਛੱਡੋ ਤੁਸੀਂ ਇੱਥੇ ਸ਼ਾਟ ਲੱਗਿਆ ਹੁੰਦਾ ਸਾਹਮਣੇ ਉਹ ਨਤਲੇ ਬੈਠਾ ਹੁੰਦਾ ਬੰਦਾ ਐ ਵੀ ਹੁੰਦਾ ਕਾਪੀ ਲੱਗੀ ਤੂੰ ਕੀ ਕਰਦੀ ਸੀ ਅੱਛਾ ਭਾਈ ਅੱਛਾ ਵਧੀਆ ਨਹੀਂ ਆਇਆ ਬੋਲ ਕੇ ਦਿਖਾਏ ਕਿਵੇਂ ਬੋਲਦਣਾ ਅੱਛਾ ਐ ਬੋਲੋ ਭਾਜੀ ਸੋ ਯਾਰ ਇਤਨਾ ਵੀ ਕਈ ਨਾ ਆਫ ਸਕਰੀਨ ਸ਼ੂਟ ਹੁੰਦੇ ਨੇ ਬਹੁਤ ਘੈਂਟ ਘੈਂਟ ਬੰਦੇ ਹੁੰਦੇ ਨੇ ਤੇ ਫਿਰ ਉਹ ਚਾਰ ਪੰਜ ਫਿਲਮਾਂ ਕਰਕੇ ਸਿੱਖ ਵੀ ਲੈਂਦੇ ਆ ਫਿਰ ਉਹ ਆਏ ਓ ਓ ਖਾ ਕੇ ਅਸੀਂ ਥੋੜੀ ਲਿਆਓ ਨਹੀਂ ਬਹੁਤ ਤੋ ਯਾਰ ਮਤਲਬ ਜਿਹੜੇ ਮੇਰੇ ਮਤਲਬ ਸੀਨੀਅਰ ਆਰਟਿਸਟ ਆ ਮਤਲਬ ਐਜੇ ਸੀਗੇ ਜਿਨ੍ਹਾਂ ਨੂੰ ਐਕਟਿੰਗ ਨਹੀਂ ਹੁੰਦੀ ਸੀਗੀ ਬਟ ਇੱਕ ਦੋ ਫਿਲਮਾਂ ਤੋਂ ਬਾਅਦ ਬਹੁਤ ਵੈਲ ਟੂ ਡੂ ਸੀ ਉਹ ਬਹੁਤ ਵਧੀਆ ਐਕਟਿੰਗ ਕਰਦੇ ਸੀਗੇ ਤੋ ਚੱਕਰ ਗੁੱਡ ਲਰਰ ਹੋਣੇ ਸੋ ਵੀਰੇ ਦੀ ਕਿੰਨਾ ਵਧੀਆ ਮੈਸੇਜ ਆ ਯਾਰ ਸਿੰਗਰ ਬਣੋ ਜੈਕਟਿੰਗ ਫੀਲਡ ਚ ਜਾਣਾ। ਇਹ ਕੋਈ ਹੋਰ ਵੀਰੇ ਅੱਛਾ ਯਾਰ ਚੱਲੇ ਬਾਹਰ। ਯਾਰ ਸਾਰੇ ਬਾਹਰ ਹੀ ਚਲੀ ਜਾਂਦੇ ਆ ਯਾਰ ਸਾਰੇ ਹੀ ਸਾਰੇ ਹੀ ਚਲਾ ਗਿਆ ਆਸਟ੍ਰੇਲੀਆ ਕੈਨੇਡਾ। ਉਹ ਸਮਝ ਦੀ ਗੱਲ ਕਰ ਰਹੇ ਹੋ ਨਾ ਉਹ 2 ਮਹੀਨਾ ਲੀ ਗਿਆ ਸੀਗਾ ਮੈਂ ਵੀ ਹੁਣ ਤਾਂ ਆ ਗਿਆ ਹੋਊਗਾ। ਨਹੀਂ 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 ਹਾਂ ਮੈਂ ਤਾਂ 올 ਓਵਰ ਪੰਜਾਬ ਦੀ ਗੱਲ ਕਰ ਰਿਹਾ। ਮੈਂ ਇੱਕ ਮੇਰੇ ਸਾਹਮਣੇ ਰੀਲ ਆਈ ਕੋਈ ਕਾਲਜ ਆ। ਸਰੀ ਦਾ ਸੀ ਪਤਾ ਨਹੀਂ ਅਲਬਰਟਾ ਉਧਰ ਦਾ ਸੀ ਕੋਈ। ਅਲਬਰਟਾ ਦਾ ਹੈ ਨਾ ਉੱਥੇ ਹੀ ਹੈ ਨਾ ਕੈਨੇਡਾ ਚ। ਉੱਥੇ ਸਾਰੇ ਪੰਜਾਬੀ ਹੈ ਪੂਰੇ ਨਾ ਪੜਿਆ ਪਿਆ ਵੀ ਉਲੱਗ ਹੀ ਨਹੀਂ ਰਿਹਾ ਠੀਕ ਆ ਵੀ ਗਏ ਨੇ ਤੁਹਾਡਾ ਕੀ ਵਿਚਾਰ ਆ ਯਾਰ ਵੈਸੇ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਆ ਗਏ ਨੇ ਮੈਂ ਇਹ ਕਹੂੰਗਾ ਵੀਰੇ ਕਿ ਅ ਮੇਰੇ ਨਾਲ ਦੇ ਕਈ ਆ ਜਿਹੜੇ ਕੈਨੇਡਾ ਗਏ ਆ ਮੇਰੇ ਨਾਲ ਦੇ ਕਈ ਆ ਜਿਹੜੇ ਕੈਨੇਡਾ ਤੋਂ ਮੁੜ ਕੇ ਵਾਪਸ ਆਏ ਆ ਤਾਂ ਮੈਨੂੰ ਓਵਰ ਆਲ ਜਿਹੜਾ ਮੈਨੂੰ ਐਕਸਪੀਰੀਅੰਸ ਪਤਾ ਹਮ ਕਿ ਵੀਰੇ ਜੇ ਤਾਂ ਤੁਸੀਂ ਕੈਨੇਡਾ ਜਿਹੜੇ ਜ ਮਤਲਬ ਮੈਂ ਉਹਨਾਂ ਲੋਕਾਂ ਦੀ ਲੋਕਾਂ ਲੋਕਾਂ ਨੂੰ ਦੱਸਣਾ ਚਾਹੂੰਗਾ ਜਿਹੜੇ ਪਲਾਨ ਕਰ ਰਹੇ ਆ ਦੇ ਪਲਾਨ ਕਰ ਰਹੇ ਹੁਣ ਰਾਈਟ ਨਾਓ ਰਾਈਟ ਕਿ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਜਾਓ ਬੇਸ਼ੱਕ ਜਾਓ ਠੀਕ ਆ ਬਟ ਇੱਕ ਦਿਮਾਗ ਚ ਰੱਖ ਕੇ ਇਹ ਗੱਲ ਜਾਓ ਕਿ ਲਾਈਫ ਈਜ਼ੀ ਨਹੀਂ ਹੋਣ ਵਾਲੀ ਇੱਕ ਪੀੜੀ ਇੱਕ ਪੂਰੀ ਜਨਰੇਸ਼ਨ ਸਟਰਗਲ ਚ ਨਿਕਲਦੀ ਆ ਉਥੇ ਤੁਹਾਡੀ ਅਗਲੀ ਜਨਰੇਸ਼ਨ ਨੂੰ ਬਹੁਤ ਸੁੱਖ ਹੋਊਗਾ ਨੋ ਡਾਊਟ ਪਰ ਪੂਰੀ ਜਨਰੇਸ਼ਨ ਜਿਹੜੀ ਜਨਰੇਸ਼ਨ ਜਾਂਦੀ ਆ ਉਹਨਾਂ ਤਾਂ ਇੱਕ ਵਾਰੀ ਬਹੁਤ ਸਟਰਗਲ ਕਰਨੀ ਪੈਂਦੀ ਆ ਇਹ ਦਿਮਾਗ ਚ ਰੱਖ ਕੇ ਜਾਓ ਇਹ ਨਾਲ ਸੋਚੋ ਕਿ ਇਟ ਵਿਲ ਬੀ ਲਾਈਕ ਅ ਹੈਵਨ ਕਿ ਤੁਸੀਂ ਗਏ ਬਹੁਤ ਵਧੀਆ ਸਨੋ ਡਿੱਗੀ ਹੋਈ ਹੈ ਤੇ ਨੂੰ ਕਮਾਇਆ ਸੈਚਰਡੇ ਸੰਡੇ ਫਨ ਕਰਨ ਚਲੇ ਗਏ ਨਹੀਂ ਇਦਾਂ ਨਹੀਂ ਹੋਣਾ ਬਹੁਤ ਜ਼ਿਆਦਾ ਸਟਰਗਲ ਹੈ ਕਰਦਿਆਂ ਤੋਂ ਦੂਰ ਪਹਿਲੀ ਗੱਲ ਤਾਂ ਇਹ ਉਤੋਂ ਸਟਰਗਲ ਬਹੁਤ ਜ਼ਿਆਦਾ ਤਾਂ ਦਿਮਾਗ ਚ ਰੱਖ ਕੇ ਜਾਇਓ ਕਿ ਸਟਰਗਲ ਬਹੁਤ ਜ਼ਿਆਦਾ ਹੈ ਮੈਂ ਬਹੁਤ ਇੱਥੇ ਕਈ ਮੁਰਦੇ ਦੇਖਿਆ ਕਈ ਸੋਚਦੇ ਆ ਕਿ ਯਾਰ ਉੱਥੇ ਜਾ ਕੇ ਕੁਆਲਿਟੀ ਲਾਈਫ ਆ ਆਪਾਂ ਜਾਵਾਂਗੇ ਹਨਾ ਉਹ ਇੱਥੇ ਤਾਂ ਉਹ ਆ ਇੱਥੇ ਖਾਣਿਆਂ ਚ ਉਹ ਆ ਕੋਲ ਮੂਲ ਹੋਈ ਜਾਂਦੀ ਆ ਕੁਛ ਵੀ ਫਰੈਸ਼ ਨਹੀਂ ਹੈਗਾ ਉਥੇ ਕਿੰਨਾ ਕੁਛ ਹੈ ਕੁਆਲਿਟੀ ਲਾਈਫ ਐ ਪੇਰੈਂਟਸ ਨੂੰ ਕੁਆਲਿਟੀ ਲਾਈਫ ਦਵਾਂਗੇ ਇਹ ਦਵਾਂਗੇ ਉਥੋਂ ਜਾ ਕੇ 6 ਸਾਲ 2 ਸਾਲ ਬਾਅਦ ਮੁੜੇ ਹੁੰਦੇ ਕਿ ਨਹੀਂ ਆ ਹਾਂ ਯਾਰ ਬਹੁਤ ਸਟਰਗਲ ਆ ਯਾਰ ਜਮਾ ਡਿਪਰੈਸ਼ਨ ਆ ਯਾਰ ਕੈਨੇਡਾ ਜੀ ਇਹ ਉਹ ਹਣਾ ਇਸ ਕਰਕੇ ਇਹ ਤਾਂ ਬਸ ਜਿਹੜੇ ਜਾ ਰਹੇ ਹੋ ਯਾਰ ਤੁਸੀਂ ਜਾਣਾ ਚਾਹੁੰਦੇ ਹੋ ਜਾਓ ਠੀਕ ਹੈ ਆਪਦੀ ਇੱਛਾ ਪੂਰੀ ਕਰੋ ਬਟ ਦਿਮਾਗ ਚ ਰੱਖ ਕੇ ਜਾਓ ਕਿ ਵੀਰੇ ਸਟਰਗਲ ਬਹੁਤ ਜ਼ਿਆਦਾ ਹੈ ਯਾਰ ਇੱਥੇ ਤਾਂ ਫਿਜ਼ੀਕਲੀ ਸਟਰਗਲ ਆ ਫਿਰ ਵੀ ਆਪਣੇ ਸਪੋਰਟਿਵ ਪੇਰੈਂਟਸ ਨਾਲ ਉੱਥੇ ਮੈਂਟਲੀ ਤੇ ਫਿਜ਼ੀਕਲੀ ਸਟਰਗਲ ਮੈਂਟਲੀ ਇੱਥੇ ਤੁਹਾਡੇ ਘਟ ਘਟ ਪੇਰੈਂਟਸ ਨਾਲ ਹੈਗੇ ਉੱਥੇ ਤਾਂ ਕਿਸੇ ਨੇ ਵੀ ਨਹੀਂ ਹੋਣਾ ਹੂੰ ਉਸੇ ਤਾਂ ਜੇ ਤੁਸੀਂ ਕਹੋਗੇ ਮੇਰੇ ਯਾਰ ਦੋਸਤ ਹੈਗੇ ਯਾਰ ਦੋਸਤ ਵੀ ਸਿਰਫ ਓਨੀ ਦੇਰੀ ਹੈ ਜਿੰਨੀ ਤੇ ਤੁਹਾਡੇ ਵਿੱਚਕਾਰ ਪੈਸਾ ਨਹੀਂ ਹੈਗਾ ਜਿੱਥੇ ਪੈਸਾ ਆ ਜਾਂਦਾ ਨਾ ਜਿੱਥੇ ਸ਼ੇਅਰਿੰਗ ਹੋਣ ਲੱਗ ਜਾਂਦੀ ਹੈ ਉੱਥੇ ਹਰ ਚੀਜ਼ ਦੀ ਉੱਥੇ ਫਿਰ ਵੰਡ ਵਡਾਂਗੇ ਆਉਂਦੇ ਆ ਹੂੰ ਠੀਕ ਹੈ ਉੱਥੇ ਫਿਰ ਡਿਊਟੀਆਂ ਹੁੰਦੀਆਂ ਉੱਥੇ ਸਭ ਕੁਝ ਹੁੰਦਾ ਠੀਕ ਹੈ ਉੱਥੇ ਫਿਰ ਤੇਰਾ ਮੇਰਾ ਸਭ ਕੁਝ ਹੋਣ ਲੱਗ ਜਾਂਦਾ ਮੈਥਮੈਟਿਕਸ ਚੱਲਣ ਲੱਗ ਜਾਂਦਾ ਸਾਰਾ ਤੁਹਾਨੂੰ ਪਿਆਰ ਤੁਹਾਡਾ ਨਾ ਕੈਲਕੂਲੇਟ ਹੁੰਦਾ ਵੀ ਇੰਨੇ ਐਨਾ ਦਿੱਤਾ ਪਿਆਰ ਤਾਂ ਮੈਨੂੰ ਇੰਨੇ ਹੀ ਪਿਆਰ ਦੇਣਾ ਕੈਲਕੂਲੇਸ਼ਨਸ ਹੋਣ ਲੱਗ ਜਾਂਦੀਆਂ ਮੇਰੇ ਤੇ ਉੱਥੇ ਉੱਥੇ ਲਾਈਫ ਬਹੁਤ ਪ੍ਰੈਕਟੀਕਲ ਹੋ ਜਾਂਦੀ ਆ ਬਹੁਤ ਮਟੀਰੀਅਲਿਸਟਿਕ ਲਾਈਫ ਆ ਉੱਥੇ ਇੱਕ ਉੱਥੇ ਚ ਲਾਈਨ ਵੀ ਸੀਗੀ ਜਿਹੜੀ ਸਾਡਾ ਲਾਸਟ ਗਾਣਾ ਆਇਆ ਸੀਗਾ ਲਾਸਟ ਐਪੀਸੋਡ ਕੇ ਸੌਖਾ ਨੀਓ ਮਿਟਣਾ ਗਰੀਬੀ ਆ ਦਾ ਟਾਈਮ ਇੱਕ ਇੱਕ ਨੂੰ ਤਾਂ ਜਵਾਨੀ ਗਮਾਉਣੀ ਪੈਂਦੀ ਆ ਉੱਥੇ ਇੱਕ ਵਾਰੀ ਤਾਂ ਤੁਹਾਡੀ ਜਿਹੜੀ ਜਵਾਨੀ ਆ ਉਹ ਲੰਘੂਗੀ ਸਟਰਗਲ ਚ that is ਉਹ ਕੁਸ਼ਕ ਟਾਈਮ ਹੋਊਗਾ ਲਾਈਫ ਦਾ ਪਾਰਟ ਜਿਹੜਾ ਸਟਰਗਲ ਚ ਹੋਊਗਾ ਸੋ ਬਹੁਤ ਖੂਬਸੂਰਤ ਮੈਸੇਜ ਵੀਰੇ ਨੇ ਦਿੱਤਾ ਤੇ ਸਹੀ ਗੱਲ ਆ ਯਾਰ ਬਾਕੀ ਮੈਂ ਹੀ ਕਹਿੰਦਾ ਹੁਣ ਜਾਓ ਅਗਰ ਆਰਟ ਹੈਗਾ ਤੁਹਾਡੇ ਕੋਲ ਯੂ ਆਰ ਐਡੀਟਰ ਜਾਂ ਕੋਈ ਹੱਥੀ ਕੰਮ ਹੁੰਦਾ ਤੁਹਾਨੂੰ ਜਾਂ ਐਕਸਪੀਰੀਅੰਸ ਆ ਤੁਹਾਨੂੰ ਤਾਂ ਤੁਸੀਂ ਸੋਚ ਸਕਦੇ ਹੋ ਵੀ ਜਾ ਕੇ ਨਾ ਉੱਥੇ ਸਮਝ ਗਏ ਹੱਥੀ ਕੰਮ ਦੀ ਬਹੁਤ ਜ਼ਿਆਦਾ ਉੱਥੇ ਹੈ ਪਲੰਬਰਿੰਗ ਦਾ ਕੰਮ ਉੱਥੇ ਬਹੁਤ ਜ਼ਿਆਦਾ ਬੁੱਕਰ ਪੈਂਦੀ ਹੈ ਉਹਦੀ ਤੇ ਤੁਹਾਨੂੰ ਹੱਥੀ ਕੰਮ ਆਉਂਦਾ ਨਾ ਤੁਹਾਡੇ ਹੱਥਾਂ 'ਚ ਆਰਟ ਭਾਵੇਂ ਪਲੰਬਿੰਗ ਦਾ ਕੰਮ ਹੋਵੇ ਭਾਵੇਂ ਬੇਕਰੀ ਦਾ ਕੰਮ ਹੋਵੇ ਭਾਵੇਂ హెయిਰ ਕਟਿੰਗ ਦਾ ਕੰਮ ਹੋਵੇ ਠੀਕ ਹੈ ਇਹ ਸਾਰੇ ਕੰਮਾਂ ਨੂੰ ਬਹੁਤ ਜ਼ਿਆਦਾ ਉੱਥੇ ਬਾਕੀ ਇਹ ਸੋਚ ਕੇ ਨਾ ਜਾਓ ਕਿ ਜਾਵਾਂਗੇ ਲੱਭ ਲਾਂਗੇ ਤਾਂ ਉਹ ਲੱਭ ਲਾਂਗੇ ਕਰ ਲਾਂਗੇ ਰੱਖ ਲੂਗਾ ਕੋਈ ਆ ਜੀਆਂ ਜੀ ਬਾਈ ਕੋਈ ਨਾ ਸਾਡੇ ਕੋਲ ਆ ਜੀ ਕੋਂਡੋ ਚ ਹਫਤਾ ਰੱਖਣਗੇ ਹਫਤੇ ਬਾਅਦ ਤੁਹਾਨੂੰ ਪਾ ਲੱਗ ਜੂ ਕਿੰਨਾ ਕੋਈ ਰੱਖਦਾ ਉੱਥੇ ਬਾਈ ਤੇਰਾ ਬਣ ਗਿਆ 1000 ਡਾਲਰ ਬਣ ਗਿਆ ਉਹ ਦੇ ਦੀ ਹਾਂ ਸਮਝਾ ਗਿਆ ਅੱਛਾ ਫਿਰ ਕੰਨੇ ਡਾਲਰਾਂ ਚ ਕਮਾਵਾਂਗੇ ਬਾਬਾ ਜੀ ਖਰਚਾਂਗੇ ਵੀ ਡਾਲਰਾਂ ਚ ਉੱਥੇ ਫਿਰ ਹਾਂ ਇਹ ਆ ਅਤੇ ਬਚਣਾ ਪੁੱਛਣਾ ਕੋਸ਼ਿਸ਼ ਵੀ ਨਹੀਂ ਬਚਦੇ ਬਹੁਤ ਘੱਟ ਮੈਂ ਇਹ ਮੈਂ ਮੇਰਾ ਕੋਈ ਆਪਦਾ ਐਕਸਪੀਰੀਅੰਸ ਨਹੀਂ ਹੈਗਾ ਪਰ ਮੇਰੇ ਬਹੁਤ ਸਾਰੇ ਦੋਸਤ ਯਾਰ ਦੋਸਤ ਗਏ ਆ ਬਹੁਤ ਯਾਰ ਦੋਸਤ ਛੱਡ ਕੇ ਆਏ ਆ ਤੇ ਮੈਂ ਸਾਰਾ ਰਲਮਾ ਮਦਮਾ ਤੁਹਾਨੂੰ ਐਕਸਪੀਰੀਅੰਸ ਉਹਨਾਂ ਦਾ ਦੱਸ ਰਿਹਾ ਇਸ ਕਰਕੇ ਕਿਤਨਾ ਕਿਤੇ ਇਹ ਚੀਜ਼ ਮੈਟਰ ਕਰੂਗੀ ਚਲੋ ਦੱਸਿਓ ਯਾਰ ਕਮੈਂਟ ਕਰਕੇ ਅੱਜ ਦਾ ਐਪੀਸੋਡ ਕਿਵੇਂ ਦਾ ਲੱਗਿਆ ਤੇ ਜਿਹੜੇ ਫੇਸਬੁਕ ਤੇ ਦੇਖ ਰਿਹਾ ਯਾਰ ਫੋਲੋ ਕਰ ਲਿਓ ਤੇ ਸਪੋਟੀਫਾਈ ਤੇ ਜਿਹੜੇ ਮੇਰੇ ਵੀਰ ਬੈਂਡ ਹਨਾ ਯੂਐਸਐਲ ਅਟ੍ਰੈਕਟਡ ਡਰਾਈਵਰ ਭਾਜੀ ਕੀ ਹਾਲ ਚਾਲ ਹੈ ਸਾਰਿਆਂ ਦੇ ਤਾਂ ਮੈਂ ਤੇ ਯਾਰ ਤੁਸੀਂ ਪਿਆਰ ਦੇ ਰਹੇ ਹੋ ਕਾਫੀ ਪੋਡਕਾਸਟ ਨੂੰ ਥੈਂਕ ਯੂ ਸੋ ਮੱਚ ਯਾਰ ਮੈਂ ਸੋਚਿਆ ਨਹੀਂ ਸੀ ਵੀ ਇੰਨਾ ਜ਼ਿਆਦਾ ਪਿਆਰ ਮਿਲੂਗਾ ਪੋਡਕਾਸਟਿੰਗ ਨੂੰ ਠੀਕ ਆ ਤੇ ਬਟ ਮਜ਼ਾ ਆ ਰਿਹਾ ਯਾਰ ਮੈਂ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਆ ਕਿ ਲਿਮਟਡ ਗੈਸਟ ਨੇ ਵੀ ਮੈਂ ਚੂਜ਼ ਹੀ ਬੰਦੇ ਹੁੰਦੇ ਆ ਤੁਹਾਨੂੰ ਪਤਾ ਤੇ ਖਤਰਨਾਕ ਹੀ ਬੰਦੇ ਹੁੰਦੇ ਆ ਸੋ ਅੱਜ ਮੈਨੂੰ ਕਾਫੀ ਓ ਓ ਹੋ ਮੈਂ ਖਤਰਨਾਕ ਹੈ ਨਹੀਂ ਭਾਈ ਨਹੀਂ ਤੁਸੀਂ ਹੈਗੇ ਹੋ ਹੈਗੇ ਹੋ ਥੈਂਕ ਯੂ ਥੈਂਕ ਯੂ ਭਾਈ ਥੈਂਕ ਯੂ ਚੂਜ਼ ਹੀ ਵਿੱਚ ਮੈਨੂੰ ਚੂਜ਼ ਕੀਤਾ ਥੈਂਕ ਯੂ ਭਾਈ ਮੈਂ ਮੈਂ ਚਾਹਨਾ ਵੀ ਥੋੜੇ ਹੈ ਨਾ ਵੀ ਐ ਨਾ ਹੋਵੇ ਵੀ ਵੀ ਕੋਈ ਸ਼ਾਰਟ ਟਾਈਮ ਲਈ ਕਿਸੇ ਦੀ ਰੀਲ ਪਪੂਲਰ ਹੋਗੀ 10 ਮਿਲੀਅਨ ਬਿਲਾ ਲੋ ਨਹੀਂ ਨਾ ਵੀ ਸੋ ਠੀਕ ਆ ਅੱਜ ਦਾ ਐਪੀਸੋਡ ਇੱਥੇ ਤੱਕ ਰੱਖਦੇ ਆ ਯਾਰ ਚਲੋ ਗਾਇਜ਼ ਮੈਂ ਲੈਣਾ ਤੁਹਾਡੇ ਤੋਂ ਇਜਾਜ਼ਤ ਤੇ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਕਿਦਾਂ ਫਿਰ ਫਿਰ